ਸੰਸਾਰ ਦੇ ਵਿੱਚ 8% ਅੰਗਰੇਜ਼ੀ ਬੋਲਣ ਵਾਲੇ ਜੀ ਤੇ ਬਾਕੀ 92% ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਨੇ ਪਰ ਉਹ 8% ਨੇ ਕਬਜ਼ਾ ਕੀਤਾ ਆ ਜਦੋਂ ਕਿ ਤਰੱਕੀ ਪਸੰਦ ਦੇਸ਼ ਆ ਜਿਹੜੇ ਜਿਨ੍ਹਾਂ ਦੇ ਵਿੱਚ ਜਿਹੜੇ ਵਿਕਾਸਸ਼ੀਲ ਦੇਸ਼ ਨੇ ਜਿਵੇਂ ਚੀਨ ਜਪਾਨ ਜਰਮਨੀ ਆ ਇਹ ਅੰਗਰੇਜ਼ੀ ਬੋਲਦੇ ਨਹੀਂ ਜੀ ਪਰ ਅੰਗਰੇਜ਼ੀ ਲੋਕ ਬੋਲਦੇ ਆ ਅਸੀਂ ਬੋਲੋ ਚਲੋ ਸਿੱਖੋ ਪਰ ਆਪਣੇ ਘਰੋਂ ਤਾਂ ਨਾ ਭਜਾਓ ਇਹਨੂੰ ਪੰਜਾਬੀ ਬਹੁਤ ਪੁਰਾਣੀ ਆ ਜਿਨ੍ਹਾਂ ਨੂੰ ਗੁਰਮੁਖੀ ਕਹਿੰਦਾ ਤਾਂ ਬਹੁਤ ਸਾਰੇ ਲੋਕਾਂ ਨੇ ਭਲੇਖੇ 'ਚ ਇਹ ਕਹਤਾ ਵੀ ਇਹ ਗੁਰੂ ਅੰਗਦ ਦੇਵ ਜੀ ਨੇ ਬਣਾਈਆਂ। ਸਿੰਧੂ ਘਾਟੀ ਦੇ ਜਿਹੜੇ ਮਿਲਦੇ ਹਨ ਨਾ ਵਿਸ਼ੇਸ਼ ਉਹਨਾਂ ਦੇ ਵਿੱਚ ਕੁਝ ਅੱਖਰ ਜਿਹੇ ਮਿਲਦੇ ਆ ਜਿਹੜੇ ਪੰਜਾਬੀ ਨਾਲ ਜੁੜਦੇ ਆ। ਤਾਂ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਸਾ ਪੱਟੀ ਲਿਖੀ ਆ ਉਹ ਸਸਾ ਹਾਹ ਜਿੱਥੋਂ ਸ਼ੁਰੂ ਹੋਈ ਸੀ ਊੜੇ ਤੋਂ ਨਹੀਂ ਹੋਈ ਸੀ। ਤਾਂ ਉਹ ਜਿਹੜੀ ਸੀ ਅੱਖਰ ਤਾਂ ਉਹਨਾਂ ਨੂੰ ਉਹਨਾਂ ਦੇ ਉਸਤਾਦ ਜਿਹੜੇ ਸੀ ਉਹਨਾਂ ਨੇ ਦੱਸਿਆ ਪਰ ਸਰ ਮੈਂ ਇੱਕ ਗੱਲ ਦੱਸੋ ਕਿ ਜੇ ਇਹ ਸਭ ਚੀਜ਼ਾਂ ਹੈਗੀਆਂ ਸੀਆਂ ਕਿ ਇਹ ਤੁਹਾਡੇ ਸਾਹਮਣੋਂ ਕੀ ਕਾਰਨ ਹੈ ਕਿ ਸਾਨੂੰ ਇਹ ਪੜਾਈਆਂ ਹੀ ਨਹੀਂ ਗਈਆਂ ਸਾਡੀਆਂ ਨੀਤੀਆਂ ਹੀ ਇਹੋ ਜਿਹੀਆਂ ਹੋਈਆਂ ਪਈਆਂ ਨਾ ਸਾਨੂੰ ਰੱਟੇ ਲਵਾਏ ਜਾਂਦੇ ਸਰ ਹੂੰ ਔਰ ਦਸਨ ਦੇ ਉਹ ਬੱਚੇ ਨੂੰ ਅੱਜ ਕੱਲ ਤਾਂ ਇਹ ਉਹ ਮਾਹੌਲ ਹੋ ਗਿਆ ਕਿ ਬੱਚੇ ਨੂੰ ਬਹੁਤਾ ਬੋਝ ਨਾ ਪਾ ਉਹਨੂੰ ਜੋ ਆਉਂਦਾ ਬਸ ਉਸੇ ਦੇ ਸਾਰ ਲਓ ਤੁਸੀਂ ਦੇਖੋ ਆਉਣ ਵਾਲੀ ਸਿੱਖਿਆ ਨੀਤੀ ਵਿੱਚ ਵੀ ਬੜਾ ਕੁਝ ਹੋਇਆ ਤੁਸੀਂ ਨਾ ਕਿ ਜਿੱਥੇ ਭਾਸ਼ਾ ਜਿਹੜੀ ਹੈ ਨਾ ਉਸ ਭਾਸ਼ਾ ਨੂੰ 8ਵੀਂ ਤੱਕ ਮਾਂ ਬੋਲੀ ਭਾਸ਼ਾ ਵੀ 8ਵੀਂ ਤੱਕ ਉਸ ਤੋਂ ਬਾਅਦ ਉਹ ਆਪਸ਼ਨ ਲਏਗਾ ਸਸ਼ੀ ਗੱਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਕ ਪੰਜਾਬੀ ਪੋਡਕਾਸਟ ਤੇ ਅੱਜ ਦਾ ਪੋਡਕਾਸਟ ਬਹੁਤ ਹੀ ਜ਼ਿਆਦਾ ਮੇਰੇ ਲਈ ਇੰਟਰਸਟਿੰਗ ਹੈ ਕਿਉਂਕਿ ਇਹ ਪੋਡਕਾਸਟ ਹੈਗਾ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਤੇ ਅੱਜ ਆਪਾਂ ਇਨਵਾਈਟ ਕੀਤਾ ਹੈ ਮਾਸਟਰ ਜਗਤਾਰ ਸਿੰਘ ਸੋਖੀ ਜੀ ਨੂੰ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਐਨੇ ਜ਼ਿਆਦਾ ਅਰਪਿਤ ਨੇ ਕਿ ਐਨੀਆਂ ਕਿਤਾਬਾਂ ਲਿਖਤੀਆਂ ਨੇ ਉਹਨਾਂ ਨੇ ਜਿਹਦੇ ਵਿੱਚ ਉਹ ਸਿਖਾ ਰਹੇ ਨੇ ਕਿ ਕਿੱਦਾਂ ਪੰਜਾਬੀ ਨੂੰ ਸਿੱਖਣਾ ਹੋਰ ਆਸਾਨ ਹੋ ਸਕਦਾ ਹੈ ਬਹੁਤ ਸਾਰੇ ਕੰਟਰੀਬਿਊਸ਼ਨ ਕਰ ਰਹੇ ਨੇ ਉਹ ਤੇ ਆਉ ਆਪਾਂ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਆਲਰੇਡੀ ਸਟੇਟ ਵੱਲੋਂ ਅਵਾਰਡ ਕੀਤਾ ਜਾ ਚੁੱਕਾ ਹੈ ਬੈਸਟ ਟੀਚਰ ਵਾਰੇ ਐਂਡ ਉਹਨਾਂ ਨੇ ਬਹੁਤ ਸਾਰੀਆਂ ਮਤਲਬ ਇਹੋ ਜੀਆਂ ਚੀਜ਼ਾਂ ਚਲਾ ਰੱਖੀਆਂ ਨੇ ਇਹੋ ਜੀਆਂ ਮੁਹਿੰਮ ਚਲਾ ਰੱਖੀਆਂ ਨੇ ਜਿਦੇ ਵਿੱਚ ਮੇਕ ਸ਼ੋਰ ਕਰ ਰਹੇ ਕਿ ਅਲੱਗ-ਅਲੱਗ ਜ਼ਿਲ੍ਹੇ ਦੇ ਲੋਕ ਪੰਜਾਬੀ ਐਜ਼ ਅ ਲੈਂਗੁਏਜ ਨੂੰ ਸੀਰੀਅਸਲੀ ਲਰਨ ਐਂਡ ਜੋ ਪੰਜਾਬੀ ਪਹਿਲਾਂ ਹੁੰਦੀ ਸੀ ਉਨਨ ਦੁਆਰਾ ਰਿਵਾਈਵ ਕਰਨ ਜਿਹੜੇ ਸ਼ਬਦ ਨੇ ਜਿਹੜੇ ਆਪਾਂ ਭੁੱਲ ਚੁੱਕੇ ਆ ਉਹਨਾਂ ਸ਼ਬਦਾਂ ਨੂੰ ਵਾਪਸ ਲੈ ਕੇ ਆਣ ਇਹੋ ਜੀ ਇੱਕ ਮੁਹਿੰਮ ਚਲਾ ਰੱਖੀ ਹੈ ਜਿਸ ਚ ਇਹਨਾਂ ਨੇ ਜਗਾ ਜਗਾ ਤੋਂ ਲੋਕ ਇਕੱਠੇ ਕਿੱਤੇ ਨੇ ਐਂਡ ਇੱਕ ਐਸ ਮੁਹਿੰਮ ਨੂੰ ਚਲਾ ਰਹੇ ਨੇ ਤਾਂ ਆਓ ਆਪਾਂ ਉਹਨਾਂ ਨੂੰ ਇਸ ਪੋਡਕਾਸਟ ਤੇ ਸੁਣਨੇ ਆ ਐਂਡ ਥੋੜਾ ਪੰਜਾਬੀ ਆਪਣੀ ਭਾਸ਼ਾ ਬਾਰੇ ਵੀ ਜਾਣਦੇ ਆ ਐਂਡ ਥੋੜਾ ਜਿਹਾ ਉਹਨਾਂ ਤੋਂ ਮੋਟੀਵੇਟ ਹੁੰਦੇ ਆ ਤਾਂ ਚਲੋ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਸਾਡੇ ਲਈ ਪੰਜਾਬੀ ਦਾ ਕੋਈ ਵੀ ਗੱਲ ਹੋਵੇ ਨਾ ਤੇ ਮੇਰੇ ਕੋਲ ਟਾਈਮ ਹੀ ਹੁੰਦਾ ਹੈ ਇਹਦਾ ਚਲੋ ਚੰਗਾ ਹੁੰਦਾ ਕੋਈ ਗੱਲ ਪੰਜਾਬੀ ਸਾਰਿਆਂ ਤੱਕ ਪਹੁੰਚੇ ਜੀ ਸਰ ਮੈਂ ਸਭ ਤੋਂ ਪਹਿਲਾਂ ਤਾਂ ਨਾ ਮੈਂ ਮਾਫੀ ਚਾਹਾਂਗਾ ਕਿ ਇਸ ਮੈਨੂੰ ਪਤਾ ਹੈ ਇਸ ਪੂਰੇ ਆਪਣੀ ਕਨਵਰਸੇਸ਼ਨ ਦੇ ਵਿੱਚ ਮੈਂ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਹੜੇ ਮੈਂ ਪੰਜਾਬੀ ਵਰਤ ਸਕਦਾ ਸੀਗਾ ਲੇਕਿਨ ਮੈਂ ਹੁਣ ਵਰਤ ਨਹੀਂ ਰਿਹਾ ਵਾਂ ਕਿਉਂਕਿ ਮੈਂ ਹੁਣ ਆਦਤ ਪੈ ਗਈ ਹੈ ਮੈਨੂੰ ਦੂਜਾ ਇਹੋ ਜਿਹੀ ਵੀ ਬਹੁਤ ਸਾਰੇ ਸ਼ਬਦ ਹੋਣਗੇ ਇਹੋ ਜਿਹੀ ਵੀ ਬਹੁਤ ਸਾਰੇ ਤੁਸੀਂ ਸਮਝ ਲਓ ਲਾਈਨਾਂ ਹੋਣਗੀਆਂ ਜਿਹੜੀਆਂ ਮੈਂ ਪੰਜਾਬੀ ਬੋਲਦੇ ਹੋਏ ਵੀ ਗਲਤ ਬੋਲ ਰਹਾ ਹਾਂਗਾ ਕਿਉਂਕਿ ਕਿਸ ਨਾ ਕਿਸੇ ਕਾਰਨ ਵਸ਼ ਤੁਸੀਂ ਸਮਝ ਲਓ ਸਾਡੀ ਜਿਹੜੀ ਪੰਜਾਬੀ ਹੈ ਖਾਸ ਕਰਕੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਹਾਂ ਅਸੀਂ ਬਹੁਤ ਮਿਲਾਵਟ ਹੋ ਚੁੱਕੀ ਹੋਈ ਹੈ ਤੇ ਹੁਣ ਹੁਣ ਇਹ ਗੱਲ ਚੁਬਦੀ ਹੈ ਆਪਣੇ ਆਪ ਨੂੰ ਇਹ ਇਹ ਮੈਂ ਆਪਣਾ ਦੱਸ ਰਿਹਾ ਹਾਂ ਕਿ ਮੈਨੂੰ ਬਹੁਤ ਚੁਬਦੀ ਹੈ ਕਿਉਂ ਕਿ ਜਦੋਂ ਮੈਂ ਦੇਖਦਾ ਹਾਂ ਪੁਰਾਣੇ ਲੋਕਾਂ ਨੂੰ ਗੱਲ ਕਰਦੇ ਹੋਏ ਤੇ ਇੱਕ ਪਤਾ ਚੱਲਦਾ ਕਿ ਮੈਂ ਇਹਨਾਂ ਦੇ ਆ ਸ਼ਬਦ ਆ ਗੱਲਾਂ ਸਮਝ ਨਹੀਂ ਪਾ ਰਿਹਾ ਔਰ ਇਹ ਅਸੀਂ ਸੀਗੇ ਇੱਕ ਟਾਈਮ ਤੇ ਅਸੀਂ ਇਹ ਸੀਗੇ ਅੱਜ ਆਪਾਂ ਕੀ ਹੋ ਗਏ ਆ ਔਰ ਆਪਾਂ ਆਪਣੇ ਹੀ ਵਿਰਸਾ ਆਪਣੇ ਹੀ ਕਲਚਰ ਆਪਣੇ ਹੀ ਭਾਸ਼ਾ ਆਪਣੀ ਹੀ ਮਾਂ ਬੋਲੀ ਨੂੰ ਆਪਾਂ ਹੁਣ ਇੱਕ ਤਰ੍ਹਾਂ ਸਮਝ ਲਓ ਐਨਾ ਇਗਨੋਰ ਕੀਤਾ ਕਿ ਅੱਜ ਆਪਾਂ ਇਸ ਜਗ੍ਹਾ ਪਹੁੰਚ ਗਏ ਤੇ ਪਹਿਲੇ ਤੇ ਮੈਂ ਐਜ਼ ਅ ਪੰਜਾਬੀ ਅਧਿਆਪਕ ਮੈਂ ਐਜ਼ ਅ ਸਟੂਡੈਂਟ ਮੈਂ ਪਹਿਲੇ ਤਾਂ ਮਾਫੀ ਚਾਹਾਂਗਾ ਕਿ ਮੇਰੇ ਜੋ ਵੀ ਗਲਤੀਆਂ ਹੋਣ ਉਹਨੂੰ ਤੁਸੀਂ ਇੱਕ ਵਾਰ ਨਜ਼ਰਅੰਦਾਜ਼ ਜ਼ਰੂਰ ਕਰਿਓ ਬਿਲਕੁਲ ਕੋਈ ਨਹੀਂ ਗੱਲ ਚੱਲਦਿਆਂ ਦੇ ਵਿੱਚ ਨਾ ਨਾਲੇ ਸੁਧਾਰੀਆਂ ਜਾਣਗੀਆਂ ਕੋਈ ਗੱਲ ਨਹੀਂ ਜੀ ਜੀ ਜ਼ਰੂਰ ਜ਼ਰੂਰ ਜੀ ਚਲੋ ਜਿਹੜੀ ਇਹਨਾਂ ਸਾਡਾ ਸੁਭਾਅ ਬਣ ਚੁੱਕਾ ਤੁਸੀਂ ਵੀ ਬਚਪਨ ਤੋਂ ਹੀ ਬੋਲਦੇ ਰਹੇ ਹੋ ਤੁਹਾਡੇ ਸਕੂਲ ਦੇ ਵਿੱਚ ਹੋਏਗਾ ਜੀ ਫਿਰ ਸ਼ਹਿਰਾਂ 'ਚ ਰਹਿੰਦੇ ਆ ਇਹ ਫਰਕ ਪੈਂਦਾ ਅਸੀਂ ਉਹਨੂੰ ਪਿੰਡਾਂ ਵਾਲੇ ਤਾਂ ਠੇਠ ਪੰਜਾਬੀ ਬੋਲਦੇ ਰਹੇ ਆ ਤੇ ਉਹਦੇ ਵਿੱਚ ਜਿਹੜੇ ਸ਼ਬਦ ਹੁੰਦੇ ਆ ਹੋਂਦੀ ਪੀੜ੍ਹੀ ਨੂੰ ਨਵੇਂ ਲੱਗਦੇ ਆ ਉਹਨਾ ਸ਼ਬਦਾਂ ਤੇ ਵੀ ਆਪਾਂ ਕੰਮ ਕੀਤਾ ਤੇ ਗੱਲਾਂ ਬਾਤਾਂ ਕਰਾਂਗੇ ਜੀ ਸਾਡੇ ਜਿਹੜੇ ਕੋਲ ਸ਼ਬਦ ਹੈਗੇ ਨੇ ਜਿਵੇਂ ਅੰਗਰੇਜ਼ੀ ਦਾ ਇੱਕ ਸ਼ਬਦ ਆ ਸਾਡੇ ਕੋਲ ਉਹਦੇ ਕਈ ਕਈ ਸ਼ਬਦ ਆ ਹਮ ਸਮਾਨਾਰਥੀ ਉਹ ਆਰਥ ਕਿੱਥੇ ਵਰਤੇ ਜਾਂਦੇ ਨੇ ਕਿੰਨੀਆਂ ਗੱਲਾਂ ਹੋ ਜਾਂਦੀਆਂ ਹਨ ਕਿੰਨੀਆਂ ਕਹਾਣੀਆਂ ਅਸੀਂ ਸੁਣਦੇ ਰਹੇ ਹਾਂ ਪਰ ਅੰਗਰੇਜ਼ੀ 'ਚ ਇੱਕ ਸ਼ਬਦ ਸੀ ਇੱਕ ਹੁਣ ਹਿੰਦੀ ਪ੍ਰਭਾਵ ਪੈ ਗਿਆ ਇਸ ਕਰਕੇ ਵੀ ਇਹੇ ਪਾਸੇ ਹੋ ਗਏ ਤਾਂ ਕੁਦਰਤੀ ਤੌਰ ਤੇ ਆ ਪਰ ਕਹਿੰਦੇ ਨਾ ਵੀ ਜਦੋਂ ਜਾਗੋ ਉਦੋਂ ਹੀ ਸਵੇਰਾ ਹੁੰਦਾ ਜੀ ਜਦੋਂ ਆਪਾਂ ਨੂੰ ਸੁਚੇਤ ਹੋ ਜਾਈਏ ਤਾਂ ਫਿਰ ਤੁਸੀਂ ਦੇਖੋਗੇ ਹੌਲੀ-ਹੌਲੀ ਅੱਜ ਤੋਂ ਬਾਅਦ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਆਪਣੇ ਆਪ ਹੀ ਲੱਗੇਗਾ ਕਿ ਆਹ ਸ਼ਬਦ ਉਹ ਮੈਂ ਬੋਲਣਾ ਸੀ ਫਿਰ ਬੋਲਣਾ ਸ਼ੁਰੂ ਕਰ ਦੋਗੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਣਾ ਬਸ ਇਹ ਹੈ ਕਿ ਇੱਕ ਵਾਰ ਤੁਸੀਂ ਆਪਣੇ ਆਪ ਨੂੰ ਜਗਾਣਾ ਹੈ ਇੱਕ ਵਾਰੀ ਜਗਾਤਾ ਫਿਰ ਉਸ ਤੋਂ ਬਾਅਦ ਉਹ ਤੁਸੀਂ ਉਸ ਰਾਹ ਪੈ ਜਾਓਗੇ ਮੈਂ ਉਮੀਦ ਕਰਦਾ ਘੰਟੀ ਜਰੂਰ ਵੱਜਦੀ ਹੈ ਜੀ ਚੇਤਾ ਆ ਜਾਂਦਾ ਜੀ ਕਿ ਵੀ ਆਹ ਸ਼ਬਦ ਆ ਸੀ ਜੀ ਪਰ ਜੇ ਆਪਾਂ ਚੱਲਾਂਗੇ ਤਾਂ ਫੇਰ ਹੀ ਚੱਲਣਾ ਪਾਣਾ ਤੁਸੀਂ ਵਧੀਆ ਓਕੇ ਇਸ ਪਾਸੇ ਸੋਚ ਰਹੇ ਹੋ ਚੱਲ ਰਹੇ ਹੋ ਜੀ ਠੀਕ ਮਤਲਬ ਐਦਾਂ ਕਿ ਮੈਂ ਮੇਰੀ ਨਾਲ ਟੀਮ ਨਾਲ ਵੀ ਕਿੰਨੀ ਵਾਰ ਗੱਲ ਹੁੰਦੀ ਹੈ ਈਵਨ ਤੁਸੀਂ ਮੇਰੇ ਪੋਡਕਾਸਟ ਦੇ ਥੱਲੇ ਨਾ ਈਵਨ ਕਮੈਂਟ ਵੀ ਹੁੰਦੇ ਕਾਫੀ ਸਾਰੇ ਕਿ ਯਾਰ ਤੂੰ ਜਦੋਂ ਬੋਲਦਾ ਤੂੰ ਬਹੁਤ ਹੋਲੀ ਬੋਲਦਾ ਪੰਜਾਬੀ ਚ ਹੋਲੀ ਮਤਲਬ ਕਿ ਬਹੁਤ ਸੋਚ ਸੋਚ ਕੇ ਬੋਲਦਾ ਜੇ ਅਹੀਂ ਮੈਂ ਹਿੰਦੀ ਚ ਗੱਲ ਕਰਾਂਗਾ ਤਾਂ ਹਿੰਦੀ ਚ ਮੈਂ ਫਟਾਫਟ ਤੇਤੇ ਤੇ ਗੱਲ ਕਰਾਂਗਾ ਇੰਗਲਿਸ਼ ਵੀ ਗੱਲ ਕਰਾਂਗਾ ਇੰਗਲਿਸ਼ ਵੀ ਮੈਂ ਤੇਤੇ ਤੇ ਗੱਲ ਕਰ ਲਾਂਗਾ ਪਰ ਜਿਹੜੀ ਮਾਂ ਬੋਲੀ ਹੈ ਨਾ ਮਾਂ ਬੋਲੀ ਦੇ ਵਿੱਚ ਆਪਾਂ ਸੱਤੋ ਦਾ ਅਟਾ ਕਰਿਆ ਚੇਜ ਇੱਕ ਤਾਂ ਇਹ ਹੋ ਗਈ ਇੱਕ ਮੈਂ ਇਹ ਕਹਿ ਸਕਦਾ ਕਿ ਇਧਰ ਜਿਵੇਂ ਬੋਹਰ ਫਾਇਲ ਕਾ ਤੋਂ ਪਰਲਾ ਇਲਾਕਾ ਤੁਹਾਡੀ ਬੋਲੀ ਦਾ ਉਹ ਪ੍ਰਭਾਵ ਹੈ ਜੀ ਮਲਵਈ ਦਾ ਤੇ ਲਹਿੰਦੀ ਦਾ ਜਿਹਦੇ ਵਿੱਚ ਨਾ ਇੱਕ ਤਾਂ ਹੋੜਾ ਤੇ ਕਨੋੜਾ ਦਾ ਫਰਕ ਆ ਇੱਕ ਨੰਨਾ ਤੇ ਨਾਣਾ ਦਾ ਹੂੰ ਉਹ ਆਪਣੇ ਵਿਰਸੇ ਤੋਂ ਧੁਰੇ ਆਉਂਦਾ ਹੁੰਦਾ ਹੂੰ ਜੀਨ 'ਚ ਜਿਵੇਂ ਆਪਾਂ ਕਹਿੰਦੇ ਨੇ ਆ ਜਾਂਦੇ ਆ ਹਾਂਜੀ ਪਰ ਆਪਾਂ ਜਦੋਂ ਅੱਗੇ ਚੱਲਾਂਗੇ ਤਾਂ ਦੇਖਾਂਗੇ ਕਿ ਸਾਨੂੰ ਕਨੌੜਾ ਇਧਰਲੇ ਇਲਾਕੇ ਜਿੱਨਾ ਕਨੌੜਾ ਖਾ ਜਾਂਦੇ ਆ ਠੀਕ ਹੈ ਇਸੇ ਤਰ੍ਹਾਂ ਉਹ ਨੰਨੇ ਤੇ ਨਾਣੇ ਨੂੰ ਖਾਂਦੇ ਜਿਵੇਂ ਪਾਣੀ ਨੂੰ ਪਾਣੀ ਹਾਂਜੀ ਇਸ ਤਰ੍ਹਾਂ ਰਾਣੀ ਨੂੰ ਰਾਣੀ ਕਿਉਂ ਬੋਲੇ ਨਾ ਇੱਥੇ ਮੈਂ ਕਹਾਂਗਾ ਜਿੱਥੇ ਤੁਹਾਨੂੰ ਲੱਗੇ ਨਾ ਵੀ ਛਣਕਵੀਂ ਆਵਾਜ਼ ਆਉਣੀ ਆ ਨੰਨੇ ਦੀ ਨਾਸਕੀ ਉੱਥੇ ਨਾਣਾ ਕੋਸ਼ਿਸ਼ ਕਰੋ ਬੋਲਣ ਦੀ ਠੀਕ ਹੈ ਤੇ ਹੋ ਸਕਦਾ ਤੁਹਾਡਾ ਪਿਸ਼ੋਕੜ ਦਾ ਹਿਸਾਬ ਹੋਵੇ ਜੀ ਤੁਹਾਡਾ ਪਿਸ਼ੋਕੜ ਕੀ ਆ ਪਾਉਤੇ ਲੱਬੜੇ ਨੇ ਗੱਲ ਨੂੰ ਜੀ ਉਹ ਮੈਂ ਆਪਣੇ ਪਿਸ਼ੋਕੜ ਵਾਰੇ ਤੁਸੀਂ ਗੱਲ ਸ਼ੁਰੂ ਕੀਤੀ ਸੀਗੀ ਤੇ ਮੈਂ ਦੱਸ ਦਿੰਦਾ ਮੇਰਾ ਪਿਛੋਕੜ ਹੈਗਾ ਆਹੀ ਪਾਕਿਸਤਾਨ ਤੇ ਮਿੰਟ ਗੁੰਮਰੀ ਹਾਂ ਮੈਨੂੰ ਤਾਂ ਖੈਰ ਪਤਾ ਵੀ ਨਹੀਂ ਬੋਲਣਾ ਵੀ ਨਹੀਂ ਆਉਂਦਾ ਸਹੀ ਤਰੀਕੇ ਨਾਲ ਜਗ੍ਹਾ ਦਾ ਨਾਮ ਬਟ ਮਿੰਟ ਗੁੰਮਰੀ ਜਿੱਤਨਾਂ ਨਾਮ ਸੁਣਿਆ ਮੈਂ ਉਹ ਹੈ ਹਾਂ ਨਹੀਂ ਬਹੁਤ ਮਸ਼ਹੂਰ ਆ ਉਹ ਅੱਛਾ ਜੀ ਉਹ ਤੇ ਪਾਕਿਸਤਾਨ ਦਾ ਇੱਕ ਬਹੁਤ ਵਧੀਆ ਮਿਲ ਪਲੈਂਟ ਜਿਹਨੂੰ ਉਹ ਕਹਿੰਦੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਸ਼ਹਿਰ ਸੀ ਜਿਵੇਂ ਆਪਣੇ ਹੁਣ ਚੰਡੀਗੜ੍ਹ ਅੰਗਰੇਜ਼ਾਂ ਨੇ ਠੀਕ ਹੈ ਉਧਰ ਲੈਂਦੀ ਬੋਲੀ ਜ਼ਿਆਦਾ ਬੋਲੀ ਜਾਂਦੀ ਹੈ ਠੀਕ ਹੈ ਇਸ ਕਰਕੇ ਪ੍ਰਭਾਵ ਆਉਣਾ ਕੁਦਰਤੀ ਹੁੰਦਾ ਦਾਦਿਆਂ ਤੋਂ ਪਿਓ ਤੋਂ ਅੱਗੇ ਆਉਂਦਾ ਜਾਂਦਾ ਨਾ ਆਪਣੇ ਚ ਜੀ ਇਹ ਆ ਤੇ ਤੁਹਾਨੂੰ ਉਸ ਬੰਦੇ ਦਾ ਜਿਹੜਾ ਕਿਤੇ ਕਿਤੇ ਹੀਰੋਆ ਵੀ ਆਉਂਦਾ ਹੋਏਗਾ ਤੇ ਜੀ ਕਰਦਾ ਹੋਏਗਾ ਇਸ ਕਰਕੇ ਹੀ ਬੰਦਾ ਜੁੜਦਾ ਆਪਣੀ ਜੜ ਨਾਲ ਜਦੋਂ ਆਪਾਂ ਕਿਤੇ ਚਲੇ ਜਾਂਦੇ ਹਾਂ ਹੁਣ ਸਾਡੇ ਇੱਧਰ ਆਪਣੇ ਮੁੰਡੇ ਆ ਜਦੋਂ ਉਹ ਕੈਨੇਡਾ ਅਮਰੀਕਾ ਚਲੇ ਜਾਂਦੇ ਆ ਪਹਿਲਾਂ ਇਸ ਕਰਕੇ ਗਏ ਪਰ ਉੱਥੇ ਜਾ ਕੇ ਉਹ ਪੰਜਾਬੀ ਨੂੰ ਫੇਰ ਪੈਂਦੇ ਵੀ ਸਾਡੀ ਪੰਜਾਬੀ ਆ ਜੀ ਕਿਉਂਕਿ ਜੜ ਨਾਲੋਂ ਮਨੱਖ ਟੁੱਟ ਨਹੀਂ ਸਕਦਾ ਇਸ ਕਰਕੇ ਪੁਰਾਣੇ ਪਿੰਡਾਂ ਦਾ ਚੇਤਨਾਵਾਂ ਸੁਭਾਵਕਾ ਇਹ ਹੋਏਗਾ ਜੀ ਤਾਂ ਥੋੜਾ ਜਿਹਾ ਮੈਨੂੰ ਸਮਝਾਓਗੇ ਕਿ ਪੰਜਾਬ ਦੇ ਵਿੱਚ ਹਨਾ ਕਿ ਕਿੱਦਾਂ ਕਿੱਦਾਂ ਕੀ ਕੀ ਪ੍ਰਭਾਵ ਆਉਂਦਾ ਕਿਸ ਇਲਾਕੇ ਦਾ ਕੀ ਪ੍ਰਭਾਵ ਆਉਂਦਾ ਕੁਝ ਕੁਝ ਵਿਸ਼ੇਸ਼ ਇਹਦੇ ਤੇ ਦੱਸਣਾ ਚਾਹੋਗੇ ਕਿ ਖਾਸੀਅਤ ਕੀ ਹੁੰਦੀ ਹੈ ਅਲੱਗ-ਅਲੱਗ ਜਗ੍ਹਾ ਦੀ ਜਿਵੇਂ ਆਪਾਂ ਹੁਣ ਬੋਲ ਰਹੇ ਆਂ ਹਾਂਜੀ ਬੋਲੀ ਬੋਲ ਚੱਲਦੀ ਇੱਕ ਲਿਖਤੀ ਹੋਗੀ ਲਿਖਤੀ ਤਾਂ ਆਪਣੀ ਕਿਤਾਬਾਂ ਵਾਲੀ ਜੀ ਚ ਆਪਾਂ ਹੈ ਹਾਂ ਅਸੀਂ ਪੂਰਕੋਂ ਮੈਂ ਬਿੰਦੀਆਂ ਨਾ ਢੰਡੀਆਂ ਨਾ ਲਾਉਣੇ ਆ ਜੀ ਬੋਲ ਚੱਲਦੀ ਜਿਹੜੀ ਬੋਲੀ ਆ ਇਹ ਕਹਿੰਦੇ 12 ਕੋਹਾਂ ਤੇ ਬੋਲੀ ਬਦਲ ਜਾਂਦੀ ਆ ਦੇਖੋ ਉਸ ਸਮੇਂ ਵੀ ਪਰ ਹੋ ਰਹੀ ਪੰਜਾਬੀ ਹਮ ਕਿਧਰੋਂ ਮਲਤਾਨ ਵੱਲੋਂ ਚੱਲੀ ਕਾਂਗੜੇ ਤੱਕ ਜੀ ਇੰਨੀ ਦੂਰ ਤੱਕ ਸੀ ਉਧਰੋਂ ਦਿੱਲੀ ਤੱਕ ਤੇ ਪਸ਼ਾਵਰ ਤੱਕ ਜੀ ਸਾਡੀਆਂ ਪਹਿਲਾਂ 26 ਸੀ ਹੋਰ ਦੋ ਲੱਗ ਗਈਆਂ 28 ਆ ਉਹ ਬੋਲੀਆਂ ਜਿਵੇਂ ਸਾਨੂੰ ਤੇ ਪੜਾਇਆ ਜਾਂਦਾ ਹੈ ਨਾ ਮਾਝਾ ਮਾਲਵਾ ਦੁਆਬਾ ਜੀ ਪੁਆਦ ਡੋਗਰੀ ਜੀ ਕਾਂਗੜੀ ਮਲਤਾਨੀ ਲੈਂਦੀ ਇਹ ਦੂਜਾ ਚਾਖੀ ਇਹਦੀ ਉਹ ਮੇਰੇ ਇਸ ਕਿਤਾਬ ਦੇ ਵਿੱਚ ਵੀ ਹੈਗੀ ਆ ਕਿਤਾਬ ਤੁਹਾਡੇ ਸਾਹਮਣੇ ਪਈ ਆ ਦੂਜੀ ਵਿਆਕਰਨ ਦੀ ਇਹਦੇ ਵਿੱਚ ਉਹ ਸਾਰੀਆਂ ਲਿਖੀਆਂ ਹੋਈਆਂ ਉਹਦੇ ਵਿੱਚ ਥੋੜਾ ਜਿਹਾ ਫਰਕ ਪੈਂਦਾ ਸ਼ਬਦਾਂ ਦਾ ਹੇਰ ਫੇਰ ਦਾ ਜਿਵੇਂ ਅਸੀਂ ਬੋਲਦੇ ਆ ਪੈਸੇ ਤਾਂ ਮਾਝੀ ਵਾਲੇ ਪੈਸੇ ਆਪਾਂ ਅਸੀਂ ਕਹਿੰਦੇ ਨੇ ਉਹ ਅਸੀਂ ਕਹਿੰਦੇ ਆ ਤਾਂ ਮਲਵਈ ਦੇ ਵਿੱਚ ਅਸੀਂ ਇਨਾ ਕਹ ਬੋਲਦੇ ਆ ਇੱਕ ਮਲਵਈ ਦਾੜਾ ਪੂਰਾ ਇਲਾਕਾ ਜਿਹੜਾ ਤਾਂ ਲੁਧਿਆਣਾ ਇਹ ਵੀ ਮਾਲਵੇ ਦਾ ਇਲਾਕਾ ਗਿਣਿਆ ਗਿਆ ਜੀ ਜਿਹੜਾ ਫਿਰੋਜ਼ਪੁਰ ਦੇ ਨੇੜੇ ਆ ਉਹ ਬੇਟ ਦਾ ਹੋ ਜਾਂਦਾ ਦਰਿਆ ਦੇ ਨਾਲ ਤੇ ਜਦੋਂ ਅਸੀਂ ਚਲੇ ਜਾਂਦੇ ਮਾਨਸਾ ਵਾਲਾ ਤਾਂ ਜਾਂ ਬਰਨਾਲੇ ਵਾਲਾ ਇਸ ਇਲਾਕੇ ਦੇ ਵਿੱਚ ਵਾਹ ਇਹਨੂੰ ਬੱਬਾ ਬੋਲਿਆ ਜਾਂਦਾ ਠੀਕ ਹੈ ਵੀਰ ਵੀਰ ਨੂੰ ਵੀਰ ਕਹਿ ਦਿੰਦੇ ਆ ਉਹ ਜੀ ਵੰਗਾ ਨੂੰ ਬੰਗਾ ਜੀ ਕਾਫੀ ਸਾਰੇ ਸ਼ਬਦ ਨੇ ਬਾਕੀ ਪੰਜਾਬੀ ਦੀ ਜਿਹੜੀ ਬੋਲੀ ਆ ਨਾ ਇਹ ਥੋੜੀ ਉੱਚੀ ਸੁਰ ਵਾਲੀ ਬੋਲੀ ਆ ਖੜਵੀ ਬੋਲੀ ਆ ਜੀ ਕਿਉਂਕਿ ਲੋਕ ਜਾਂ ਜੰਗਾ ਜੁੱਧਾਂ ਚ ਰਹੇ ਆ ਤੇ ਜਾਂ ਖੇਤੀਬਾੜੀ ਚ ਰਹੇ ਆ ਤੇ ਉਹਨਾਂ ਦੀ ਆਦਤ ਹੀ ਬਣ ਗਈ ਸੀ ਉੱਚੀ ਆਵਾਜ਼ ਵਿੱਚ ਜੇ ਹਾਕ ਮਾਰਨੀ ਤਾਂ ਵੀ ਉੱਚੀ ਆਵਾਜ਼ ਹੂੰ ਜੇ ਉਹਨਾਂ ਨੇ ਲੜਾਈਆਂ ਕਰਨੀਆਂ ਤਾਂ ਵੀ ਉੱਚੀ ਆਵਾਜ਼ ਸੀਗੇ ਹੂੰ ਤਾਂ ਇਸ ਕਰਕੇ ਨਾ ਇਹਨਾਂ ਦੀ ਬੋਲੀ ਉੱਚੀ ਸੁਰ ਵਾਲੀ ਗਣੀ ਜਾਂਦੀ ਹੈ ਉੱਚੀ ਸੁਰ ਵਾਲੀ ਬੋਲੀ ਜਾਂਦੀ ਹੈ ਫਿਰ ਵੀ ਕਿਸੇ ਨਾ ਕਿਸੇ ਪਾਸੋਂ ਜੇ ਪਿਆਰ ਨਾਲ ਬੋਲੀਏ ਤਾਂ ਪਿਆਰੀ ਵੀ ਉਨੀ ਹੀ ਲੱਗਦੀ ਹੈ ਨਹੀਂ ਪਿਆਰੀ ਤਾਂ ਬਹੁਤ ਹਮ ਦੁਆਬੇਰੀ ਬੋਲੀ ਲੇਖ ਲਉਣੀ ਨਹੀਂ ਜੀ ਕਿੰਨੀ ਮਿੱਠੀ ਆ ਮਾਝੇ ਦੀ ਬੋਲੀ ਜਿਹੜੀ ਉਹ ਥੋੜੀ ਜੰਗਮੀ ਆ ਜਾਂਦੀ ਹੈ ਵੀ ਜੰਗਜੂ ਲੋਕ ਸੀਗੇ ਜੀ ਮਾਲਵੇ ਦੀ ਵੀ ਮਿੱਠੀ ਬੋਲੀ ਆ ਤੁਸੀਂ ਆਪਣੇ ਇਲਾਕੇ ਜਿਹਦੇ ਹੋ ਜਦੋਂ ਤੁਸੀਂ ਸਹੀ ਤੇ ਸ਼ੁੱਧ ਪੰਜਾਬੀ ਬੋਲਦੇ ਹੋ ਨਾ ਤਾਂ ਉਹ ਹਮੇਸ਼ਾ ਮਿੱਠੀ ਬੋਲੀ ਆ ਸਾਨੂੰ ਨਾ ਵੈਸੇ ਹੀ ਬਦਨਾਮ ਕੀਤਾ ਆ ਵੀ ਪੰਜਾਬੀ ਅਖੜ ਬੋਲਦੇ ਨੇ ਨਹੀਂ ਐਨੀ ਗੱਲ ਹੈ ਨਹੀਂ ਕਿ ਕੋਈ ਤੁਸੀਂ ਕਿਤੇ ਵੀ ਗੱਲ ਕਰਦੇ ਹੋ ਜੇ ਤੁਸੀਂ ਸਹੀ ਪੰਜਾਬੀਜੀ ਗੱਲ ਕਰਗੇ ਤੁਹਾਡਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਪਰ ਬੋਲੀ ਜਿਹੜੀ ਆ ਉਹ ਸ਼ੁੱਧ ਤੇ ਸਹੀ ਹੋਣੀ ਜ਼ਰੂਰੀ ਹੈ ਹੂੰ ਕੁਝ ਸ਼ਬਦ ਹੁੰਦੇ ਨੇ ਨਾ ਜਿਵੇਂ ਸੋਨਾ ਸ਼ਬਦਾਂ ਨੂੰ ਸਹੀ ਨਹੀਂ ਬੋਲ ਰਹੇ ਜਿਵੇਂ ਚੀਜ਼ ਆਵਾਜ਼ ਇਹ ਜਿਹੜੇ ਸ਼ਬਦ ਨੇ ਜ਼ਰੂਰੀ ਇਹ ਸ਼ਬਦ ਜਿਹੜੇ ਨੇ ਇਹ ਬਿੰਦੀ ਵਾਲੇ ਆ ਜੀ ਪਰ ਅਸੀਂ ਚੀਜ਼ ਆਵਾਜ਼ ਜ਼ਰੂਰੀ ਇਸ ਤਰ੍ਹਾਂ ਬੋਲਦੇ ਆਂ ਹਨ ਆ ਤਾਂ ਪੈ ਚੁੱਕੀਆਂ ਸੀ ਨਾ ਜੀ ਜਿਹੜੀਆਂ ਸਾਡੇ ਵੱਡੇ ਵਡੇਰਾਂ ਨੇ ਸ਼ਬਦ ਬਣਾਏ ਨੇ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਸਹੀ ਬੋਲੀ ਅਸੀਂ ਤਦ ਲਈਏ ਵਿਸ਼ਾ ਹੀ ਇਹਨਾਂ ਨੂੰ ਆਪਾਂ ਪੰਜਾਬੀ ਖੈਰ ਜਿਹੜੇ ਆਪਾਂ ਹੈਗੇ ਆ ਆਪਾਂ ਹਮੇਸ਼ਾ ਤੋਂ ਸੁਣਦੇ ਆਏ ਆ ਸਾਨੂੰ ਤਾਂ ਪਤਾ ਹੀ ਹੈ ਕਿ ਹਾਂ ਕੀ ਆਪਣਾ ਮਹੱਤਵ ਰਿਹਾ ਪਰ ਕੁਝ ਚੀਜ਼ਾਂ ਜਿੱਦਾਂ ਸੀਗੀਆਂ ਕਿ ਪਹਿਲੇ ਆਪਣੇ ਕਾ ਗੱਲ ਕਹੀ ਜਾਂਦੀ ਸੀ ਕਿ ਭਈ ਪੰਜਾਬੀ ਦੇ ਵਿੱਚ ਜਿੱਦਾਂ ਜਿੰਨੀ ਜ਼ਿਆਦਾ ਅਗਰ ਅਗਰ ਪਿਆਰ ਵਾਲੀ ਗੱਲਾਂ ਵੀ ਲਿਖਿਆ ਜਾ ਸਕਦੀਆਂ ਨੇ ਤੇ ਰੁਵਾਨ ਵਾਲੀਆਂ ਇਸ਼ਕ ਵਾਲੀਆਂ ਗੱਲਾਂ ਹੋ ਦੀਆਂ ਹਾਂ ਹੈਨਾ ਉਹ 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 ਜਿੱਦਾਂ ਅਗਰ ਤੁਸੀਂ ਕਹਿ ਲੋ ਕਿ ਜਿੰਨੇ ਵੀ ਸੈਡ Song ਹੁੰਦੇ ਸੀਗੇ ਕਿ ਪੰਜਾਬੀ ਚ ਜਿਹੜੇ ਸੈਡ Song ਲਿਖੇ ਜਾ ਸਕਦੇ ਸੀਗੇ ਜਿਹੜੇ ਪੁਰਾਣੇ ਲੋਕਾਂ ਨੇ ਲਿਖੇ ਨੇ ਉਹ ਅੱਜ ਵੀ ਜੇ ਕੋਈ ਪੜ ਲਿਆ ਅੱਜ ਵੀ ਉਹਦਾ ਪੜ ਕੇ ਹੀ ਰੋਣਾ ਆ ਜਾਏ ਸੁਣਨ ਦੀ ਵੀ ਲੋੜ ਨਹੀਂ ਆ ਜਿਹੜੇ ਪੰਜਾਬੀ ਆ ਇਹਦੇ ਚ ਹਰ ਬੰਨਗੀਆਂ ਵੈਣ ਜਿਹਨੂੰ ਆਪਾਂ ਮਾਤਮ ਵੇਲੇ ਕਹ ਦਿੰਨੇ ਆ ਜੀ ਉਹ ਇਹਨੇ ਜ਼ਬਰਦਸਤ ਆ ਕਿ ਬੰਦਾ ਜਿਹੜਾ ਸੁਣ ਕੇ ਰੋਂਦਾ ਇੱਕ ਕਿਸੇ ਨੇ ਗੱਲ ਸੁਣਾਈ ਕਿ ਮੈਂ ਮੌਕੇ ਦਾ ਉਹ ਬੰਦਾ ਕਹਿੰਦਾ ਗਵਾ ਸੀ ਕਿ ਜਦੋਂ ਸੰਤ ਹਰਜੰਨ ਸਿੰਘ ਲੰਗੋਵਾਲ ਨੂੰ ਮਾਰਿਆ ਗਿਆ ਨਾ ਹੂੰ ਤਾਂ ਉਹਦੇ ਜਿਹੜੇ ਜਿੰਨੇ ਸਾਥੀ ਜਾਂ ਨੇੜਲੇ ਸੀਗੇ ਉਥੇ ਇਕੱਠੇ ਹੋਏ ਆ ਸਸਕਾਰ ਤੇ ਉਹਨਾਂ ਸਾਰਿਆਂ ਦੇ ਅੱਖਾਂ 'ਚ ਹੰਝੂ ਸੀ ਪਰ ਉਹ ਜਿਵੇਂ ਕਹੋ ਵੀ ਆਪਣੀ ਕਿਸੇ ਕਾਰਨ ਨਹੀਂ ਰੋ ਰਹੇ ਸੀਗੇ ਪੂਰੇ ਭਰੇ ਹੋਏ ਸੀ ਮਨ ਦੇ ਤਾਂ ਹਰ ਉਹਦੀ ਭੈਣ ਨੇ ਆਕੇ ਨਾ ਸੰਤਾ ਦੀ ਨੇ ਇੱਕ ਵੈਣ ਪਾਇਆ ਕਿ ਤੂੰ ਮੇਰੇ ਬੇਫਿਕਰਿਆ ਵੀਰਾ ਤੂੰ ਵੇ ਫਿਕਰਾ ਹੀ ਮਾਰਿਆ ਗਿਆ ਜਦੋਂ ਉਹਨੇ ਇਸ ਤਰ੍ਹਾਂ ਵਹਿਣ ਪਾਇਆ ਨਾ ਤੇ ਜਿਹੜੇ ਉੱਥੇ ਖੜੇ ਸੀ ਉਹਨਾਂ ਦੀ ਹੰਝੂ ਪੈ ਗਈ ਸਾਡੇ ਦੇਖੋ ਪਹਿਲੇ ਜ਼ਮਾਨੇ ਚ ਕੀ ਹੁੰਦਾ ਸੀ ਜਦੋਂ ਕਿਸੇ ਨੂੰ ਦੁੱਖ ਹੁੰਦਾ ਸੀ ਤਾਂ ਸਪੈਸ਼ਲ ਪਿੰਡਾਂ ਦੇ ਵਿੱਚ ਕੁਝ ਜਨਾਨੀਆਂ ਹੁੰਦੀਆਂ ਸੀ ਜਿਨ੍ਹਾਂ ਨੇ ਇਸ ਮੌਕੇ ਤੇ ਰੋਣਾ ਪਿਟਣਾ ਕਾਲੇ ਕੱਪੜੇ ਪਾ ਕੇ ਗੱਗਰੇ ਪਾ ਕੇ ਆਉਂਦੀਆਂ ਸੀ ਉਹ ਰੋਂਦੀਆਂ ਸੀ ਤਾਂ ਕਿ ਦੁੱਖ ਹਲਕਾ ਹੋ ਜੇ ਇਸੇ ਤਰ੍ਹਾਂ ਸਾਡੇ ਹਾਸੇ ਖੇਡੇ ਦੇ ਆ ਜੀ ਵਿਆਹਾਂ ਦੇ ਵਿੱਚ ਸਿਠਣੀਆਂ ਹੁੰਦੀਆਂ ਸੀ ਜਿਹੜੀਆਂ ਹੁਣ ਅਲੋਪ ਹੀ ਹੋ ਗਈਆਂ ਹੁਣ ਪੈਲਸਾਂ ਨੇ ਸਾਡੇ ਵਿਆਹ ਜਿਹੜੇ ਉਹ ਖਾਲੇ ਅੱਗੇ ਹੁੰਦਾ ਸੀ ਆ ਲਾੜੇ ਨੂੰ ਜਦੋਂ ਦੁਪਹਿਰ ਦੀ ਰੋਟੀ ਤੋਂ ਬਾਅਦ ਉੱਥੇ ਫੇਰ ਸੱਜਦੇ ਆਂਦੇ ਉਹਨੂੰ ਕਹਿੰਦੇ ਮਠੀਆਂ ਚ ਬਣਾ ਅੱਛਾ ਉਦੋਂ ਮੰਝੇ ਤੇ ਬਿਠਾ ਲੈਂਦੇ ਸੀ ਤਾਂ ਪਹਿਲਾ ਮਾਹੌਲ ਤਕਰੀਬਨ ਸਾਲੀਆਂ ਇਹ ਕਰਦੀਆਂ ਸੀ ਮੰਝਾ ਬੁਣਿਆ ਨਹੀਂ ਹੁੰਦਾ ਸੀਗਾ ਉਹ ਤੇ ਕਾਨੇ ਰੱਖ ਕੇ ਉੱਤੇ ਚਾਦਰ ਪਾਈ ਦੀ ਬੈਠੇ ਤੇ ਡੱਗ ਪਏ ਮਹੌਲ ਹੁੰਦੇ ਸੀ ਉਹ ਜਰੇ ਜਾਂਦੇ ਸੀ ਲੋਕਾਂ ਚ ਨਾ ਸ਼ਹਿਨਸ਼ੀਲਤਾ ਸੀ ਉਹ ਉਹਨੂੰ ਮੰਨ ਲੈਂਦੇ ਸੀ ਜਾਂ ਫਿਰ ਜਿਹਨੂੰ ਸਿੱਠਣੀਆਂ ਦਿੰਦੀਆਂ ਸੀ ਉਹ ਫਿਰ ਲਾੜੇ ਦੀ ਮਾਂ ਭੈਣ ਨੂੰ ਨਾ ਪੁਣ ਕੇ ਛੱਡਦੀਆਂ ਸੀ ਤੇਰੀ ਭੈਣ ਕੋਠੇ ਚੜ ਗਈ ਲਾੜੇ ਦੀ ਭੈਣ ਚੜ ਗਈ ਡੇਕ ਟੁੱਟ ਗਿਆ ਟਾਣਾ ਆ ਗਈ ਇਹੋ ਜੀਆਂ ਗੱਲਾਂ ਕਰਦੀਆਂ ਸੀ ਜੀ ਤੇ ਹੱਸਦੇ ਆ ਖੇਡਦੇ ਸੀ ਦੇਖੋ ਵਿਆਹ ਵੇਲੇ ਜਿਹੜੀ ਰੀਵਨ ਕੱਟਦੇ ਤੋ ਕਿੰਨੇ ਮਹੌਲ ਹੁੰਦੇ ਨੇ ਉੱਥੇ ਸ਼ੁਰੂ ਹੋ ਜਾਂਦਾ ਜੀ ਤਾਂ ਇਹ ਚੀਜ਼ਾਂ ਸਾਡੇ ਸਭਿਆਚਾਰ ਦੇ ਵਿੱਚ ਆ ਹਾਸਾ ਵੀ ਗਮੀ ਖੁਸ਼ੀ ਸਾਰਾ ਕੁਝ ਹੈਗਾ ਜੇ ਆਪਾਂ ਰਸਮਾਂ ਹੀ ਵੇਖ ਲਓ ਬੱਚਾ ਜੰਮਣ ਤੋਂ ਲੈ ਕੇ ਮਰਨ ਤੱਕ ਹਰ ਚੀਜ਼ ਤਕਰੀਬਨ ਗੀਤਾਂ ਚ ਜੀ ਸਹੀ ਗੱਲ ਜੰਮਦਾ ਉਹ ਵੀ ਗੀਤ ਉਦੋਂ ਵੀ ਗੀਤ ਗਾਏ ਜਾਂਦੇ ਆ ਲੋਰੀਆਂ ਵੀ ਮਾਂ ਗੀਤਾਂ ਹੀ ਦਿੰਦੀ ਆ ਉਸ ਤੋਂ ਬਾਅਦ ਵਿਆਹ ਵੇਲੇ ਵੀ ਗੀਤ ਆ ਜਦੋਂ ਮੌਤ ਹੁੰਦੀ ਉਹਦਾ ਵੈਣ ਵੀ ਇੱਕ ਗੀਤ ਦਾ ਰੂਪ ਕਾਵ ਰੂਪ ਹੀ ਉਹ ਹੋ ਗਿਆ ਤਾਂ ਸਾਡਾ ਜਿਹੜਾ ਸਾਹਿਤ ਆ ਨਾ ਜਾਂ ਸਾਡੀ ਭਾਸ਼ਾ ਇਹ ਇੱਕ ਚੜ੍ਹਦੀ ਕਲਾ ਵਾਲੀ ਭਾਸ਼ਾ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਖੁਸ਼ੀ ਗਮੀ ਜਿਹੜੀ ਆ ਉਹ ਕੁਦਰਤ ਦੀ ਦੇਣ ਆ ਤੇ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਆਪਾਂ ਅਗਰ ਪੰਜਾਬੀ ਨੂੰ ਥੋੜਾ ਆਪਾਂ ਗੱਲ ਕਰਦੇ ਆਂ ਕਿ ਸ਼ੁਰੂਆਤ ਪੰਜਾਬੀ ਐਜ਼ ਅ ਲੈਂਗੁਏਜ ਦੀ ਕਿੱਦਾਂ ਹੋਈ ਕਿ ਕੌਣ ਸੀਗੇ ਉਹ ਲੋਕ ਤੇ ਕਿੱਦਾਂ ਤੁਸੀਂ ਸਮਝ ਲਓ ਕਿ ਇਹ ਜਿਹੜੀ ਪੁਰਾਣੀ ਪੰਜਾਬੀ ਸੀ ਤੇ ਹੁਣ ਵੀ ਜਿਵੇਂ ਤੁਸੀਂ ਹੁਣ ਪੰਜਾਬੀ ਚ ਬੋਲੇ ਮਤਲਬ ਐਨੇ ਜ਼ਿਆਦਾ ਕੰਫਰਟੇਬਲ ਹੈਗੇ ਹੋ ਤੁਸੀਂ ਤੇ ਉਹ ਪੰਜਾਬੀ ਤੇ ਜਿਹੜੀ ਪੰਜਾਬੀ ਜਦੋਂ ਸ਼ੁਰੂ ਹੋਈ ਸੀਗੀ ਉਹਦੇ ਚ ਵੀ ਅੱਜ ਕਿੰਨਾ ਡਿਫਰੈਂਸ ਆ ਚੁੱਕਾ ਥੋੜਾ ਜ਼ਿਆਦਾ ਤੇ ਚਾਨਣ ਪਾਉਗੇ ਪੰਜਾਬੀ ਬਹੁਤ ਪੁਰਾਣੀ ਹੈ ਜਿਹਨਾਂ ਨੂੰ ਗੁਰਮੁਖੀ ਕਹਿੰਦਾ ਤਾਂ ਬਹੁਤ ਸਾਰੇ ਲੋਕਾਂ ਨੇ ਭਲੇਖੇ ਚ ਇਹ ਕਹਿੰਦਾ ਵੀ ਇਹ ਗੁਰੂ ਅੰਗਦ ਦੇਵ ਜੀ ਨੇ ਬਣਾਈ ਆ। ਸਿੰਧੂ ਘਾਟੀ ਦੇ ਜਿਹੜੇ ਮਿਲਦੇ ਆ ਨਾ ਵਿਸ਼ੇਸ਼ ਉਹਨਾਂ ਦੇ ਵਿੱਚ ਕੁਝ ਅੱਖਰ ਜਿਹੇ ਮਿਲਦੇ ਆ ਜਿਹੜੇ ਪੰਜਾਬੀ ਨਾਲ ਜੁੜਦੇ ਆ। ਉਸ ਤਰ੍ਹਾਂ ਦੇ ਰਲਦੇ ਮਿਲਦੇ ਆ। ਠੀਕ ਹੈ। ਪੁਰਾਣੇ ਜ਼ਮਾਨੇ 'ਚ ਹੱਥ ਨਾਲ ਲਿਖਦੇ ਸੀ। ਜੀ। ਉਹ ਲਿਖਦੇ ਇੱਕ ਬੰਦੇ ਨੇ ਲਿਖਿਆ ਫਿਰ ਦੂਜਿਆਂ ਨੇ ਲਿਖਿਆ। ਕੋਈ ਛਾਪੇਖਾਨੇ ਨਾਲ ਆ ਕੇ ਹੌਲੀ-ਹੌਲੀ ਆਉਂਦੇ ਉਹਨਾਂ ਦੀ ਤਰਤੀਬ ਤੇ ਅੱਖਰ ਬਦਲਦੇ ਜਾਂਦੇ ਸੀ। ਜੀ। ਬਾਬਾ ਫਰੀਦ ਜੀ 1173 ਚ ਇਸ ਦੁਨੀਆ ਤੇ ਆਏ ਨੇ। ਉਦੋਂ ਪਹਿਲਾਂ ਨਾਥਾ ਜੋਗੀਆਂ ਦੀ ਪਾਸ਼ਾ ਸੀ ਜੇ ਉਹ ਗੁਰੂ ਗੋਖਰਖਨਾਥ ਦੀ ਜਿਹੜੀ ਆਪਾਂ ਕਪਤਾ ਉਹ ਬਾਣੀ ਨੂੰ ਵਾਚੀਏ ਤਾਂ ਉਹ ਅੱਜ ਨਾਲੋਂ ਵੀ ਸਰਲ ਪੰਜਾਬੀ ਸੀ ਬਾਬਾ ਫਰੀਦ ਦੇ ਸ਼ਲੋਕ ਉਹ ਬਹੁਤ ਵਧੀਆ ਪੰਜਾਬੀ ਚ ਸਰਲ ਨੇ ਤੇ ਕਿੰਨੇ ਮਨ ਨੂੰ ਮੋਹਦੇ ਆ ਫਿਰ ਗੁਰੂ ਨਾਨਕ ਦੇਵ ਜੀ ਤੇ ਆ ਜੀ ਤਾਂ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਸਾ ਪੱਟੀ ਲਿਖੀ ਆ ਉਹ ਸੱਸਾ ਹਾ ਜਿੱਥੋਂ ਸ਼ੁਰੂ ਹੋਈ ਸੀ ਊੜੇ ਤੋਂ ਨਹੀਂ ਹੋਈ ਸੀ ਤਾਂ ਉਹ ਜਿਹੜੀ ਸੀ ਅਕਸਰ ਤਾਂ ਉਹਨਾਂ ਨੂੰ ਉਹਨਾਂ ਦੇ ਉਸਤਾਦ ਜਿਹੜੇ ਸੀ ਉਹਨਾਂ ਨੇ ਦੱਸਿਆ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਗੁਰੂ ਸਾਹਿਬ ਵੇਲੇ ਉਹ ਲਿਪੀ ਚੱਲ ਰਹੀ ਸੀ ਹੂੰ ਨਾ ਉਹਦਾ ਕੁਝ ਵੀ ਹੋ ਸਕਦਾ ਸੀ ਤਾਂ ਉਹ ਇੰਨੀ ਪੁਰਾਣੀ ਸੀ ਉਦੋਂ ਪਹਿਲਾਂ ਦੀ ਕਿੰਨੀ ਪੁਰਾਣੀ ਹੋਊਗੀ ਫੇਰ ਹੀ ਅੱਖਰ ਬਣ ਕੇ ਉਹਨਾਂ ਤੱਕ ਆਏ ਫੇਰ ਗੁਰੂ ਅੰਗਦ ਦੇਵ ਜੀ ਤੱਕ ਆਈਏ ਗੁਰੂ ਅੰਗਦ ਦੇਵ ਜੀ ਨੇ ਉਸ ਲਿਪੀ ਨੂੰ ਵਿਗਿਆਨਕ ਤਰਤੀਬ ਦਿੱਤੀ ਆਸਾ ਪੱਟੀ ਦੀ ਹੋਰ ਆ ਤਰਤੀਬ ਉਸ ਤੋਂ ਬਾਅਦ ਊੜਾ ਆੜਾ ਈੜੀ ਸਸਾ ਹਾ ਹਾਲਾ ਕਕਾ ਖਖਾ ਚਚਾ ਛਾ ਇਹੜੇ ਮੁੱਖ ਵਰਗ ਕ ਵਰਗ ਚ ਵਰਗ ਟ ਵਰਗ ਜਿਹੜੇ ਆ ਇੱਥੇ ਇਹਨਾਂ ਦਾ ਨਾਂ ਦਿੰਨੇ ਆਪਾਂ ਜੀ ਇਹ ਗੁਰੂ ਅੰਗਦ ਦੇਵ ਜੀ ਵੇਲੇ ਵਿਗਿਆਨਕ ਤਰਤੀਬ ਨਾ ਹੋਗੀ ਜੀ ਧੁਨੀ ਦੇ ਹਿਸਾਬ ਨਾਲ ਚਲਦੇ ਆ ਸਮਝ 35 ਬਣ ਗਈ 35 ਅੱਖਰਾਂ ਤੋਂ ਬਾਅਦ ਪੰਜ ਅੱਖਰ ਫੇਰ ਬਣੇ ਆ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਜਜੇ ਪੈਰ ਫਫੇ ਪੈਰ ਤੱਕ ਹਾਂ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਜਿਹੜੇ ਅਰਬੀ ਜਾਂ ਫਾਰਸੀ ਚੋਂ ਸ਼ਬਦ ਆਏ ਸੀ ਉਹਨਾਂ ਸ਼ਬਦਾਂ ਦੇ ਉਚਾਰਨ ਵੇਲੇ ਇਹਨਾਂ ਦੀ ਲੋੜ ਪੈਂਦੀ ਆ ਹਾਂ ਜਿਵੇਂ ਖਖੇ ਵਾਲਾ ਅਖਬਾਰ ਖਬਰਾਂ ਖੁਸ਼ੀ ਤੇ ਖੁਸ਼ੀ ਨਹੀਂ ਖੁਸ਼ੀ ਖਬਰਾਂ ਉਹ ਉਚਾਰਨ ਵਿੱਚ ਫਰਕ ਆ ਖਬਰਾਂ ਦੇ ਖਬਰਾਂ ਨੇ ਤਾਂ ਇਹਨਾਂ ਤੇ ਬਿੰਦੀ ਲੱਗਣੀ ਆ ਜੀ ਚਲੋ ਆਪਾਂ ਇਹਨੂੰ ਸੰਭਾਲਤਾ ਲਈਏ ਨਾ ਬਿੰਦੀ ਲਾ ਕੇ ਹਾਂ ਜਜੇ ਪੈਰ ਬਿੰਦੀ ਵਾਲੇ ਦੇਖ ਲਿਓ ਜ਼ ਦੀ ਆਵਾਜ਼ ਦਿੰਦੇ ਆ ਪਰ ਜਿੱਥੇ ਦੋ ਜਜੇ ਆ ਜਾਂਦੇ ਆ ਆਪਾਂ ਕਹਿੰਦੇ ਹਾਂ ਨਾ ਭਲੇਖਾ ਖਾ ਜਾਂਦੇ ਆ ਜੀ ਜੰਜੀਰ ਜਜ਼ਬਾਤ ਜਿੱਥੇ ਦੋ ਲਗਾਤਾਰ ਆ ਜਾਂਦੇ ਆ ਜਜੇ ਤਾਂ ਪਹਿਲਾ ਜਜਾ ਬਿੰਦੀ ਤੋਂ ਬਿਨਾ ਬਿੰਦੀ ਤੋਂ ਬਿਨਾ ਤੇ ਦੂਜਾ ਮਗਰ ਲੱਗੇਗਾ ਬਿੰਦੀ ਵਾਲਾ ਜਜ਼ਬਾਤ ਜਜ਼ਬਾਤ ਆ ਜਾਏਗਾ ਜੰਜੀਰ ਇਸ ਤਰ੍ਹਾਂ ਆ ਜਾਏਗਾ ਤਾਂ ਇਹਨਾਂ ਚੀਜ਼ਾਂ ਦੀ ਲੋੜ ਸੀ ਕਿਉਂਕਿ ਸਾਡੇ ਤੇ ਪੰਜਾਬ ਦੇ ਵਿੱਚ ਕੀ ਹੋਇਆ ਸੀਗਾ ਮਹਾਰਾ ਰਣਜੀਤ ਸਿੰਘ ਦੇ ਵੇਲੇ ਰਾਜ ਭਾਸ਼ਾ ਫਾਰਸੀ ਸੀ ਠੀਕ ਹੈ ਉਦੋਂ ਪਹਿਲਾਂ ਉਰਦੂ ਚੱਲਦੀ ਰਹੀ ਹੈ ਠੀਕ ਹੈ ਕਿਉਂਕਿ ਮੁਗਲ ਹਮਲਾਵਾਰ ਤੇ ਇਧਰਲੇ ਜਦੋਂ ਆਏ ਆ ਮੁਗਲਾਂ ਨੇ ਇੱਥੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਆਪਣੀ ਭਾਸ਼ਾ ਫਾਰਸੀ ਚਲਾਈ ਤਾਂ ਰਿਆਆ ਨੂੰ ਤਾਂ ਲੋੜ ਹੁੰਦੀ ਆ ਹੂੰ ਉਹਨਾਂ ਦਾ ਵਰਤਨਾ ਉਹਨਾਂ ਤੋਂ ਕੰਮ ਲੈਣਾ ਤਾਂ ਸਾਰੇ ਆਪਣੀ ਭਾਸ਼ਾ ਛੱਡ ਕੇ ਉਹਨਾਂ ਦੀ ਭਾਸ਼ਾ ਸਿੱਖਣ ਸਾਪੇ ਤਾਂ ਹਿੰਦੀ ਪੰਜਾਬੀ ਤੇ ਫਾਰਸੀ ਨੂੰ ਰਲਾ ਕੇ ਜਿਹੜੋ ਚ ਲੁਣੀਂਦੇ ਸ਼ਬਦ ਕੱਢ ਲੇ ਤਾਂ ਉਹ ਉਰਦੂ ਜਿਹਨੂੰ ਆਪਾਂ ਕਹ ਦਿੰਨੇ ਆ ਜਿਹੜੀ ਕਿ ਫੌਜ ਦੀ ਭਾਸ਼ਾ ਠੀਕ ਹੈ ਉਹਦਾ ਮਤਲਬ ਤਾਂ ਇਹ ਹੁੰਦਾ ਤਾਂ ਉਹ ਬਣ ਗਈ ਸੀ ਠੀਕ ਇਸ ਕਰਕੇ ਜਿਹੜੇ ਉਹ ਸ਼ਬਦ ਸਾਡੇ ਜਨ ਜੀਵਨ ਚ ਆ ਗਏ ਤੇ ਅਸੀਂ ਉਹ ਵਰਤਦੇ ਆ ਤੇ ਫਿਰ ਵਰਤਦੇ ਤਾਂ ਬੋਲਦੇ ਆ ਬਿੰਦੀ ਵਾਲੇ ਸ਼ਬਦ ਆ ਗਏ ਫਿਰ ਆ ਗਈ ਲੱਲੇ ਪੈਰ ਬਿੰਦੀ ਹੂੰ ਬਹੁਤ ਸਾਰੇ ਵਿਦਵਾਨ ਕਹਿੰਦੇ ਦੀ ਲੋੜ ਨਹੀਂ ਹੂੰ ਪਰ ਮੈਂ ਤੁਹਾਨੂੰ ਇਹ ਇੱਕ ਆਵਾਕ ਬੋਲਦਾ ਤੇ ਤੁਸੀਂ ਆਪ ਵੀ ਦੱਸੋ ਵੀ ਲੋੜ ਹੈ ਕਿ ਨਹੀਂ ਹੈ ਜਿਵੇਂ ਆਪਾਂ ਕਹਤਾ ਖਾਲੀ ਖਾਲੀ ਹੈ ਹੂੰ ਖਾਲੀ ਖਾਲੀ ਇਹਨਾਂ ਦੋਨਾਂ ਚ ਖਖੇ ਕੰਨਾਂ ਲੱਲੇ ਵਿਆਰੀ ਖਖੇ ਕੰਨਾਂ ਲੱਲੇ ਵਿਆਰੀ ਹੈ ਨਾ ਕਿਹਨੂੰ ਖਾਲੀ ਸਮਝਾਂ ਕਿਹਨੂੰ ਖਾਲੀ ਸਮਝਾਂਗੇ ਤਾਂ ਜਿੱਥੇ ਤੁਸੀਂ ਹੁਣ ਆਚਾਰਨ ਵੇਖ ਲਿਓ ਜਿੱਥੇ ਸਾਡੀ ਜੀਭ ਘੁੰਮ ਜਾਂਦੀ ਆ ਉੱਥੇ ਬਿੰਦੀ ਲੱਗ ਜਾਣੀ ਆ ਖਾਲੀ ਤੇ ਪਰ ਇੱਥੇ ਆਪਾਂ ਇਹ ਨਹੀਂ ਕਰ ਸਕਦੇ ਅੱਦਲ ਲਾਤਾ ਨਹੀਂ ਹਿੰਦੀ ਜਣਾ ਨਹੀਂ ਉਹ ਮਤਲਬ ਆਪਾਂ ਐਦਾਂ ਦਾ ਕੁਝ ਨਹੀਂ ਕਰ ਸਕਦੇ ਇਸ ਅਦੇ ਚ ਉਹ ਜਿੱਥੇ ਉਹ ਵੀ ਦੱਸਦਾ ਜਿੱਥੇ ਆਪਣਾ ਜਿਵੇਂ ਮੈਂ ਕਹਿੰਦਾ ਮੈਂ ਉਸ ਦੇ ਨਾਲ ਗਿਆ ਜੀ ਨਾਲ ਵਿੱਦ ਵਾਲਾ ਹਾਂਜੀ ਨਾਲ ਉਥੇ ਬਿੰਦੀ ਲੱਗੇਗੀ ਠੀਕ ਹੈ ਕਿਉਂਕਿ ਜੀਬ ਸਾਡੀ ਘੁੰਮ ਗਈ ਹੈ ਖਾਲੀ ਖਾਲੀ ਹੈ ਹੂੰ ਉਸ ਨੇ ਨਾਲ ਨਾਲ ਪਾਣੀ ਲਾਇਆ ਇੱਕ ਨਾਲ ਹੋ ਗਈ ਨਾ ਇੱਕ ਨਾਲ ਹੋ ਗਈ ਜਿਹੜੀ ਉਹ ਨਾਲ ਲੋਹੇ ਦੀ ਜਾਂ ਪਾਈਪ ਆ ਉਹ ਤੇ ਬਿੰਦੀ ਨਹੀਂ ਲਗਣੀ ਜੀ ਤਾਂ ਵੀ ਆਪਾਂ ਜੇ ਬਰੀਕ ਬਰੀਕ ਸਿਧਾਂਤਾਂ ਨੂੰ ਦੇਖੀਏ ਤਾਂ ਉਲਝ ਜਾਈਦਾ ਤਾਂ ਮੈਂ ਸੌਖੀ ਚੀਜ਼ ਬਣਾਈ ਸੀ ਸਿਧਾਂਤਾਂ ਦੇ ਹਿਸਾਬ ਨਾਲ ਕੋਈ ਕਿਤਾਬ ਜਿਹੜੀ ਹੈ ਵੀ ਜਲਦੀ ਹੀ ਆ ਜਾਣੀ ਆ ਇਹ ਵੀ ਪੰਜਾਬੀ ਸ਼ਬਦ ਜੋੜ ਇਹਦੀ ਪੀਡੀਫ ਫਾਈਨਲ ਆ ਗਈ ਮੇਰੇ ਕੋਲੇ ਤੇ ਸ਼ਾਇਦ ਅਗਲੇ ਹਫਤੇ ਤਾਈਂ ਆ ਜਾ ਜਿਹਦੇ ਵਿੱਚ ਨਾ ਇਹ ਛੋਟੇ ਛੋਟੇ ਮੈਂ ਨੁਕਤੇ ਦਿੱਤੇ ਆ ਛੋਟੀ ਜੀ ਆ ਵੱਡੀ ਕਿਤਾਬ ਨਹੀਂ ਪੜੀ ਜਾਂਦੀ ਨਾ ਪੜਦੇ ਨੇ ਅਜੀ ਛੋਟੀ ਚੀਜ਼ ਤੋਂ ਉਹਨਾਂ ਨੂੰ ਪਤਾ ਤਾਂ ਲੱਗ ਜਾ ਜੀ ਵੀ ਆਪਾਂ ਲਿਖੀਏ ਸਹੀ ਤਾਂ ਲੱਲੇ ਪੈਰ ਬਿੰਦੀ ਦਾ ਇਹ ਮੋਟਾ ਫਾਰਮੂਲਾ ਮੁੜ ਲਾ ਕਿ ਇਸ ਤਰ੍ਹਾਂ ਕਰ ਇਹ ਹਾਲੇ ਆਪਾਂ ਲੱਲੇ ਪੈਰ ਬਿੰਦੀ ਆਪਾਂ ਹਾਲੇ ਉਹ ਨਹੀਂ ਪਾਈ ਨਾ ਹਲੇ ਆਪਣੇ ਸਕੂਲ ਬੁੱਕਾਂ ਚ ਆਉਂਦੀ ਆ ਹੁਣ ਫਿਰ ਵੀ ਵਿਦਵਾਨ ਇਸ ਗੱਲ ਤੇ ਹਾਲੇ ਵੀ ਬਹਿਸ ਕਰ ਰਹੇ ਨੇ ਕਿ ਹੋਣਾ ਚਾਹੀਦਾ ਜਾਂ ਨਹੀਂ ਹੋਣੀ ਚਾਹੀਦੀ ਹਾਂ ਵੇ ਦੇਖੋ ਇਹਨਾਂ ਚ ਆਉਂਦੀ ਆ ਨਾ ਤੇ ਫਿਰ ਆਪਾਂ ਨੂੰ ਪਾਉਣੀ ਪੈਂਦੀ ਆ ਐਵੇਂ ਤੁਸੀਂ ਅਧਕਦੀ ਗੱਲ ਕੀਤੀ ਅਧਕ ਜਿਹੜਾ ਜਿੱਥੇ ਹਿੰਦੀ ਵਿੱਚ ਕੀ ਹੁੰਦਾ ਅਧਕ ਨਹੀਂ ਪਾਉਂਦੇ ਜੀ ਉਹਦੇ ਚੋਂ ਅੱਧਾ ਅੱਖਰ ਅੱਧਾ ਅੱਖਰ ਜਿਵੇਂ ਬਿੱਲੀ ਆ ਹਾਂਜੀ ਬੇ ਸਿਆਰੀ ਹਾਂਜੀ 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 ਜਾਂ ਛੋਟੀ ਕਹਿੰਦੇ ਈ ਦੀ ਮਾਤਰਾ ਫਿਰ ਅੱਦਲਾ ਫਿਰ ਪੂਰਾ ਹੈ ਨਾ ਪੂਰਾ ਤਾਂ ਪੰਜਾਬੀ ਜੀ ਕੀ ਆ ਆਪਾਂ ਅੱਦਕ ਲੰਦਾ ਉਹਦੀ ਸਾਡੇ ਅਦਕ ਲੱਗ ਜਾਂਦਾ ਜੀ ਇਹ ਵੀ ਇੱਕ ਇਹਦੇ ਚ ਵੀ ਗੱਲ ਆ ਜਿਵੇਂ ਤੁਸੀਂ ਕਿਹਾ ਅਦਕ ਹੈ ਨਾ ਇਹ ਕੀ ਹੁੰਦਾ ਅਦਕ ਬਿੰਦੀ ਟਿੱਪੀ ਤਿੰਨ ਲਗਾ ਕੇ ਹੂੰ ਜਿੱਥੇ ਅਦਕ ਲਿਖਣਾ ਉਹਨੂੰ ਅਦਕ ਨਹੀਂ ਪੈਣਾ ਜਿੱਥੇ ਬਿੰਦੀ ਲਿਖਣੀ ਉਹਨੂੰ ਬਿੰਦੀ ਨਹੀਂ ਲੱਗਣੀ ਠੀਕ ਹੈ ਜਿੱਥੇ ਟਿੱਪੀ ਉਹਨੂੰ ਟਿੱਪੀ ਨਹੀਂ ਲੱਗਣੀ ਲੈ ਕੇ ਦੇਖਿਓ ਹਣਾ ਟਿੱਪੀ ਹਾਂਜੀ 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 ਤਿੰਨਾਂ ਤੇ ਨਹੀਂ ਨਾ ਲੱਗਦੇ ਇਹ ਵੀ ਇੱਕ ਜਾਂਦੀ ਇੱਕ ਜਾਦੂ ਹੀ ਹੈਗਾ ਤੁਹਾਡੀ ਮਤਲਬ ਬੱਚਿਆਂ ਨੂੰ ਦੱਸਣ ਵਾਸਤੇ ਬਹੁਤ ਸੌਖਾ ਨਾ ਹੈ ਜੀ ਇਹਨਾਂ ਚੀਜ਼ਾਂ ਨੂੰ ਸਾਨੂੰ ਸੰਭਾਲਣਾ ਪੈਣਾ ਹੈ ਜੀ ਤੇ ਸੰਭਾਲਣ ਦੀ ਮੇਰੀ ਕੋਸ਼ਿਸ਼ ਆ ਵੀ ਜਿਵੇਂ ਆ ਵਿਆਕਰਨ ਪਈ ਆ ਇਹਦੇ ਵਿੱਚ ਮੈਂ ਨਕਸ਼ਾ ਵੀ ਆਪਣਾ ਜਿਹੜਾ ਆਪਾਂ ਕੀਤਾ ਸੀ ਨਾ ਗੱਲ ਪਛਾਵਾਂ ਦਾ ਹਾਂਜੀ ਸਾਰਾ ਕੁਝ ਇਹਦੇ ਵਿੱਚ ਦਿੱਤਾ ਆ ਮੇਰਾ ਠੀਕ ਹੈ ਇਹਦੇ ਵਿੱਚ ਹੋਰ ਬੜਾ ਕੁਝ ਦਿੱਤਾ ਜਿਹੜਾ ਨਵਾਂ ਸ਼ਬਦ ਜੋੜਾਂ ਦਾ ਦਿੱਤਾ ਵੀ ਕਿਉਂ ਸ਼ਬਦ ਜੋੜਾਂ ਸੀ ਜਿਵੇਂ ਸ਼ਹਿਰ ਕਹਿਰ ਬੋਲਦੇ ਨੇ ਸ਼ਹਿਰ ਦਲਾਵਾਂ ਦੀ ਆਵਾਜ਼ ਆਉਂਦੀ ਆ ਪਰ ਜੇ ਮਗਰ ਹਾਹਾ ਲੱਗਾ ਤਾਂ ਮੂਰਲੇ ਦੀਆਂ ਦਲਾਵਾਂ ਕੱਟ ਕੇ ਹਾਹੇ ਨੂੰ ਸਿਆਰੀ ਹੋ ਜਾਣੀ ਠੀਕ ਹੈ ਜੇ ਮੂਰੇ ਲਾਵਾਂ ਤਾਂ ਉਹ ਲਾਵਾਂ ਕੱਟ ਕੇ ਜੇ ਮਗਰ ਹਾਹਾ ਤਾਂ ਉਹ ਨੂੰ ਸਿਆਰੀ ਬਣ ਜਿਵੇਂ ਕੇਰ ਠੀਕ ਹੈ ਲੇਖਦੇ ਕੱਕੇ ਨੂੰ ਸਿਆਰੀ ਆ ਬੋਲਦੇ ਕੱਕੇ ਨੂੰ ਲਾਵਾਂ ਵਾਂਗਾ ਤਾਂ ਉਹ ਸਾਰੇ ਨਿਜਮ ਇਹਦੇ ਵਿੱਚ ਵੀ ਤੇ ਉਹਦੇ ਵਿੱਚ ਵੀ ਆ ਜਾਂਦੇ ਆ ਕੁਝ ਕੋ ਹੋਰ ਚੀਜ਼ਾਂ ਜਿਹੜੀਆਂ ਸ਼ਾਇਦ ਤੁਸੀਂ ਵੀ ਵਰਤਦੇ ਹੋ ਪਰ ਉਹਨਾਂ ਬਾਰੇ ਖਿਆਲ ਨਹੀਂ ਰੱਖਦੇ ਕਿ ਕਿਹੜੀਆਂ ਨੇ ਜੀ ਜਿਵੇਂ ਸਾਡੇ ਕੋਲੇ ਵਿਸ਼ਰਾਮ ਚੈਨ ਜੀ ਸਾਨੂੰ ਪੜ੍ਹਾਏ ਜਾਂਦੇ ਨਾ ਜਿਹਨੂੰ ਪੜ੍ਹਾਉਣ ਵੇਲੇ ਪਤਾ ਨਹੀਂ ਕਿਉਂ ਉਹਨਾਂ ਨੂੰ ਥੋੜਾ ਜਿਹਾ ਛੱਡ ਦਿੱਤਾ ਗਿਆ ਸਾਨੂੰ ਪੜ੍ਹਾਏ ਜਾਂਦੇ 14 ਵਿਸ਼ਰਾਮ ਚੈਨ ਜਿਹੜੇ 10ਵੀਂ ਦੀਆਂ ਕਿਤਾਬਾਂ ਚ ਤੱਕਾ ਜੀ ਉਸ ਤੋਂ ਬਿਨਾ ਕੁਝ ਦਫ਼ਤਰੀ ਵੀ ਹੈ ਗਿਆ ਉਹ ਮੈਂ ਇਹਦੇ ਵਿੱਚੋਂ ਤੁਹਾਨੂੰ ਦੇਖ ਕੇ ਦੱਸ ਦਿੰਦਾ ਜਿਵੇਂ ਨਕਸ਼ਾ ਆ ਜਾਂਦਾ ਤਾਂ ਕਿਉਂ ਹੁੰਦੇ ਨੇ ਹਾਂ ਵੇ ਆਗੇ ਇੱਕ ਅਸੀਂ ਲਿਸਟ ਬਣਾਉਣੇ ਹੁੰਦੇ ਆ ਤੁਸੀਂ ਵੀ ਇਥੇ ਜਿਹਾ ਬਣਾਉਣੇ ਆ ਜਾਂ ਅੰਗਰੇਜ਼ੀ ਡੂ ਡੂ ਲਿਖ ਦਿੰਦੇ ਆ ਜੀ 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 ਆਪਣੇ ਕੌਮੇ ਲਾ ਦਿੰਦੇ ਆ ਹਾਂਜੀ ਉਹਨਾਂ ਨੂੰ ਕਹਿੰਦੇ ਐਜਨ ਹਾਂਜੀ ਉਹ ਦੱਸਿਆ ਹੀ ਨਹੀਂ ਜਾ ਰਿਹਾ ਕਿਤਾਬਾਂ ਚੋਂ ਕੱਢ ਦਿੱਤੇ ਗਏ ਸੀ ਉਹ ਪੰਜਾਬੀ ਚ ਵੀ ਹੁੰਦੇ ਲੇਕਿਨ ਆਪਾਂ ਨੂੰ ਪੰਜਾਬੀ ਆਪਾਂ ਨੂੰ ਇਹ ਨਹੀਂ ਪਤਾ ਆਪਾਂ ਕਿਹੜੇ ਕੌਮੇ ਲਾ ਦਿਓ ਥੱਲੇ ਹਾਂ ਉਹੀ ਥਾਂ ਤੇ ਉਹਨੂੰ ਕਹਿੰਦੇ ਐਜਨ ਹਾਂਜੀ ਉਹਦੇ ਚ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਕਿ ਕਿੱਦਾਂ ਦਾ ਪੌਜ਼ ਦੇਣਾ ਛੋਟਾ ਵਾ ਵੱਡਾ ਵਾ ਉਸ ਦੇ ਹਿਸਾਬ ਨਾਲ ਜਿੱਦਾਂ ਇੰਗਲਿਸ਼ 'ਚ ਤਾਂ ਹੈਗੇ ਆਪਣੇ ਪੰਜਾਬੀ 'ਚ ਵੀ ਹੈ 10 ਜਾਨਾਂ ਦੇ ਨਾਮ ਲ ਜੀ ਦੂਜੇ ਕਾਲਮ ਦੇ ਤੁਸੀਂ ਉਹਨਾਂ ਦੀ ਕਲਾਸ ਲਿਖਣੀ ਆ ਹੂੰ ਤੇ ਤੁਹਾਨੂੰ ਪਤਾ ਵੀ 8ਵੀਂ ਕਲਾਸ ਆ ਜਿਵੇਂ ਤੁਸੀਂ ਪਹਿਲੇ ਬੱਚੇ ਦੇ ਨਾਲ 8ਵੀਂ ਲਿਖਤੀ ਨਾ ਹਾਂਜੀ ਦੂਜਿਆਂ ਦੇ 8ਵੀਂ 8ਵੀਂ ਨਹੀਂ ਲਿਖਦੇ ਆਪਾਂ ਕਾਮੇ ਲਾਈ ਜਾਂਦੇ ਆ ਹਾਂਜੀ ਉਹ ਕਾਮੇ ਐਜਨ ਹੁੰਦੇ ਆ ਠੀਕ ਹੈ ਉਹ ਜਾਂਦੇ ਚਿੰਨਾ ਦੇ ਨਾਮ ਆ ਜਦੋਂ ਅਸੀਂ ਕੋਈ ਆ ਪੜ੍ਹਦੇ ਆ ਕੋਸ਼ ਤਾਂ ਉਹਦੇ ਵਿੱਚ ਨਾ ਕਈ ਬਿੰਦੀਆਂ ਆਈਆਂ ਹੈਸ਼ ਇਸ ਤਰ੍ਹਾਂ ਦੇ ਹੁੰਦੇ ਆ ਉਹਨਾਂ ਨੂੰ ਅਸੀਂ ਟੀਕਾ ਸੂਚਕ ਕਹਿ ਦਿੰਦੇ ਆ ਵੀ ਜਦੋਂ ਕੋਈ ਚੀਜ਼ ਦੇਖਣੀ ਆ ਉਹਨੂੰ ਮੋੜ ਕੇ ਜਾ ਕੇ ਦੇਖੋ ਵੀ ਇਹ ਵਿਆਕਰਨ ਦੇ ਕਿਹੜੇ ਨਿਯਮ ਦੀ ਆ ਇਹ ਚੀਜ਼ਾਂ ਜਿਹੜੀਆਂ ਦੱਸਣ ਦੀ ਲੋੜ ਸੀ ਸਾਨੂੰ ਇੱਕ ਸਾਡੇ ਕੋਲੇ ਆ ਜਾਂਦਾ ਜਿਵੇਂ ਜੋੜ ਘਟਾਓ ਗੁਣਾ ਭਾਗ ਆਉਂਦਾ ਨਾ ਜਿਹੜੇ ਉਦੋਂ ਇੱਕ ਬਰਾਬਰ ਦਾ ਨਿਸ਼ਾਨ ਹੁੰਦਾ ਹਾਂਜੀ ਜਦੋਂ ਆਪਾਂ ਉਸ ਬਰਾਬਰ ਦੇ ਨਿਸ਼ਾਨ ਨੂੰ ਜੇ ਪੰਜਾਬੀ ਸ਼ਬਦ ਲਿਖਦੇ ਆ ਤਾਂ ਉਹਨੂੰ ਅਸੀਂ ਤੁਲਤਾ ਸੂਚਕ ਕਹਿੰਦੇ ਆ ਅੱਛਾ ਜੀ ਉਹਨੂੰ ਅਸੀਂ ਬਰਾਬਰ ਨਹੀਂ ਲਿਖਣਾ ਹੁੰਦਾ ਐਵੇਂ ਸਾਡੇ ਕੋਲੇ ਆ ਜਾਂਦਾ ਸਮਾਪਤੀ ਸੂਚਕ ਹੈਗਾ ਜਦੋਂ ਅੱਗੇ ਅੱਗੇ ਹੁੰਦਾ ਸੀ ਜਦੋਂ ਕੋਈ ਚੀਜ਼ ਮੁੱਕ ਗਈ ਆ ਲੇਖ ਵਗੈਰਾ ਤਾਂ ਥੱਲੇ ਨਾ ਤਿੰਨ ਲਾਈਨਾਂ ਲਾ ਕੇ ਇੱਕ ਜ਼ੀਰੋ ਬਿੰਦੀ ਫੇਰ ਆ ਤਿੰਨ ਲਾਈਨ ਹੂੰ ਉਹਨੂੰ ਸਮਾਪਤੀ ਸੂਚਕ ਕਹਿੰਦੇ ਆ ਇਹ ਹੈਗੇ ਨੇ ਕੁੱਲ 8 ਨੇ ਅੱਛਾ ਜੀ ਜਿਹੜੇ ਵੱਖੋ ਵੱਖਰੇ ਜਿਹੜੇ ਸਾਨੂੰ ਹੁਣ ਦੱਸੇ ਨਹੀਂ ਜਾ ਰਹੇ ਸੀ ਬਹੁਤ ਸਾਰੀਆਂ ਚੀਜ਼ਾਂ ਨਾ ਵੀ ਜਿਹੜੀਆਂ ਅਸੀਂ ਦੱਸਣੀਆਂ ਹੁੰਦੀਆਂ ਬੱਚਿਆਂ ਨੂੰ ਦੱਸੋ ਹੁਣ ਕੰਪਿਊਟਰ ਯੋਗ ਆ ਹੂੰ ਤਾਂ ਗੱਲ 'ਚੋ ਗੱਲ ਇਹ ਤੁਰ ਪੈਂਦੀ ਆ ਕਿ ਕੰਪਿਊਟਰ ਯੋਗ ਦੇ ਵਿੱਚ ਵੀ ਸਾਨੂੰ ਇੰਨਾ ਚੀਜ਼ਾਂ ਦੀ ਲੋੜ ਤਾਂ ਆ ਉਹ ਤੇ ਕੀਬੋਰਡ ਤੇ ਹੈਗੀਆਂ ਹੈਗੀ ਆ ਪਰ ਸਰ ਮੈਂ ਇੱਕ ਗੱਲ ਦੱਸੋ ਕਿ ਜੇ ਇਹ ਸਭ ਚੀਜ਼ਾਂ ਹੈਗੀਆਂ ਸੀਗੀਆਂ ਕੀ ਇਹ ਤੁਹਾਡੇ ਸਾਹਮਣੇ ਕੀ ਕਾਰਨ ਹੈ ਕਿ ਸਾਨੂੰ ਇਹ ਪੜਾਈਆਂ ਹੀ ਨਹੀਂ ਗਈਆਂ ਜਾਂ ਅੱਜ ਵੀ ਨਹੀਂ ਹੈਗੀਆਂ ਅੱਜ ਵੀ ਨਹੀਂ ਦੱਸੀ ਜਾ ਰਹੀਆਂ ਇੱਕ ਸੌਖਾ ਬਣਾਉਣ ਦੇ ਚੱਕਰ ਵਿੱਚ ਹੈ ਤੇ ਇਕਨ ਗਹਿਲੀਆਂ ਆ ਸੌਖਾ ਕਿਉਂ ਬਣਾਉਣਾ ਸੀਗਾ ਜੇ ਅਗਰ ਆਪਣੀ ਭਾਸ਼ਾ ਹੈਗੀ ਹੈ ਆਪਣੀ ਹੀ ਮਾਂ ਬੋਲੀ ਹੈ ਮਾਂ ਬੋਲੀ ਲਈ ਮਾਂ ਬੋਲੀ ਨੂੰ ਕਿਉਂ ਆਸਾਨ ਬਣਾਉਣ ਦੀ ਲੋੜ ਹੈ ਮਾਂ ਬੋਲੀ ਤਾਂ ਪਹਿਲੇ ਹੀ ਆਸਾਨ ਸੀਗੀ ਕਿਉਂਕਿ ਤੁਸੀਂ ਤਾਂ ਪੈਦਾ ਹੁੰਦੇ ਨਾਲ ਹੀ ਤੁਸੀਂ ਬੋਲ ਰਹੇ ਤੁਹਾਨੂੰ ਸਿੱਖਣੀ ਨਹੀਂ ਪਈ ਹਿੰਦੀ ਹੋ ਗਈ ਜਾਂ ਇੰਗਲਿਸ਼ ਹੋ ਗਈ ਇਹ ਤਾਂ ਸਾਨੂੰ ਸਕ੍ਰੈਚ ਤੋਂ ਫਰੋਮ ਜ਼ੀਰੋ ਸਾਨੂੰ ਸ਼ੁਰੂ ਸਾਨੂੰ ਸਿੱਖਣੀ ਪਈ ਪਰ ਪੰਜਾਬੀ ਤਾਂ ਮੈਂ ਪੈਦਾ ਹੁੰਦੇ ਨਾਲ ਹੀ ਮੈਨੂੰ ਆ ਰਹੀ ਸੀ ਬੋਲਣੀ ਮੈਨੂੰ ਸੋਖਾ ਕਿਉਂ ਕਰਨਾ ਸੀ ਉਹ ਤਾਂ ਸੋਖਾ ਪਹਿਲੇ ਹੀ ਸੀਗਾ ਸਾਡੀਆਂ ਨੀਤੀਆਂ ਹੀ ਇਹੋ ਜੀਆਂ ਹੋਈਆਂ ਪਈਆਂ ਨਾ ਸਾਨੂੰ ਰੱਟੇ ਲਵਾਏ ਜਾਂਦੇ ਸਰ ਹੂੰ ਔਰ ਦਸਨ ਦੇ ਉਹ ਬੱਚੇ ਨੂੰ ਅੱਜ ਕੱਲ ਤਾਂ ਇਹ ਉਹ ਮਾਹੌਲ ਹੋ ਗਿਆ ਕਿ ਬੱਚੇ ਨੂੰ ਬਹੁਤਾ ਬੋਝ ਨਾ ਪਾਉ ਉਹਨੂੰ ਜੋ ਆਉਂਦਾ ਬਸ ਉਸੇ ਸਾਰ ਲੋ ਹੂੰ ਤੁਸੀਂ ਦੇਖੋ ਆਉਣ ਵਾਲੀ ਸਿੱਖਿਆ ਨੀਤੀ ਵਿੱਚ ਵੀ ਬੜਾ ਕੁਝ ਹੋਇਆ ਜਿਸ ਨਾਲ ਕਿ ਜਿੱਥੇ ਭਾਸ਼ਾ ਜਿਹੜੀ ਹੈ ਨਾ ਉਸ ਭਾਸ਼ਾ ਨੂੰ 8ਵੀਂ ਤੱਕ ਮਾਤ ਭਾਸ਼ਾ ਵੀ 8ਵੀਂ ਤੱਕ ਉਹ ਤੋਂ ਬਾਅਦ ਉਹ ਆਪਸ਼ਨ ਲਏਗਾ ਜੀ ਮੈਂ ਰੱਖਣੀ ਆ ਜ ਨਹੀਂ ਰੱਖਣੀ ਤਾਂ ਇਹ ਜਿਹੜਾ ਸੌਖਾ ਕਿਉਂ ਕੀਤਾ ਗਿਆ ਪਹਿਲਾਂ ਪਹਾੜੇ ਹੁੰਦੇ ਸੀ ਡੂੜ ਦਾ ਢਾਈ ਦਾ ਉਹ ਵੀ ਛੱਡ ਤੇ ਹੂੰ ਫਿਰ ਮੁਹਾਰਨੀ ਛੱਡ ਦਿੱਤੀ ਗਈ ਮੁਹਾਰਨੀ ਅੱਗੇ ਹਰ ਸਕੂਲ ਚ ਪੜਾਉਂਦੇ ਸੀ ਹੂੰ ਉੱਚੀ ਉੱਚੀ ਏਕਾਂ ਲੱਗਦੀਆਂ ਸੀ ਉਹ ਵੀ ਛੱਡਤੀ ਫਿਰ ਉਹਨਾਂ ਨੇ ਘਟਾ ਘਟਾ ਕੇ ਇਹ ਵੀ ਛੜਤੇ ਸਰ ਥੋੜਾ ਥੋੜਾ ਨਾ ਦੱਸਦੇ ਰਹੋ ਜਿਹੜੀ ਸਕੂਲਾਂ ਚ ਛੜਾਤੀ ਹੋਈ ਹੈ ਨਾ ਉਹ ਮੈਂ ਵੀ ਛੱਡ ਕੇ ਬੈਠਾ ਆਇਆ ਮੈਨੂੰ ਵੀ ਪਤਾ ਨਹੀਂ ਮੈਨੂੰ ਵੀ ਨਾਲ ਨਾਲ ਦੱਸਦੇ ਰਹੋ ਹੈ ਕਿ ਜਿਵੇਂ ਕਿ ਡੂੜ ਦਾ ਪਾੜਾ ਸੀ ਪੌਣੇ ਦਾ ਪਾੜਾ ਸੀ ਅੱਧੇ ਦਾ ਸੀ ਅੱਧੇ ਦਾ ਪਾੜਾ ਜੀ ਇੱਕ ਡੇਢ 2 ਢਾਈ 3 ਸਾਢੇ 3 ਇਸ ਤਰ੍ਹਾਂ ਕਰਕੇ ਪਾੜਾ ਪੂਰਾ ਠੀਕ ਹੈ 15 ਚੜਾ ਜਾਂਦਾ ਸੀ 2 ਦਾ ਪਾੜਾ ਹੋ ਗਿਆ 2 ਤੋਂ ਬਾਅਦ ਢਾਈ ਦਾ ਪਾੜਾ ਜੀ ਨੂੰ ਬੱਚੇ ਹੁਣ ਅੱਜਕੱਲ ਦੇ ਸਾਢੇ 2 ਕਹਿਣ ਲੱਗੇ ਸਾਢੇ 2 ਨਹੀਂ ਜਾਂਦੇ 2 ਸਹੀ 1.5 ਢਾਈ ਦਾ ਪਾੜਾ ਢਾਈ 5 2.5 3.5 7.5 ਇਸ ਤਰ੍ਹਾਂ ਕਰਦੇ ਅੱਗੇ ਚੱਲਣਾ 2.5 4 10 ਇਹ ਪਹਾੜੇ ਹੁੰਦੇ ਸੀ ਅੱਗੇ ਬਹੁਤ ਵਧੀਆ ਹੁਣ ਬੱਚੇ ਨੂੰ ਕੈਲਕੂਲੇਟਰ ਦੇਤਾ ਹੁਣ ਪਹਾੜੇ ਉਹਦੀ ਯਾਦ ਅਸ਼ਤ ਘਟ ਗਈ ਕਿਉਂਕਿ ਉਹਨੂੰ ਇਹ ਚੀਜ਼ਾਂ ਦਾ ਰੱਟਾ ਨਹੀਂ ਲਵਾਇਆ ਜਿਹੜਾ ਕਿ ਲੋੜ ਆ ਵੀ ਇੰਨੇ ਕਿ ਤਾਂ ਚਾਹੀਦੇ ਆ ਹੂੰ ਇਹ ਪਹਾੜੇ ਵੀ ਘਟ ਗਏ ਮੁਹਾਰਨੀ ਨਾਲ ਆਵਾਜ਼ ਨਿਕਲਦੀ ਸੀ ਆ ਏ ਉ ਜਿਵੇਂ ਕਕ ਕ ਕੇ ਕੀ ਕੋ ਕੁ ਕੇ ਕ ਕੋ ਕ ਇਸ ਤਰ੍ਹਾਂ ਬੱਚੇ ਨੂੰ ਜਿਹਨੂੰ ਹੰਦਦੇ ਵੀ ਕਕੇ ਦਲਾਈਆਂ ਕੈ ਕੱਕੇ ੜਾ ਕੋ ਕੱਕੇ ਕਨੜਾ ਕੋ ਉਹਨਾਂ ਲਗਾਤਾਰ 35 ਅੱਖਰਾਂ ਦੀ ਇਹ ਮੁਹਾਰਨੀ ਬੋਲੀ ਜਾਂਦੀ ਹੁੰਦੀ ਸੀ ਬੱਚੇ ਨੂੰ ਬੜੀ ਛੇਦੀ ਪੰਜਾਬੀ ਪੜ੍ਹਨੀ ਆ ਜਾਂਦੀ ਸੀ ਹੂੰ ਫਿਰ ਉਹ ਹਟ ਗਈ ਸਮਾਂ ਪਾ ਕੇ ਹੁਣ ਫਿਰ ਦੁਬਾਰਾ ਚੱਲੂ ਹੋਈ ਹੈ ਅਸੀਂ ਕੋਸ਼ਿਸ਼ ਕੀਤੀ ਸਾਡੀ ਟੀਮ ਹੁੰਦੀ ਸੀ ਉਦੋਂ ਪੰਜਾਬ 'ਚ ਤਾਂ ਸਟੇਟ ਲੈਵਲ ਤੇ ਜਿਹੜਾ ਕੰਮ ਕੀਤਾ ਸੀ ਮੁਹਾਵਰੇ ਕਰਾਏ ਹੂੰ ਇਹ ਕਰਾਏ ਅਰਜਾਨਾ ਆਇਦਾ ਸ਼ਬਦ ਲਬ ਲਬ ਕੇ ਕਰਵਾਇਆ ਤਾਂ ਕਿ ਫਿਰ ਅਸੀਂ ਬੱਚੇ ਦੀ ਯਾਦਸ਼ਤ ਵਧਾਈਏ ਜਿਹੜੇ ਬੱਚੇ ਹੁਣ ਕੈਲਕੂਲੇਟਰ ਤੇ ਜੋੜ ਘਟਾਓ ਕਰਦੇ ਆ ਜਾਂ ਮੋਬਾਈਲ ਬਦਾਲਾ ਵਰਤਦੇ ਆ ਉਹਨਾਂ ਯਾਦਾਂ ਸਟ ਖਤਮ ਹੋ ਚੁੱਕੀਆਂ ਨੇ ਉਹਨਾਂ ਨੂੰ ਤਾਂ ਮੋਬਾਈਲ ਨੰਬਰ ਹੀ ਨਹੀਂ ਯਾਦ ਰਹਿੰਦਾ ਆਪਦਾ ਉਹ ਵੀ ਵੇਖ ਕੇ ਦੱਸਣਗੇ ਸਹੀ ਗੱਲ ਤਾਂ ਇਹਨਾਂ ਚੀਜ਼ਾਂ ਦੀ ਲੋੜ ਆ ਇਹਦੇ ਨਾਲ ਆਪਾਂ ਪੁਰਾਣੇ ਯੁੱਗ ਵਿੱਚ ਨਹੀਂ ਜਾ ਰਹੇਗੇ ਨਾ 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 ਹੋਰ سارے ਲੋਕ ਚ ਕਹਿ ਦਿੰਦੇ ਆਲਾ ਤੁਸੀਂ ਪੁਰਾਣੀਆਂ ਚੀਜ਼ਾਂ ਸਿਖਾਈ ਜਾਂਦੇ ਆ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਆਲਸ ਹੈ ਤੁਸੀਂ ਇਹ ਕਹਿ ਦੋ ਜੇ ਕਿ ਜੇ ਤੁਸੀਂ ਆਪਣੀ ਬਾਸ਼ਾ ਤੇ ਕੰਮ ਨਹੀਂ ਕਰ ਰਹੇ ਹੋ ਤੁਸੀਂ ਇਹ ਕਹਿ ਕੇ ਕਿ ਬਈ ਕਿ ਅੱਜ ਦਾ ਮਾਡਰਨ ਯੁੱਗ ਆ ਗਿਆ ਇਹ ਤਾਂ ਫਿਰ ਆਲਸ ਵਾਲੀ ਗੱਲ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡਾ ਕੰਮ ਹੈ ਹਾਂ ਆਲਸ ਦੀ ਤਾਂ ਐ ਜਦੋਂ ਤੁਸੀਂ ਰੋਜ਼ ਜਿਹੜੀ ਗੱਲ ਬੋਲਣੀ ਹੈ ਲੋਕਾਂ ਨਾਲ ਉਹ ਬੋਲ ਬੋਲ ਕੇ ਤੁਸੀਂ ਆਪਣੇ ਆਪ ਹੀ ਸਹੀ ਹੋ ਜਾਂਦੇ ਹੋ ਚਾਰ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਮੈਨੂੰ ਹੁਣ ਕੀ ਹੋ ਰਿਹਾ ਮੈਨੂੰ ਐਦਾਂ ਹੋ ਰਿਹਾ ਯਾਰ ਕਿ ਕਾਕਾ ਤੇਰੇ ਤੇਰੇ ਤੋਂ ਨਿਕਲ ਗਈ ਹੈ ਹੁਣ ਸਾਂਭ ਲੈ ਇਹਨੂੰ ਥੋੜਾ ਆਪਣੇ ਆਪਣੇ ਅੰਦਰ ਸਾਂਭ ਲੈ ਵੇਲਾ ਸਾਂਭਣ ਦਾ ਸਾਂਭੀ ਜਾਏਗੀ ਆ ਅੱਜ ਵੀ ਗੱਲਾਂ ਹੋ ਰਹੀਆਂ ਸੀ ਕਿ ਪੰਜਾਬੀ ਬਹੁਤ ਸਾਰੇ ਵਿਦਵਾਨ ਇਹ ਕਹਿ ਦਿੰਦੇ ਆ ਕੋਈ ਤਾਂ ਕਹਿੰਦਾ ਖਤਮ ਹੋ ਜੂਗੀ ਜੀ ਤੇ ਕੁਝ ਜਿਹੜੇ ਆ ਉਹ ਕਦੇ ਨਹੀਂ ਜਿੰਨਾ ਚਿਰ ਗੁਰੂਗ੍ਰਾਮ ਸਾਹਿਬ ਇਸ ਦੁਨੀਆ ਤੇ ਪੰਜਾਬੀ ਖਤਮ ਨਹੀਂ ਹੋਊਗੀ ਕਹਿ ਦਿੰਦੇ ਆ ਹਾਂ ਪਰ ਇਹ ਗੱਲ ਵੀ ਆ ਵੀ ਸੰਸਕ੍ਰਿਤ ਹੈੜੀ ਸੰਸਕ੍ਰਿਤ ਨੇ ਚਾਰੇ ਵੇਦ ਲਿਖੇ ਉਹ ਸੰਸਕ੍ਰਿਤ ਹੁਣ ਸਾਡੇ ਜੀਵਨ ਚ ਕਿੱਧਰ ਗਈ ਕਿਤੇ ਵੀ ਨਹੀਂ ਆ ਜਿਹਨੇ ਇੰਨਾ ਵੱਡਾ ਸਾਹਿਤ ਲਿਖਤਾ ਇੰਨੇ ਗ੍ਰੰਥ ਲਿਖਤੇ ਵੇਖ ਲਓ ਵੀ ਜਿਹੜੇ ਗ੍ਰੰਥਾਂ ਦੇ ਤੇ ਵੇਦ ਪ੍ਰਾਣ ਸਾਰਾ ਕੁਝ ਲਿਖਿਆ ਨਾ ਉਹਦੇ ਚ ਜੀ ਉਹ ਕਿੱਧਰ ਗਈ ਕਿਉਂਕਿ ਲੋਕਾਂ ਨੇ ਬੋਲ ਨਹੀਂ ਛੱਡਤੀ ਸਾਡੇ ਵੀ ਬੱਚੇ ਹੁਣੇ ਵੀ ਕਰ ਰਹੇ ਆ ਘਰਾਂ ਚ ਪੰਜਾਬੀ ਜਿਹੜੀ ਉਹ ਬਹੁਤ ਘਟ ਗਈ ਸੀ ਬਹੁਤ ਘਟ ਗਈ ਹੈ ਪਿੰਡਾਂ ਚ ਅਸੀਂ ਫਟੀਆਂ ਲਾਉਣੇ ਆ ਹੂੰ ਉਹਨਾਂ ਨੂੰ ਯਾਦ ਕਰਾਉਣ ਲਈ ਥੋੜੀ ਆ ਪੰਜਾਬੀ ਆ ਆੜੀਆਂ ਫਟੀਆਂ ਪਈਆਂ ਨਾ ਜੀ ਆ ਦੇਖੋ ਇਹ ਫੱਟੀ ਜਿਹੜੀ ਆ ਇਹ ਇਸੇ ਘੜੀ ਦਾ ਹਿੱਸਾ ਇਸ ਫੱਟੀ ਦਾ ਇਹ ਫੱਟੀ ਜਿਹੜੀ ਆ ਵੀ ਇਹ ਕਾਰ ਵਿੱਚ ਟੰਗਣ ਵਾਸਤੇ ਮੈਂ ਵੰਡਦਾ ਤਾਂ ਕਿ ਉਹਨਾਂ ਨੂੰ ਇਹ ਯਾਦ ਰਵੇ ਅਸੀਂ ਪਿੰਡਾਂ ਚ ਵੱਡੀਆਂ ਫਟੀਆਂ ਲਾਈਆਂ 10-10 ਫੁੱਟ ਦੀਆਂ ਇੱਕ ਪਾਸੇ ਕੋਈ ਨਾ ਜਿਵੇਂ ਇਧਰ ਰਣਾ ਰਣ ਬੀ ਦੀ ਰジナ ਸ਼ਬਦੋਂ ਪਾਸੇ ਪ੍ਰੇਮ ਵੀ ਹੋਣੇ ਸੁਣਦੇ ਊਣਾ ਬੋਲਣ ਦੂਣੇ ਵੀ ਇਸ ਤਰ੍ਹਾਂ ਕੋਈ ਪ੍ਰੇਰਣਾਦਾਇਕ ਗੱਲ ਲਿਖਣੀ ਤੇ ਫਿਰ ਉਹ ਵੰਡ ਦੇਣੀਆਂ ਫਟੀਆਂ ਹੱਥੀ ਬਣਾਈਆਂ ਹੁੰਦੀਆਂ ਮੇਰੀਆਂ ਤਾਂ ਕਿ ਲੋਕਾਂ ਨੂੰ ਸਮਝ ਆਜੀ ਤਾਂ ਸਾਨੂੰ ਅੱਜ ਇਹਦੀ ਲੋੜ ਪੈ ਗਈ ਨੇ ਇਹਦੀ ਲੋੜ ਨਹੀਂ ਸੀ ਜੀ ਅਸੀਂ ਇੱਥੇ ਟਿਕੇ ਰਹਿੰਦੇ ਤਾਂ ਇਸੇ ਲੋੜ ਚੋਂ ਆ ਕਿਤਾਬ ਨਿਕਲੀ ਸੀ ਠੀਕ ਹੈ ਇਹ ਕਿਤਾਬ ਮੈਂ ਤੁਹਾਨੂੰ ਦੇ ਕੇ ਜਾਵਾਂਗਾ ਇਹਦੇ ਵਿੱਚ ਦੇਖੋ ਕਿ 5000 ਤੋਂ ਉੱਪਰ ਉਹ ਸ਼ਬਦ ਨੇ ਜਿਹੜੇ ਸਾਡੇ ਦਾਦੇ ਬੋਲੇ ਠੇਠ ਪੰਜਾਬੀ ਦੇ ਠੀਕ ਹੈ ਪਰ ਹੁਣ ਉਹ ਸ਼ਬਦ ਜਿਹੜੇ ਆ ਨਾ ਸਾਡੇ ਬੱਚੇ ਨੂੰ ਉਪਰੇ ਲੱਗਦੇ ਆ ਜਿਵੇਂ ਆ ਮੈਂ ਵੈਸੇ ਹੀ ਵਰਕਾ ਖੋਲ ਲਿਆ ਨਾ ਵਿੱਚੋਂ ਜੀ ਤਾਂ ਇਹਦੇ ਵਿੱਚ ਸ਼ਬਦਾਂ ਜਿਵੇਂ ਦਗਾੜਾ ਗਾਣੇ 'ਚ ਆਉਂਦਾ ਨਾ ਜੀ ਉਹ ਤੇਰੇ ਉਹ ਸ਼ਿਵ ਕੁਮਾਰ ਦੇਗੇ ਹਫਤਾ ਜੁਆ ਨਾ ਰੂਪ ਨੂੰ ਕਿ ਵਜਿਆ ਦਗਾੜਾ ਨੀ ਪੀੜਾਂ ਦਾ ਪ੍ਰਾਗਾ ਭੌਣ ਦੇ ਤਾਂ ਦਗਾੜਾ ਸ਼ਬਦ ਜਿਹੜਾ ਉਹਦਾ ਮਤਲਬ ਹੁੰਦਾ ਦਿਨਾਲੀ ਬੰਦੂਕ ਦਾ ਫੈਰ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਵੀ ਤੇਰੇ ਕਿਹੜਾ ਦੋ ਗੋਲੀਆਂ ਵੀ ਤੇਰੇ ਗੋਲੀ ਵੱਜ ਗਈ ਆਪਾਂ ਪੰਜਾਬੀ ਨਾ ਤਾ ਇਹ ਚੀਜ਼ ਨੂੰ ਅਸੀਂ ਭੁੱਲੀ ਗਏ ਆਂ ਹੋਰ ਦਾਵਾ ਮਨ ਦਾਗ ਦਾਗ ਦੇ ਕਿੰਨੇ ਆ ਵੀ ਐ ਉਹ ਵੀ ਹੁੰਦਾ ਆਂਤਮ ਸੰਸਕਾਰ ਆਪਾਂ ਕਹਿੰਦੇ ਲੋਕੇ ਤਾਂ ਕਰਨ ਉਹ ਦੋ ਕਹਿੰਦੇ ਦਾਗ ਦੇ ਕੇ ਆਉਣਾ ਆਪਾਂ ਕਹਿੰਦੇ ਦਾਗ ਲਵਾ ਲਿਆ ਕਲੰਕ ਕਿਸੇ ਛੱਟ ਆਦ ਦਾ ਨਿਸ਼ਾਨ ਜਿਹੜਾ ਜਾਂ ਕਿਸੇ ਰੰਗ ਦਾ ਨਿਸ਼ਾਨ ਆ ਜਾਂ ਕੋਈ ਨੁਕਸਾ ਜਾਂ ਰੰਗ ਉਹਨੂੰ ਵੀ ਦਾਗ ਕਹਿੰਦੇ ਆ ਤਾਂ ਦਾਗ ਦੇ ਇੰਨੇ ਆ ਇਹਨੇ ਅਰਥ ਨੇ ਹੁਣ ਦੰਤਨਾਂ ਹੀ ਛੱਡ ਗਏ ਆ ਤੇ ਦੰਤਨ ਤੇ ਆਮ ਇਹ ਦੰਦਾਂ ਨੂੰ ਸਾਫ਼ ਕਰਨ ਲਈ ਕਿਸੇ ਰੁੱਖ ਦੀ ਪਤਲੀ ਟਾਹਣੀ ਜਿਹੜੀਆਂ ਹੂੰ ਅਇਆ ਇਹਦੇ ਵਿੱਚ ਆਪ ਕਹਿੰਦੇ ਦਾੰਦੂਜਿਆ ਆਮ ਅੱਗੇ ਕਹਿੰਦੇ ਹੁੰਦੇ ਸੀਗੇ ਪਿੰਡਾਂ ਦੇ ਇਹ ਸ਼ਬਦੀ ਭੁੱਲ ਗਏ ਆ ਤਾਂ ਦਾੰਦੂ ਹੁੰਦਾ ਜਿਹਦੇ ਉਤਲੇ ਦੰਦ ਦੋਨੇ ਉੱਚੇ ਹੋਣ ਜਾਨੀ ਮੈਂ ਇੱਕ ਵਰਕਾ ਹੀ ਖੋਲਿਆ ਤਾਂ ਕਿੰਨੇ ਇਹਦੇ ਵਿੱਚ ਆ ਗਏ ਆ ਦੀਦਾ ਅੱਖ ਇਰਾਦਾ ਕੰਮ ਕਰਨ ਦੀ ਹੈ ਨਾ ਅੱਖ ਇਰਾਦਾ ਕੰਮ ਕਰਨ ਇੱਛਾ ਲਗਣਾ ਜਿਵੇਂ ਮੈਂ ਅਗਲਾ ਵਰਕਾ ਵਿੱਚੋਂ ਕਾਫੀ ਸਾਰੇ ਅੱਗੇ ਕਰਕੇ ਜਿਵੇਂ ਖੋਲਦਾ ਤੇ ਭਰਾਗਾ ਤੁਸੀਂ ਸਮਝੋ ਤੁਸੀਂ ਵਰਕਾ ਬੋਲਦੇ ਪਿਓ ਨਾ ਮੈਂ ਤਾਂ ਉਹਦੇ ਤੇ ਹੀ ਮੈਂ ਕਹਿ ਰਿਹਾ ਮੈਨੂੰ ਤਾਂ ਐਦਾ ਹੀ ਨਹੀਂ ਪਤਾ ਨਹੀਂ ਨਹੀਂ ਇਹ ਐਦਾਂ ਨਾ ਕਿ ਤੁਸੀਂ ਬੋਲੋ ਕਿ ਅਸੀਂ ਆਮ ਆਪਾਂ ਪੇਜ ਬੋਲਦੇ ਹੋਂ ਹੁਣ ਆਪਾਂ ਬੋਲਦੇ ਨਹੀਂ ਪੇਜ ਪੰਨਾ ਵਰਕਾ ਆਪਾਂ ਪੰਨਾ ਵੀ ਨਹੀਂ ਆਪਾਂ ਹਿੰਦੀ ਤਾਂ ਵੀ ਨਹੀਂ ਵਰਤਦੇ ਪਏ ਆਪਾਂ ਤਾਂ ਹਾਂ ਪੇਜ ਹੀ ਬੋਲਦੇ ਹਾਂ ਕਿੰਨੇ ਸਾਰੇ ਸਾਡੇ ਐਦਾਂ ਐਦਾਂ ਦੇ ਸ਼ਬਦ ਹੋ ਗਏ ਨੇ ਰੋਜ਼ ਦੇ ਜਿਹੜੀ ਕਨਵਰਸੇਸ਼ਨ ਆ ਕਨਵਰਸੇਸ਼ਨ ਜਿੱਦਾਂ ਬੋਲਦਾ ਮੈਂ ਹੁਣ ਹੁਣ ਉਹੀ ਹੋ ਰਿਹਾ ਹੁਣ ਮੈਂ ਜਿਹੜੀ ਵੀ ਗੱਲ ਬੋਲ ਰਿਹਾ ਨਾ ਇੱਕ ਇੱਕ ਸ਼ਬਦ ਐਦਾਂ ਚਲੋ ਚੱਲ ਕੇ ਆ ਰਹੇ ਯਾਰ ਬੋਲਚਾਲ ਸੰਵਾਦ ਆਪਾਂ ਇਹਨਾਂ ਕਿੰਨਾ ਕੁਝ ਕਹਿ ਸਕਦੇ ਕਿੰਨਾ ਕੁਝ ਕਹਿ ਸਕਦੇ ਆ ਇਹੀ ਮੀ ਨਾ ਹੁਣ ਇਹਦੇ ਵਿੱਚ ਬੜੇ ਸ਼ਬਦ ਆ ਗਏ ਸੀ ਤਾਂ ਇਹ ਸ਼ਬਦ ਜਿਹੜੇ ਆ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਨਾ ਵੱਡੇ ਸ਼ਬਦ ਵੀ ਦਿੱਤੇ ਸੀ ਉਹ ਸ਼ਬਦ ਉਹਨਾਂ ਦਾ ਪੂਰਾ ਪੂਰਾ ਇੱਕ ਇੱਕ ਪੈਰਾ ਅੱਛਾ ਇਹ ਵਿਸਥਾਰ ਦੇ ਨਾਲ ਜਿਵੇਂ ਜ ਬੌਲੀ ਆ ਗਿਆ ਫੁਲਕਾਗਾ ਬਰੂ ਆ ਗਿਆ ਹੂੰ ਬਾਖੜਾ ਬੇੜ ਬੋਲਾ ਇਸ ਤਰ੍ਹਾਂ ਬੜੇ ਸ਼ਬਦ ਨੇ ਤਾਂ ਸਾਨੂੰ ਨਾ ਇਹਨਾਂ ਚਾਬਨ ਸੰਭਾਲਣ ਦੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਬੜੀ ਜ਼ਿਆਦਾ ਲੋੜ ਹੈ ਜੀ ਤੁਸੀਂ ਤੁਹਾਡਾ ਕੀ ਵਿਚਾਰ ਹੈ ਚਲੋ ਤੁਸੀਂ ਕਹਿ ਰਹੇ ਹੋ ਕਿ ਡਿਸਕਸ਼ਨ ਚੱਲ ਰਹੀ ਹੈ ਲੋਕੀ ਆਪਣਾ ਆਪਣਾ ਮਤ ਦਿੰਦੇ ਨੇ ਹਨਾ ਕਿ ਇੱਕ ਕਹੇ ਰਿਹਾ ਕਿ ਜਦ ਤੱਕ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਤਦ ਤੱਕ ਪੰਜਾਬੀ ਰਹੇਗੀ ਔਰ ਇੱਕ ਕਹ ਰਹੇ ਨੇ ਕਿ ਭਾਈ ਕਿ ਜਿੱਦਾਂ ਇੰਗਲਿਸ਼ ਆ ਗਈ ਹੈ ਹਨਾ ਇੰਗਲਿਸ਼ ਨੇ ਇਹੀ ਕੰਮ ਕਰਤਾ ਕਿਉਂਕਿ ਉਹ ਐਨੀ ਸਿੰਪਲੀਫਾਈਡ ਲੈਂਗੁਏਜ ਬਣਾਤੀ ਹੋਈ ਹੈ ਉਹਨੂੰ ਕਿ ਹੁਣ ਕੋਈ ਵੀ ਬੋਲਣ ਦਾ ਕੁਝ ਵੀ ਬੋਲਣ ਦਾ ਹੁਣ ਸਾਡੇ ਘਰ ਦੇ ਵੀ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀਗਾ ਜਿੰਦਗੀ 'ਚ ਕਿ ਆਪਾਂ ਅੰਗਰੇਜ਼ੀ ਦੇ ਕੋਈ ਸ਼ਬਦ ਵੀ ਬੋਲਾਂਗੇ ਮੈਂ ਕਈ ਵਾਰ ਹੈਰਾਨ ਹੋ ਜਾਂਦਾ ਕਿ ਮੇਰੇ ਘਰ ਦੇ ਆ ਕਿਦਾਂ ਅੰਗਰੇਜ਼ੀ ਸ਼ਬਦ ਬੋਲ ਗਏ ਹੈ ਨਾ ਬਾਬੇ ਬਜ਼ੁਰਗ ਬਸਾਂ ਜੀ ਦੇਖ ਲਓ ਬੜੀ ਹੈਰਾਨੀ ਹੁੰਦੀ ਹੈ ਪਰ ਇੱਕ ਗੱਲ ਹੈਗੀ ਹੈ ਕਿ ਸੰਸਾਰ ਦੇ ਵਿੱਚ 8% ਅੰਗਰੇਜ਼ੀ ਬੋਲਣ ਵਾਲੇ ਜੀ ਤੇ ਬਾਕੀ 92% ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਨੇ ਪਰ ਉਹ 8% ਨੇ ਕਬਜ਼ਾ ਕੀਤਾ ਆ ਤੇ ਜਦੋਂ ਗੂਗਲ ਤੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਆ ਘਾਰ ਹੀ ਆ ਜੀ ਉਹਦੇ ਤੇ ਆਪਾਂ ਜੇ ਬੋਲਣਾ ਕੋਈ ਵੀ ਪ੍ਰਸ਼ਨ ਲੱਭਣਾ ਤੁਸੀਂ ਉਹਤੇ ਭਰੋ ਉਹ ਤੁਹਾਨੂੰ ਜਵਾਬ ਦੇਉ ਦੇਖੋ ਉਹ ਇੱਕ ਅਜੀਬੀ ਚੀਜ਼ ਹੈ ਜਿਹੜੀ ਸਾਡੇ ਦਿਮਾਗਾਂ ਤੇ ਕਬਜ਼ਾ ਕਰ ਰਹੀ ਆ ਜੀ ਉਹਦੇ ਵਿੱਚ 92% ਅੰਗਰੇਜ਼ੀ ਆ ਤੇ ਬਾਕੀ ਦੁਨੀਆ ਦੀਆਂ 8% ਪਛਾਵਾਂ ਦੇ ਸ਼ਬਦ ਨੇ ਜੀ ਆਹ ਕੁਝ ਹੋ ਰਿਹਾ ਅੰਗਰੇਜ਼ੀ ਨੇ ਕਬਜ਼ਾ 8% ਹੋਣ ਦੇ ਬਾਵਜੂ ਸਾਰੇ ਤੇ ਕਬਜ਼ਾ ਕੀਤਾ ਆ ਜਦੋਂ ਕਿ ਤਰੱਕੀ ਪਸੰਦ ਦੇਸ਼ ਆ ਜਿਹੜੇ ਜਿਨ੍ਹਾਂ ਦੇ ਵਿੱਚ ਜਿਹੜੇ ਵਿਕਾਸ ਸ਼ੀਲ ਦੇਸ਼ ਨੇ ਜਿਵੇਂ ਚੀਨ ਆ ਜਪਾਨ ਆ ਜਰਮਨੀ ਆ ਇਹ ਅੰਗਰੇਜ਼ੀ ਬੋਲਦੇ ਨਹੀਂ ਜੀ ਅੱਜ ਵੀ ਲੋਕ ਬੋਲਦੇ ਆ ਅਸੀਂ ਬੋਲੋ ਚਲੋ ਸਿੱਖੋ ਪਰ ਆਪਣੇ ਘਰੋਂ ਤਾਂ ਨਾ ਭਜਾਓ ਇਹਨੂੰ ਹਾਂ ਐਹੀ ਐਹੀ ਸਮਝਣ ਦੀ ਲੋੜ ਹੈ ਬਹੁਤ ਜ਼ਿਆਦਾ ਸਮਝਣ ਦੀ ਲੋੜ ਹੈ ਕਿ ਭਾਈ ਕੀ ਮੈਂ ਉਹੀ ਕਹਿ ਰਿਹਾ ਨਾ ਕਿ ਜਿਹੜੀ ਚੀਜ਼ ਆਪਣੇ ਕੋਲ ਹੈਗੀ ਸੀ ਅਸੀਂ ਗੁਆ ਰਹੇ ਹਾਂ ਅਸੀਂ ਅਸੀਂ ਉਹਨੂੰ ਉਹਨੂੰ ਤਾਂ ਸਾਹਮਣੇ ਸੌਖਾ ਸੀ ਨਾ ਜਿਹੜੀ ਹੈਗੀ ਆ ਆਪਾਂ ਤਾਂ ਜਿਹੜਾ ਨਵਾਂ ਗਿਆਨ ਪ੍ਰਾਪਤ ਕਰਨਾ ਉਹਦੇ ਤੇ ਹੀ ਮਿਹਨਤ ਲੱਗਦੀ ਹੈ ਜਿਹੜਾ ਗਿਆਨ ਹੈਗਾ ਹੀ ਸੀਗਾ ਸਾਡੇ ਘਰੋਂ ਹੀ ਨਿਕਲਦਾ ਪਿਆ ਵਾ ਕਿ ਭਾਈ ਕੀ ਬੱਚੇ ਨੂੰ ਪੈਦਾ ਹੋਣ ਦੇ ਨਾਲ ਹੀ ਚਾਰ ਸ਼ਬਦ ਜਿਹੜੇ ਪਹਿਲੇ ਸੋਨਾਂ ਨੂੰ ਮਿਲਦੇ ਨੇ ਉਹ ਪਹਿਲੇ ਕੀ ਕਹਿੰਦੇ ਪੰਜਾਬੀ ਹੁੰਦੇ ਸੀਗੇ 8 ਸਾਲ ਤੱਕ ਦਾ ਬੱਚਾ ਨਾ ਮਾਤ ਭਾਸ਼ਾ ਜਿੰਨਾ ਸੋਚ ਲਊਗਾ ਉਹ ਕਦੇ ਭੁੱਲਦਾ ਹੀ ਨਹੀਂ ਉਹ ਸ਼ਬਦ ਉਹਨੇ ਅੱਗੇ ਲੈ ਕੇ ਜਾਣੇ ਨੇ ਪਰ ਸਾਡੇ ਹੁਣ ਛੋਟੇ ਹੁੰਦਿਆਂ ਤੋਂ ਅੰਗਰੇਜ਼ੀ ਦੇ ਬੇਲੋੜੇ ਸ਼ਬਦ ਸਿਖਾਈ ਜਾਂਦੇ ਆ ਇਹਦੇ ਚ ਨਾ ਬਹੁਤਿਆਂ ਦਾ ਮਾਮਾ ਦੋਚੀ ਆ ਉਹਨਾਂ ਨੂੰ ਇਹ ਭੁਲੇਖਾ ਆ ਵੀ ਜੇ ਸਾਡਾ ਬੱਚਾ ਅੰਗਰੇਜ਼ੀ ਸਿੱਖ ਗਿਆ ਨਾ ਉਹ ਬਹੁਤ ਜਹੀਨ ਹੋਏਗਾ ਪਤਾ ਨਹੀਂ ਕਿੰਨਾ ਕ ਦੁਨੀਆ ਦੇ ਬੜੀ ਤਰੱਕੀ ਕਰੂਗਾ ਪਰ ਇਹ ਜ਼ਰੂਰੀ ਨਹੀਂ ਨਾ ਜੇ ਉਹਦੀ ਉਹਨੇ ਮਾਤ ਭਾਸ਼ਾ ਨਹੀਂ ਸਿੱਖੀ ਉਹ ਸੋਚੂਗਾ ਸਮਝੂਗਾ ਕਿ ਕਿੱਥੇ ਉਹਨੇ ਆਪ ਸਿੱਧੇ ਉਹਦੇ ਅੰਦਰੋਂ ਜਿਹੜੀ ਗੱਲ ਸੋਚਣੀ ਆ ਉਹਨੇ ਲਿਖ ਦੇਣੀ ਆ ਜਾਂ ਬੋਲਣੀ ਆ ਕਿੱਥੇ ਜੀ ਉਹਨੂੰ ਦੁਨੀਆ ਪਿਛਾਉਣ ਦਾ ਪ੍ਰੈਸ਼ਰ ਪਾਤਾ ਜ਼ੋਰ ਪਾਤਾ ਉਹਦੇ ਉਹ ਪਹਿਲਾਂ ਉਹਨੂੰ ਅਨਵਾਦ ਕਰੂ ਨਾ ਆਪਣੇ ਅੰਦਰ ਅੱਧੀ ਗੱਲ ਸਹੀ ਬੋਲੂ ਅੱਧੀ ਨਹੀਂ ਜੀ ਫਿਰ ਉਹ ਦੱਸੋ ਕੀ ਕਰੂਗਾ ਹਣਾ ਬਹੁਤ ਸਾਰੇ ਸ਼ਬਦ ਜਿਹੜੇ ਨਾ ਜਦੋਂ ਲਿਖਣ ਵੇਲੇ ਫਿਰ ਕਸੂਤੇ ਹੋ ਜਾਂਦੇ ਆ ਉਹਦਾ ਅਰਥ ਹੀ ਹੋਰ ਨਿਕਲ ਜਾਂਦਾ ਉੱਥੇ ਕੀ ਕਰਾਂਗੇ ਜਾਵਰ ਅਕਤਰ ਸਾਹਿਬ ਦਾ ਨਾ ਉਹਨੇ ਇੱਕ ਮੈਂ ਕਲਿੱਪ ਦੇਖੀ ਸੀਗੇ ਉਹਦੇ ਜੋ ਇਹ ਕਹਿ ਰਹੇ ਸੀਗੇ ਕਹਿੰਦੇ ਕਿ ਅੱਜ ਕੱਲ ਦੇ ਬੱਚੇ ਨਾ ਜਦੋਂ ਗੱਲ ਕਰ ਰਹੇ ਹੁੰਦੇ ਆ ਉਹ ਇਹ ਕਹਿੰਦੇ ਨੇ ਅ ਡੂ ਯੂ ਨੋ ਵਟ ਆਮ ਸੇਇੰਗ ਹਣਾ ਤੇ ਉਹ ਕਹਿੰਦੇ ਕਿ ਨਹੀਂ ਕਲੀਅਰ ਕਲੀਅਰ ਬੋਲ ਨਾ ਕਿ ਕੀ ਕਹਿਣਾ ਚਾਹੁੰਦਾ ਮੈਂ ਕਿ ਇਹ ਕੀ ਤਰੀਕਾ ਹੁੰਦਾ ਸਮਝ ਗਏ ਨਾ ਮੈਂ ਕੀ ਕਹਿਣਾ ਚਾਹੁੰਦਾ ਹਾਂ ਇਹ ਇਹ ਕੀ ਹੈ ਕਿ ਤੁਹਾਡੇ ਕੋਲ ਅੱਜ ਦੇ ਟਾਈਮ 'ਚ ਸ਼ਬਦ ਹੀ ਖਤਮ ਹੋ ਗਏ ਨੇ ਕਿ ਤੁਸੀਂ ਹੁਣ ਆਪਣੀ ਗੱਲ ਨੂੰ ਕਰ ਹੀ ਨਹੀਂ پا ਰਹੇ ਹੋ ਤੁਸੀਂ ਐਕਸਪ੍ਰੈਸ ਨਹੀਂ ਕਰ پا ਰਹੇ ਹੋ ਹੋਇਆ ਕੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਵੀ ਗਏ ਤੇ ਜਿਹੜੀ ਦੂਜੀ ਲੈਂਗੁਏਜ ਜਿਹੜੀਆਂ ਉਹਨਾਂ ਨੂੰ ਸਿੱਖਣ ਨੂੰ ਟਾਈਮ ਤਾਂ ਲੱਗਦਾ ਹੀ ਲੱਗਦਾ ਤੇ ਹੁਣ ਹੁਣ ਕੀ ਹੋ ਗਿਆ ਹੁਣ ਆਪਣੇ ਵਰਗੇ ਜਿਹੜੀ ਜਿਹੜੀ ਜਨਰੇਸ਼ਨ ਆ ਰਹੀ ਹੈ ਜਿਹੜੀ ਨਵੀਂ ਆ ਰਹੀ ਹੈ ਉਹ ਤਾਂ ਹੁਣ ਇਹੋ ਜੀ ਲਾਈਨ ਆਪ ਬੋਲ ਕੇ ਨਿਕਲ ਜਾਂਦੇ ਨੇ ਕਿ ਤੁਸੀਂ ਸਮਝ ਲਓ ਮੈਂ ਕਹਿਣਾ ਕੀ ਚਾਹੁੰਦਾ ਪਰ ਉਹ ਹੁਣ ਘਾਟੇ ਜਾਣਗੇ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਹ ਹੈ ਜਿਹੜੇ ਸ਼ਬਦ ਬੋਲਦੇ ਆ ਨਾ ਜਦੋਂ ਕੋਈ ਕੁਐਸਚਨ ਉਹਨਾਂ ਨੂੰ ਲੱਭਣਾ ਉਹ ਤੇ ਪੁੱਛਣਾ ਜਾਂ ਤਾਂ ਉਹ ਪੂਰੀ ਸਹੀ ਅੰਗਰੇਜ਼ੀ ਬੋਲਣ ਨਹੀਂ ਤਾਂ ਨਹੀਂ ਜਿਵੇਂ ਨਾ ਉਥੇ ਜਿਹੜੇ ਇਹਦੇ ਵਿੱਚ ਇੱਕ ਚੀਜ਼ ਆ ਗਈ ਆ ਕਿ ਜਿਹੜੀ ਉਹਨਾਂ ਦੀ ਅੰਗਰੇਜ਼ੀ ਆ ਉਹ ਵੀ ਉੱਥੇ ਦੋ ਤਰ੍ਹਾਂ ਦੀ ਹੋਗੀ ਜੀ ਇੱਕ ਜਿਵੇਂ ਕਹ ਲੋ ਵੀ ਜਿਹੜੇ ਗੋਰੇ ਆ ਤੇ ਇੱਕ ਉਥੇ ਬਰਾਊਨ ਆ ਜੀ ਉਹਨਾਂ ਨੇ ਇਹਦੇ ਤੇ ਗੋਰਿਆਂ ਵਾਲੀ ਅੰਗਰੇਜ਼ੀ ਪਾਈ ਆ ਜਦੋਂ ਅਸੀਂ ਗੂਗਲ ਤੇ ਕੋਈ ਸਰਚ ਕਰਾਂਗੇ ਨਾ ਜੇ ਅਸੀਂ ਨਹੀਂ ਬੋਲਾਂਗੇ ਉਹ ਤਾਂ ਉਹਨੇ ਜਵਾਬ ਨਹੀਂ ਦੇਣਾ ਜਿਵੇਂ ਆਪ ਕਹਣਾ ਯੈਸ ਇਟ ਇਜ਼ ਜੇ ਆਪ ਪੂਰਾ ਕਹਾਂਗੇ ਯੈਸ ਇਟ ਇਜ਼ ਤਾਂ ਉਹ ਦਾ ਅਨਵਾਦ ਕਰੂਗਾ ਜਾਂ ਉਹਦਾ ਜਵਾਬ ਦੇਊਗਾ ਜੇ ਉਹਨਾਂ ਨੂੰ ਯਾਹ ਕਹਤਾ ਉਹਨੇ ਕਹਣਾ ਨਹੀਂ ਰਹਾਗਾ ਹੋਰ ਸ਼ਬਦ ਦਿਓ ਸਾਨੂੰ ਸਾਡੇ ਬੱਚਿਆਂ ਨੂੰ ਪੰਜਾਬੀ ਵੀ ਅਸੀਂ ਉਹਨਾਂ ਕੋਸ਼ਿਸ਼ ਕਰ ਰਹੇ ਆਂ ਸਾਰੇ ਲੋਕਾਂ ਨੂੰ ਜਿਹੜੇ ਇਹਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਮੈਂ ਬੇਨਤੀ ਵੀ ਇਹ ਕਰਦਾ ਹੁਣਾ ਕਿ ਤੁਸੀਂ ਨਾ ਇੱਥੇ ਵੱਧ ਵੱਧ ਪ੍ਰਚਾਰ ਕਰੋ ਗੂਗਲ ਤੇ ਸ਼ਬਦ ਲਿਆਓ ਉਹ ਤੇ ਚੜਾਓ ਤਾਂ ਕਿ ਉਹਨਾਂ ਦੀ ਭਾਸ਼ਾ ਦੇ ਵਿੱਚ ਸਾਡੇ ਸ਼ਬਦ ਪਹੁੰਚ ਜਾਣ ਜੀ ਤੇ ਸ਼ੁੱਧ ਪੰਜਾਬੀ ਚੱਲੇ ਜੀ ਤੇ ਜਿਹੜੇ ਅੰਗਰੇਜ਼ੀ ਪੰਜਾਬੀ ਦੋਨੇ ਰਲੀਆਂ ਮਿਲੀ ਜੀ ਬੋਲਦੇ ਆ ਨਾ ਉਧਰ ਦੇ ਰਹਿਣੇ ਨਾ ਉਧਰ ਦੇ ਰਹਿਣੇ ਆ ਕਿਉਂਕਿ ਹੁਣ ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਗਿਆ ਟੈਕਨੋਲੋਜੀ ਬੜੀ ਤੇਜ਼ੀ ਨਾਲ ਚੱਲ ਰਹੀ ਆ ਅੱਜ ਕੋਈ ਸੋਚਿਆ ਕੱਲ ਨੂੰ ਹੋਰ ਕੁਛ ਆ ਜਾਂਦਾ ਜੀ ਤੇ ਜੋ ਪਿਛੇ ਰਹਿ ਗਏ ਜੀ ਉਹਨਾਂ ਨੇ ਅੱਗੇ ਹੀ ਵਧਣਾ ਤਾਂ ਦੋਨੇ ਪਿਛਾਵਣ ਨੂੰ ਸਹੀ ਤਰੀਕੇ ਨਾਲ ਸਿੱਖਣਾ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਭਾਸ਼ਾ ਨੂੰ ਅਗਰ ਮੈਂ ਵੈਸੇ ਬੋਲਾਂ ਹਨਾ ਕਿ ਜੇ ਖਤਰਾ ਵੈ ਖਤਰਾ ਕਿਸ ਚੀਜ਼ ਤੋਂ ਜ਼ਿਆਦਾ ਹੈ ਅੰਗਰੇਜ਼ੀ ਭਾਸ਼ਾ ਤੋਂ ਜ਼ਿਆਦਾ ਵੈ ਜਾਂ ਹਿੰਦੀ ਤੋਂ ਜ਼ਿਆਦਾ ਖਤਰਾ ਮਤਲਬ ਮੈਂ ਨਹੀਂ ਉਹਦਾ ਜਵਾਬ ਹੈ ਉਹਨ ਸਭ ਤੋਂ ਜ਼ਿਆਦਾ ਖਤਰਾ ਤਾਂ ਆਪਣੇ ਆਦਮਾ ਆਪਦੇ ਘਰੋਂ ਖਤਰਾ ਨਾ ਪਹਿਲਾ ਦੂਸਰਾ ਜਿਹੜਾ ਹੁਣ ਤੁਹਾਡੇ ਸਵਾਲ ਦਾ ਜਵਾਬ ਆ ਅਸੀਂ ਕਹਿੰਦੇ ਨਾ ਵੀ ਹਿੰਦੀ ਪੰਜਾਬ ਖਾ ਰਹੀ ਆ ਹਿੰਦੀ ਵਾਲੇ ਕਹਿੰਦੇ ਸਾਨੂੰ ਦੂਜੀਆਂ ਪਛਾਵਾਂ ਖਾ ਰਹੀਆਂ ਹਿੰਦੀ ਵਾਲੇ ਵੀ ਕਹਿੰਦੇ ਸਾਨੂੰ ਖਤਰਾ ਬੰਗਾਲੀ ਵਾਲੇ ਵੀ ਕਹਿੰਦੇ ਸਾਰੀਆਂ ਪਛਾਵਾਂ ਕਹਿ ਰਹੀਆਂ ਪਰ ਸਾਰਿਆਂ ਨੂੰ ਅੰਗਰੇਜ਼ੀ ਤੋਂ ਜ਼ਿਆਦਾ ਖਤਰਾ ਹੋ ਗਿਆ ਕਿਉਂਕਿ ਉਹਨੂੰ ਆਪਣੀ ਮਾਂ ਨਾਲੋਂ ਵੀ ਤੋੜ ਰਹੀ ਆ ਕਿਉਂਕਿ ਇੱਕ ਗੱਲ ਇਹ ਵੀ ਸੱਚ ਇੱਕ ਗੱਲ ਇਹ ਵੀ ਸੱਚ ਹੈ ਕਿ ਜੇ ਤੁਸੀਂ ਕਿਸੇ ਨੂੰ ਅੱਜ ਦੇ ਟਾਈਮ 'ਚ ਹਿੰਦੀ ਬੋਲਣ ਵਾਲੇ ਨੂੰ ਵੀ ਕਹੋ ਕਿ ਬੇਟਾ ਤੂੰ ਪੂਰੀ 5 ਮਿੰਟ ਸਿਰਫ ਰ ਸਿਰਫ ਹਿੰਦੀ 'ਚ ਗੱਲ ਕਰਕੇ ਦਿਖਾ 5 ਮਿੰਟ ਬਹੁਤ ਜ਼ਿਆਦਾ ਮੈਂ ਕਹਿ ਗਿਆ 1-2 ਮਿੰਟ ਵੀ ਨਹੀਂ ਕੋਈ ਗੱਲ ਕਰ ਸਕਦਾ ਨਹੀਂ ਹਣੀ ਕੋਈ ਨਾ ਕੋਈ ਸ਼ਬਦ ਤੁਹਾਡਾ ਨਿਕਲ ਹੀ ਜਾਣਾ ਅੰਗਰੇਜ਼ੀ ਦਾ ਨਿਕਲ ਹੀ ਜਾਣਾ ਕੋਈ ਵੀ ਨਹੀਂ ਅੱਜ ਅੱਜ ਦੇ ਟਾਈਮ 'ਚ ਕੋਈ ਵੀ ਨਹੀਂ ਹੈ ਜਿਹੜਾ ਤੁਸੀਂ ਇੱਕ ਸ਼ੁੱਧ ਕਿਸੇ ਵੀ ਭਾਸ਼ਾ ਦੇ ਵਿੱਚ ਬੋਲ ਸਕਦਾ ਹੈ ਤੁਹਾਨੂੰ ਮਿਲੇਗਾ ਹੀ ਨਹੀਂ ਜਲਦੀ ਨਾਲ ਸਾਨੂੰ ਹੈ ਨਾ ਕੋਈ ਭਾਸ਼ਾ ਵੀ ਆ ਉਹ ਪੂਰੀ ਆਪਾਂ ਕਹਿ ਦਈਏ ਵੀ ਸੰਪੂਰਨ ਨਹੀਂ ਹੁੰਦੀ ਸਾਨੂੰ ਇਧਰੋਂ ਸ਼ਬਦ ਆਧਾਰੇ ਵੀ ਲੈਣੇ ਪੈਂਦੇ ਆ ਜੀ ਜਿੰਨੇ ਕੁ ਲੈਣੇ ਪੈਂਦੇ ਉਹਨੇ ਕੁ ਲਓ ਪਰ ਸਾਡੇ ਪੰਜਾਬੀਆਂ ਦੀ ਤਾਂ ਫਿਤਰਤ ਕਹ ਲਓ ਆਦਤ ਬਣ ਗਈ ਹੈ ਕਿ ਉਹ ਜਿੰਨੇ ਵੀ ਜਿੱਧਰੋਂ ਵੀ ਆਉਂਦੇ ਆ ਉਹ ਸਾਰੇ ਲੈ ਲੈਂਦੇ ਆ ਆਪਦੇ ਪੁੱਲ ਜਾਂਦੇ ਆ ਹੂੰ ਛੱਡੀ ਜਾਂਦੇ ਆ ਨਾ ਇਸ ਕਰਕੇ ਹੁੰਦਾ ਪਰ ਪੰਜਾਬੀ ਨੂੰ ਇਹ ਇੰਨਾ ਖਤਰਾ ਨਹੀਂ ਹੈਗਾ ਮੈਂ ਤਾਂ ਇਸ ਗੱਲ ਦੇ ਆਸ਼ਾਵਾਦੀ ਵੀ ਨਹੀਂ ਹੈਗਾ ਕਿਉਂਕਿ ਦੇਖੋ ਹਿੰਦੀ ਫਿਲਮਾਂ ਉਹਦੇ ਵਿੱਚ ਪੰਜਾਬੀ ਗਾਣੇ ਬਿਨਾਂ ਨਹੀਂ ਚੱਲਦੀ ਜੀ ਬਹੁਤ ਸਾਰੇ ਡਾਇਲੋਗ ਆ ਉਹ ਵੀ ਪੰਜਾਬੀ ਵਿੱਚ ਬੋਲਦੇ ਆ ਤਾਂ ਸਾਡੀ ਪੰਜਾਬੀ ਦਾ ਪ੍ਰਚਾਰ ਬਹੁਤ ਦੂਰ ਤੱਕ ਹੁੰਦਾ ਜੇ ਇਹ ਨਰਾਸ਼ਵਾਦੀ ਨਹੀਂ ਇਹ ਤਾਂ ਖਤਮ ਹੋ ਜੂ ਹੌਲੀ ਹੌਲੀ ਐਵੇਂ ਹੀ ਲੱਗਦਾ ਹੁੰਦਾ ਕਿ ਪੰਜਾਬੀ ਬਿਨਾ ਇਹਨਾਂ ਦਾ ਸਰਦਾ ਨਹੀਂ ਜੀ ਕਿ ਕਿਤੇ ਨਾ ਕਿਸੇ ਦਿਨ ਆਊਗਾ ਵੀ ਜਦੋਂ ਸਾਰੀ ਪੰਜਾਬੀ ਹੋਵੇ ਛੋਟੇ ਛੋਟੇ ਹਿੰਦੀ ਸ਼ਬਦ ਲੈਣਗੇ ਜੀ ਤੁਹਾਨੂੰ ਕੀ ਲੱਗਦਾ ਜਿੱਦਾਂ ਸਾਊਥ ਵਿੱਚ ਆਪਾਂ ਚਲੇ ਜਾਂਦੇ ਆ ਹਨਾ ਉੱਥੇ ਦੇ ਲੋਕ ਜਿਹੜੇ ਨੇ ਉਹ ਆਪਣੇ ਲੈਂਗੁਏਜ ਨੂੰ ਲੈ ਕੇ ਜਿੰਨੇ ਜ਼ਿਆਦਾ ਤੁਸੀਂ ਸਮਝ ਲਓ ਸੀਰੀਅਸ ਨੇ ਕਿ ਭਈ ਕਿ ਨਾ ਹਿੰਦੀ ਨਹੀਂ ਆਪਾਂ ਬੋਲਾਂਗੇ ਐਦਾਂ ਨਹੀਂ ਤੱਕਾ ਨਹੀਂ ਕਰ ਸਕਦੇ ਸਾਡੇ ਨਾਲ ਆਪਾਂ ਆਪਣੀ ਲੈਂਗੁਏਜ ਰਹਿਣਾ ਹੀ ਰਹਿਣਾ ਕਿਸੇ ਨਾ ਕਿਸੇ ਪਾਸੋਂ ਤੁਹਾਨੂੰ ਲੱਗਦਾ ਕਿ ਇਹ ਐਟੀਟਿਊਡ ਸਾਨੂੰ ਵੀ ਲੈਣਾ ਪਏਗਾ ਯਾ ਤੁਸੀਂ ਕੀ ਰეკਮੈਂਡ ਕਰੋਗੇ ਮੈਂ ਕਹਿੰਦਾ ਵੀ ਇੰਨੀ ਕਟੜਤਾ ਤਾਂ ਨਹੀਂ ਹੋਣੀ ਚਾਹੀਦੀ ਜੀ ਕਿਉਂਕਿ ਅਸੀਂ ਉਹ ਸਭਿਆਚਾਰੀਆਂ ਜਿੱਥੇ ਨਾ ਸਭ ਕੋ ਜਾਏਗਾ ਉਹ ਦੱਖਣ ਦਾ ਇੱਕ ਲਕੀਰ ਖਿੱਚੀ ਹੋਈ ਸੀ ਦੱਖਣ ਵਾਲਿਆਂ ਨੇ ਠੀਕ ਆ ਉਹ ਆਪਦੀ ਮਾਂ ਬੋਲੀ ਨੂੰ ਪਹਿਲ ਤੇ ਲਿਆਓ ਉਹ ਕੀ ਕਰਦੇ ਨੇ ਆਪਦੀ ਮਾਂ ਬੋਲੀ ਤਾਂ ਲਿਆਂਦੀ ਆ ਹਿੰਦੀ ਨੂੰ ਮੁੱਢੋਂ ਨਕਾਰ ਰਹੇ ਨੇ ਜੀ ਮੈਂ ਨਾ ਮੈਂ ਹੱਕ 'ਚ ਨਹੀਂ ਕਹਾਂ ਭਾਵੇਂ ਜੀ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਨਾਲ ਪੰਜਾਬੀ ਦੇ ਨਾਲ ਹਿੰਦੀ ਬਿਨਾ ਵੀ ਨਹੀਂ ਸਰਦਾ ਉਹਨੂੰ ਥੋੜਾ ਥੋੜਾ ਨਾ ਰੱਖਣਾ ਚਾਹੀਦਾ ਸਾਨੂੰ ਸਮਝ ਚ ਆ ਜੇ ਜੇ ਤੁਸੀਂ ਪੰਜਾਬ ਤੋਂ ਬਾਹਰ ਜਾਂਦੇ ਆਂ ਯੂਪੀ ਵਿਹਾਰ ਜਾਵਾਂਗੇ ਦਿੱਲੀ ਜਾਵਾਂਗੇ ਜਿਹਨੂੰ ਪੰਜ ਮਾੜੀ ਮੋਟੀ ਹਿੰਦੀ ਆਉਂਦੀ ਆ ਜਿਆਦਾ ਨਹੀਂ ਪੜਿਆ ਜੀ ਉਹਦੇ ਯੋਗੀਤ ਹੈ ਨਾ ਜੀ ਸਹੀ ਗੱਲ ਹੈ ਚਲੋ ਠੀਕ ਆ ਵੀ ਆਪ ਦੇ ਖਿੱਤੇ ਤਾਂ ਅਸੀਂ ਡਟ ਕੇ ਲੜੋ ਪੰਜਾਬੀ ਲਈ ਜੀ ਹੋਰ ਮੈਂ 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 ਨਾ ਉਦਾਹਰਣ ਦੇਣਾ ਚਾਹਾਂਗਾ ਇੱਕ ਅ ਤੁਸੀਂ ਕੋਈ ਵੀ ਇੱਕ ਪੰਜਾਬੀ ਬੰਦੇ ਨੂੰ ਤੁਸੀਂ ਦੇਖੋਗੇ ਨਾ ਅਗਰ ਕੋਈ ਇੱਕ ਉਹਨੂੰ ਕੋਈ ਬੰਦਾ ਮਿਲ ਜਵੇ ਹਨਾ ਜਿਹੜਾ ਅ ਕਿਸੇ ਵੀ ਹਿੰਦੀ ਸਪੀਕਿੰਗ ਕੰਟਰੀ ਤੋਂ ਸਟੇਟ ਤੋਂ ਆਇਆ ਹੁੰਦਾ ਤੇ ਜਦੋਂ ਉਹ ਰਸਤਾ ਪੁੱਛ ਲਵੇ ਜਾਂ ਕੋਈ ਵੀ ਗੱਲ ਪੁੱਛ ਲਵੇ ਤੇ ਆਪਣਾ ਜਿਹੜਾ ਪੰਜਾਬੀ ਬੰਦਾ ਹੋਇਆ ਹੈ ਨਾ ਉਹ ਕੋਸ਼ਿਸ਼ ਇਹੀ ਕਰਦਾ ਕਿ ਯਾਰ ਜਿੰਨਾ ਮੈਂ ਹਿੰਦੀ ਬੋਲ ਸਕਦਾ ਨਾ ਉਹਦੇ 'ਚ ਮੈਂ ਜਵਾਬ ਦੇ ਦਵਾਂ ਇਸ ਚੀਜ਼ ਦੀ ਅੱਕੜ ਨਹੀਂ ਹੁੰਦੀ ਕਿ ਭਾਈ ਨਹੀਂ ਮੈਨੂੰ ਜੇ ਪੰਜਾਬੀ ਆਂਦੀ ਹੈ ਤਾਂ ਮੈਂ ਪੰਜਾਬੀ 'ਚ ਹੀ ਬੋਲਾਂਗਾ ਹੋਰ ਕਿਉਂਕਿ ਮੈਂ ਪੰਜਾਬੀ ਆ ਜੇ ਅਗਲਾ ਬੰਦਾ ਹਿੰਦੀ 'ਚ ਸਵਾਲ ਪੁੱਛ ਰਿਹਾ ਹੈ ਤਾਂ ਬੰਦਾ ਟੁੱਟੀ-ਫੁੱਟੀ ਹਿੰਦੀ ਨਾਲ ਜਵਾਬ ਦਿੰਦਾ ਕਿਉਂਕਿ ਅਕੜ ਨਹੀਂ ਆਪਣੀ ਨੇ ਸੇਵਾ ਭਾਵਨਾ ਵੀ ਚਲੋ ਅਗਲੇ ਦੀ ਮਦਦ ਹੋ ਜੇ ਅਗਲੇ ਦੀ ਮਦਦ ਹੋ ਜੇ ਔਰ ਆਪਣੀ ਭਾਸ਼ਾ ਨੂੰ ਲੈ ਕੇ ਅਕੜ ਨਹੀਂ ਐਸ ਚੀਜ਼ ਦੀ ਕਿ ਭਾਈ ਮੈਂ ਤਾਂ ਬੋਲਣੀ ਹੀ ਆਹੀ ਐ ਲੇਕਿਨ ਜੇ ਤੁਸੀਂ ਇਹ ਸਾਊਥ ਤੋਂ ਚਲੇ ਜੋ ਮੇਰੇ ਤਾਂ ਪਰਸਨਲ ਇੱਦਾਂ ਦੇ ਰਹੇ ਨੇ ਕਿ ਨਾ ਹਿੰਦੀ ਮੇ ਨਹੀਂ ਇੰਗਲਿਸ਼ ਯਾ ਆਪਣੀ ਲੈਂਗੁਏਜ ਉਹ ਕਟੜ ਵਿਰੋਧੀ ਹੋ ਚੁੱਕੇ ਹਨ ਇਹਨਾਂ ਵੀ ਨਹੀਂ ਹੁੰਦਾ ਸਾਡਾ ਤੇ ਇਹਨਾਂ ਨਾਲ ਜਿਵੇਂ ਕੋਲ 9 ਮਾਸ ਦਾ ਰਿਸ਼ਤਾ ਹੈਗਾ ਠੀਕ ਹੈ ਅਸੀਂ ਜਿੱਥੇ ਹੁਣ ਜਿਵੇਂ ਪ੍ਰਵਾਸੀ ਆ ਸਾਡੇ ਕੋਲੇ ਆਏ ਉਹ ਦਹਾਵਿਆਂ-ਵਿਆਂ ਸਾਲਾਂ ਤੋਂ ਇੱਥੇ ਰਹਿ ਰਹੇ ਆ। ਉਹ ਪੰਜਾਬੀ ਸਮਝਦੇ ਵੀ ਆ। ਜੀ। ਪੰਜਾਬੀ ਬੋਲਦੇ ਵੀ ਆ। ਉਹਨਾਂ ਨਾਲ ਤਾਂ ਪੰਜਾਬੀ ਦੀ ਗੱਲ ਕਰ ਲਓ। ਜੀ। ਜਿੱਥੇ ਅਗਲ ਪੰਜਾਬੀ ਨੂੰ ਨਾ ਸਾਰੇ ਤੁਸੀਂ ਚਲੋ ਸਾਰੇ ਦੇਸ਼ ਦੇ ਵਿੱਚ ਜਿੱਥੇ ਜਾਓਗੇ ਲੋਕ ਸਮਝਣਗੇ। ਠੀਕ ਆ ਕਈ ਥਾਵਾਂ ਤੇ ਥੋੜੀ ਔਖ ਨਾਲ ਸਮਝਣਗੇ। ਐਨੀ ਵੀ ਨਹੀਂ ਔਖ ਨਾਲ। ਹੂੰ। ਪਰ ਜਿੱਥੇ ਆਪਣਾ ਸਰਦਾ ਉਥੇ ਪੰਜਾਬੀ ਬੋਲੋ ਜਿਵੇਂ ਪ੍ਰਵਾਸੀਆਂ ਨਾਲ ਤਾਂ ਬੋਲੋ। ਹੌਲੀ-ਹੌਲੀ ਉਹ ਉਹ ਵਧੀਆ ਪੰਜਾਬੀ ਬੋਲ ਰਹੇ ਸਾਡੇ ਬੱਚਿਆਂ ਨਾਲੋਂ। ਸਾਡੇ ਕੋਲ ਸਕੂਲਾਂ 'ਚ ਉਹਨਾਂ ਦੇ ਬੱਚੇ ਜਿਹੜੇ ਪੜ੍ਹਦੇ ਆ। ਉਹ ਹੁਸ਼ਿਆਰ ਵੀ ਆ। ਪੜ੍ਹਨ 'ਚ ਵੀ ਹੁਸ਼ਿਆਰ। ਤੇ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਫਿਰ ਪਤਾ ਨਹੀਂ ਕਿਉਂ ਅਸੀਂ ਕਿ ਸਹੀ ਨਾ ਉਹਨਾਂ ਨੇ ਵੀ ਹਿੰਦੀ ਜੀ ਗੱਲ ਕਰਦੀ ਇਹ ਗੱਲ ਮਾੜੀ ਆ ਇਹ ਤਾਂ ਬਹੁਤ ਹੋਰ ਜਦ ਕੀ ਦੇਖਿਆ ਜੇ ਪਿਛਲੇ 20 ਸਾਲਾਂ ਦੇ ਵਿੱਚ ਕਿਉਂਕਿ ਹੁਣ ਕਾਫੀ ਟਾਈਮ ਤੋਂ ਇੱਥੇ ਰਹਿੰਦੇ ਵੇ ਉਹਨਾਂ ਦੇ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਨੂੰ ਪੰਜਾਬੀ ਆਉਂਦੀ ਹੈ ਅੱਜ ਕਾਰਨ ਇਹ ਇਹ ਨਾ ਜੇ ਲਾਜ਼ਮੀ ਪੰਜਾਬੀ ਨਾ ਹੁੰਦੀ ਤਾਂ ਫਿਰ ਪੰਜਾਬੀ ਤਾਂ ਫਿਰ ਇਹਨਾਂ ਨੂੰ ਜਾਣੀ ਸੀ ਦਬੀ ਜਾਣੀ ਸੀ ਕਿਉਂਕਿ ਫਿਰ ਉਹਨਾਂ ਨੇ ਹਿੰਦੀ ਜੀ ਪੜ੍ਹਨਾ ਸੀ ਸਰਕਾਰੀ ਸਕੂਲਾਂ ਨੇ ਇਸ ਚੀਜ਼ ਨੂੰ ਬਚਾਇਆ ਸਰਕਾਰੀ ਸਕੂਲਾਂ ਚ ਪਹਿਲੀ ਭਾਸ਼ਾ ਪੰਜਾਬੀ ਆ ਔਰ 10ਵੀਂ ਤੱਕ ਤਾਂ ਹੈਗੀ ਆ ਨਾ ਤੇ ਇਹਨਾਂ ਨੂੰ ਪੜ੍ਹਨੀ ਵੀ ਪੈਣੀ ਆ ਸਾਡੇ ਨਾਲ ਕਾਰੋਬਾਰ ਕਰਦਿਆਂ ਨੂੰ ਪੰਜਾਬੀ ਬੋਲਣੀ ਵੀ ਪੈਣੀ ਆ ਤੇ ਇਹ ਸੰਭਾਲ ਵੀ ਰਏ ਆ ਜੀ ਉਹ ਕਪਤਾ ਨਾ ਰੋਜ਼ਗਾਰ ਦੀ ਭਾਲ ਜੀ ਸਰਜੀਤ ਪਾਤਰ ਦੀ ਨਾ ਆਨੰਦ ਕੁਸ਼ੋਰ ਉਹ ਇਸ ਚੀਜ਼ ਦੀ ਬੜੀ ਵਧੀਆ ਧਾਰਨਾ ਕਿ ਉਹ ਰੋਜ਼ਗਾਰ ਦੀ ਭਾਲ ਚ ਇੱਧਰ ਆਇਆ ਉਹਦੀ ਬੇਟੀ ਆ ਉਹ ਪੜਦੀ ਆ ਉਹ ਪੜਦੀ ਤੇ ਪੰਜਾਬੀ ਬਹੁਤ ਸੋਹਣੀ ਬੋਲਦੀ ਸਾਡੇ ਬੱਚਿਆਂ ਨਾਲ ਵਧੀਆ ਬੋਲਦੀ ਆ ਜੀ ਤਾਂ ਇਹ ਚੀਜ਼ਾਂ ਨੂੰ ਸੰਭਾਲਣਾ ਪੈਣਾ ਹੈ ਮੈਂ ਮੇਰਾ ਨਾ ਇਦਾਂ ਹੁੰਦਾ ਕਿ ਸਭ ਤੋਂ ਜ਼ਿਆਦਾ ਮੈਨੂੰ ਮਹਿਸੂਸ ਹੁੰਦਾ ਉਦੋਂ ਜਦੋਂ ਕੋਈ ਨਾ ਕੋਈ ਵਧੀਆ ਗੀਤ ਆਂਦਾ ਵਾ ਹੋਰ ਉਹਦਾ ਮਤਲਬ ਹੀ ਨਹੀਂ ਸਮਝ ਆਂਦਾ ਉਹਦਾ ਲਾਈਨ ਕੀ ਬੋਲ ਕੇ ਕੀ ਨਹੀਂ ਹੋ ਗਿਆ ਹੋਰ ਇੰਨਾ ਕਈ ਵਾਰ ਤਾਂ ਇਦਾਂ ਵੀ ਹੁੰਦਾ ਕਿ ਉਹਨੂੰ ਸਰਚ ਕਰਨਾ ਪੈਂਦਾ ਗੂਗਲ ਤੇ ਬਾਈ ਇਹ ਵਰਡ ਦਾ ਮਤਲਬ ਕੀ ਜਾਂ ਫਿਰ ਆਪਣੇ ਘਰ ਦੇਆਂ ਤੋਂ ਪੁੱਛਣਾ ਪੈਂਦਾ ਨਹੀਂ ਹੁਣ ਇਹ ਤੇ ਵੇਖ ਲਿਆ ਜੀ ਤੁਸੀਂ ਹੁਣ ਤਾਂ ਮੈਂ ਪੱਕਾ ਕਰਾਂਗਾ ਮੈਨੂੰ ਇਹ ਚ 5000 ਦੇ ਨੇੜੇ ਸ਼ਬਦ ਨੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੱਸ ਰਿਹਾ ਇੱਕ ਹੁਣੇ ਗੀਤ ਆਇਆ ਹੈ ਕਾਫੀ ਲੋਕਾਂ ਨੇ ਸੁਣਿਆ ਫਿਲਮ ਆਈ ਸੀਗੀ ਐਨੀਮਲ ਔਰੇ ਜਗਾਣਾ ਹੈਗਾ ਪੰਬੜ ਕਰੇ ਸਲੇਡਾ ਤਾਂ ਬਣਿਆ ਹੈਵਾਨ ਠੀਕ ਹੈ ਹੁਣ ਇਹ ਇੱਕ ਮੈਨੂੰ ਨਹੀਂ ਲੱਗਦਾ ਸ਼ਹਿਰੀ ਬੱਚੇ ਕਿਸੇ ਨੂੰ ਵੀ ਇਹਦਾ ਮਤਲਬ ਸਮਝ ਆਇਆ ਹੋਵੇਗਾ ਕਿਉਂਕਿ ਨਾ ਮੈਨੂੰ ਪਤਾ ਹੀ ਸਲੇਡਾ ਕੀ ਹੁੰਦਾ ਨਾ ਮੈਨੂੰ ਪਤਾ ਪੰਬੜ ਕੀ ਹੁੰਦਾ ਠੀਕ ਹੈ ਪੰਬੜ ਦਾ ਚਲਵਾ ਅੱਗ ਦਾ ਕੀ ਰਹੀਂ ਭੂਕਾ ਨਿਕਲਣਾ ਬਹੁਤ ਵੱਡਾ ਹੈ ਨਾ ਲਾਟਾਂ ਪਰ ਸਲੇਡਾ ਦਾ ਵਕਤ ਹੀ ਨਹੀਂ ਪਤਾ ਹੁੰਦਾ ਪਤਾ ਹੁੰਦਾ ਵੀ ਜਿਹੜਾ ਬਹੁਤ ਗੁੱਸੇ 'ਚ ਆ ਗਿਆ ਪੰਬੜ ਬਣਿਆ ਫਿਰਦਾ ਹੈ ਮੁਹਾਵਰਾ ਆ ਗਿਆ ਨਾ ਜੀ ਸਲੇਡਾ ਇੱਕ ਕਲਪਿਤ ਪਾਤਰ ਆ ਜੀ ਜਿਵੇਂ ਆਪਣਾ ਪੁੱਤਾਂ ਜੀ ਸਲੇਡੇ ਨੂੰ ਇਹ ਕਹਿੰਦੇ ਆ ਵੀ ਉਹ ਜਿੱਥੇ ਫਿਰਦਾ ਜੇ ਉਹਨੇ ਕਿਸੇ ਦਾ ਵੀ ਰੂਪ ਧਾਰਨ ਕਰਨਾ ਵੀ ਬੰਦੇ ਨੂੰ ਉਹ ਕਹਿ ਲਓ ਵੀ ਨੁਕਸਾਨ ਨਹੀਂ ਪਹੁੰਚਾਉਂਦਾ ਹਾਂਜੀ ਪਰ ਬੰਦੇ ਨੂੰ ਉਹ ਉਲਝਾਉਂਦਾ ਹੈ ਹਾਂਜੀ ਜਿਵੇਂ ਕਿਤੇ ਉਹ ਬੱਕਰੀ ਬਣ ਗਿਆ ਕਿਤੇ ਖੋਤਾ ਬਣ ਕੇ ਟੱਕਰ ਗਿਆ ਤੇ ਬੰਦੇ ਨੇ ਜਿਵੇਂ ਉਹਦੇ ਕਹਾਣੀਆਂ ਜਿਵੇਂ ਪੁਰਾਣੀਆਂ ਕਹਾਣੀਆਂ ਜਾਈ ਉਹ ਬੱਕਰੀ ਬਣ ਕੇ ਟੱਕਰਿਆ ਤੇ ਉਹਨੂੰ ਰੱਸੀ ਪਾ ਕੇ ਤੁਰਿੰਦੇ ਪਿੱਛੇ ਆ ਕੇ ਮੇਦਾ ਤੇ ਕੁੱਤਾ ਬਣਿਆ ਪਿਆ ਹੁੰਦਾ ਠੀਕ ਹੈ ਜੀ ਬੰਦੇ ਨੂੰ ਡਰਾਤਾ ਸ਼ਲੇਡਾ ਵੀ ਕਦੇ ਕੋਈ ਰੂਪ ਬਟਾਲਿਆ ਕਦੇ ਕੋਈ ਕਦੇ ਗਾਇਬ ਹੋ ਗਿਆ ਕਦੇ ਸਾਹਮਣੇ ਆ ਗਿਆ ਇਸ ਤਰ੍ਹਾਂ ਸ਼ਬਦ ਬੜੇ ਨੇ ਜਿਵੇਂ ਹੁਣ ਗਾਇਕਾ ਗਾਇਕ ਵੀ ਬਗਾੜੀ ਜਾਂਦੇ ਆ ਐਡੀ ਕੋਈ ਇਹਨਾਂ ਨੂੰ ਜਾਂ ਤਾਂ ਗਾਇਕ ਨੂੰ ਚਾਹੀਦਾ ਵੀ ਨਿਸ਼ਾਨਾ ਲਾਵੇ ਗੀਤ ਤੇ ਪਹਿਲਾਂ ਫਿਰ ਅੱਗੇ ਲਿਆਵੇ ਜਿਵੇਂ ਹੁਣ ਸ਼ਬਦ ਆ ਜਜ਼ਬਾਤਾਂ ਕਹਿ ਦਿੰਦੇ ਆ ਹਾਂਜੀ ਜਜ਼ਬਾਤਾਂ ਜਦੋਂ ਕੋਈ ਜਜ਼ਬਾਤ ਜਿਹੜਾ ਖੁਦ ਆਪ ਬਹੁ ਬਚਨ ਆ ਤੇ ਬਹੁ ਬਚਨ ਦਾ ਬਹੁ ਬਚਨ ਹੋ ਹੀ ਨਹੀਂ ਸਕਦਾ ਕਰਦੇ ਆ ਵੀ ਇਹੋ ਜਿ ਕਿੰਨੇ ਮਤਲਬ ਮੈਨੂੰ ਵੀ ਹੋਣੇ ਹੋਣੇ ਕੋਦਮ ਮਤਲਬ ਹੋਇਆ ਕਿ ਜਜ਼ਬਾਤ ਜਜ਼ਬਾਤ ਹੀ ਆਪਣੇ ਆਪ ਚ ਬਹੁਵਚਨ ਹੈ ਤਾਂ ਜਜ਼ਬਾਤ ਤਾਂ ਸ਼ਬਦ ਹੀ ਨਹੀਂ ਕੋਈ ਸੈਂਸ ਹੀ ਨਹੀਂ ਹੁੰਦੀ ਉਹ ਕਰ ਹੀ ਜਾਂਦੇ ਆ ਜਿਵੇਂ ਪਿੱਛੇ ਜਿਹਾ ਵਿਗਾਰ ਆ ਗਿਆ ਅੰਗਰੇਜ਼ੀ ਦੇ ਸ਼ਬਦ ਬਹੁਤ ਸਾਰੇ ਫਿਟ ਕਰ ਲਏ ਸੀ ਹਾਂਜੀ ਉਹ ਬੀਟ ਤੇ ਪਾ ਭੰਗੜਾ ਪਣਾ ਚਾਹੀਦਾ ਸ਼ਬਦ ਦਾ ਅਰਥ ਹੋਵੇ ਨਾ ਹੋਵੇ ਗੀਤ ਦਾ ਅਰਥ ਹੋਵੇ ਨਾ ਇਹ ਆ ਗਿਆ ਸੀ ਕੰਮ ਇਹ ਤਾਂ ਕਿੰਨਾ ਫਰਕ ਲੱਗਦਾ ਕਿ ਚੱਲਦੇ ਨਹੀਂ ਨਾ ਲੋਕ ਗੀਤ ਜਿਹੜੇ ਉਹ ਕਹਿੰਦੇ ਨਾ ਤੇਰੀ ਉਮਰ ਲੋਕ ਗੀਤ ਜਿਹੜੀ ਹੋਵੇ ਤੇ ਲੋਕੀ ਤਾਂ ਜੁਗਾ ਤੱਕ ਜਾਂਦੇ ਆ ਤੇ ਇਹ 6 ਮਹੀਨੇ ਵੀ ਨਹੀਂ ਕੱਢਦੇ ਨਾ ਬਲ ਤਾਂ ਇੱਕ ਜਾਂ ਦੋ ਵਾਰੀ ਸੁਣ ਲੇ ਆਪਾਂ ਜੀ ਤੇ ਉਦੋਂ ਬਾਅਦ ਬੱਸ ਕੌਣ ਯਾਦ ਕਰਦਾ ਫਿਰ ਇਹਨਾਂ ਨੂੰ ਤੁਹਾਨੂੰ ਤੁਹਾਡਾ ਕੀ ਵਿਚਾਰ ਹੈ ਆਪਣਾ ਸਤਿੰਦਰ ਸਰਤਾਜ ਵਾਰੇ ਬਸ ਸੁਣਦੇ ਉਹਨਾਂ ਦੇ ਗੀਤ ਸੁਣਦਾ ਵੀ ਆਨ ਉਹਨਾਂ ਨੂੰ ਮਿਲਿਆ ਵੀ ਆ ਤੇ ਗੱਲਬਾਤ ਵੀ ਹੋਈ ਵੀ ਆ ਇਸ ਤਰ੍ਹਾਂ ਦੀ ਸ਼ਾਇਰੀ ਚਾਹੀਦੀ ਐ ਡੂੰਗੀ ਜਿਹੜੀ ਜਿੱਥੇ ਮਰਜੀ ਸੁਣ ਲੋ ਹੂੰ ਘਰ ਚ ਬੈਠੇ ਵੀ ਸੁਣ ਲੋ ਸਫ਼ਰ ਕਰਦੇ ਵੀ ਸੁਣ ਸਕਦੇ ਹੋ ਉਦਾਸ ਹੋਤਾ ਵੀ ਉਹ ਵਧੀਆ ਹੈ ਕਿ ਤੁਹਾਡੇ ਵੀ ਫੇਵਰਟ ਨੇ ਅੱਜ ਦੇ ਟਾਈਮ 'ਚ ਅਗਰ ਕੋਈ ਬੋਲੀ ਸੁਣਦਾ ਅਕਸਰ ਹੀ ਸੁਣਦਾ ਹੈ ਉਹਨਾਂ ਨੂੰ ਸੁਣਦੇ ਹੋ ਤੁਹਾਡੇ ਹੈ ਪਸੰਦ ਦੀ ਦਾ ਹਾਂ ਕਿਉਂਕਿ ਮੈਂ ਮੇਰਾ ਤਾਂ ਇਦਾਂ ਹੈ ਕਿ ਮੇਰੇ ਮਤਲਬ ਮੈਂ ਤਾਂ ਉਹਨਾਂ ਨੂੰ ਇਹ ਮੰਨਦਾ ਕਿ ਇਹ ਲੈਜੈਂਡ ਨੇ ਜਿਹੜੇ ਬੰਨ ਰਹੇ ਨੇ ਸੰਭਾਲ ਰਹੇ ਨੇ ਠੀਕ ਜਿਹੜੇ ਸੰਭਾਲ ਰਹੇ ਨੇ ਹੋਰ ਮਤਲਬ ਬਹੁਤ ਹੋਰ ਇੱਕ ਤਾਂ ਹੁੰਦਾ ਕਿ ਚਲੋ ਪੰਜਾਬੀ ਭਾਸ਼ਾ ਦੀ ਸੇਵਾ ਉਸ ਤੋਂ ਬਾਅਦ ਜਿਹੜੇ ਮਨੁੱਖਤਾ ਦੀ ਸੇਵਾ ਜਿਹੜੀ ਕਰ ਰਹੇ ਨੇ ਕਿ ਜਿਹੜਾ ਉਹ ਗਿਆਨ ਦੇ ਰਹੇ ਨੇ ਹੋਰ ਜਿਸ ਤਰੀਕੇ ਨਾਲ ਜੋ ਗੱਲਾਂ ਲਿਖ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅੱਜ ਦੇ ਟਾਈਮ ਚ ਮਤਲਬ ਹੋਣਗੇ ਲੋਗ ਇਹੋ ਜਿਹੇ ਜਿਹੜੇ ਬੰਦ ਕਮਰੇ ਚ ਹੈ ਪਰ ਸਾਹਮਣੇ ਨਹੀਂ ਐਨੇ ਦਿਖੇ ਕਿ ਜਿਨ੍ਹਾਂ ਨੇ ਵੱਡੇ ਲੈਵਲ ਤੇ ਐਨਾ ਵਧੀਆ ਕੰਮ ਕੀਤਾ ਹੋਇਆ ਇਹ ਜਮਾਨੇ ਦੇ ਹਿਸਾਬ ਨਾਲ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਗੀਤਕਾਰ ਸੀਗੇ ਉਦੋਂ ਸਾਰੇ ਹੋ ਜਾਂਦੇ ਸੀ ਉਦੋਂ ਜੇ ਥੋੜਾ ਜਿਹਾ ਵੀ ਦਿਉਰ ਪਰਜਾਈ ਦਾ ਰਿਸ਼ਤਾ ਜਿਵੇਂ ਮੋਹ ਤੇ ਟੋਕ ਟਕਾਈ ਦਾ ਇਹਦੂ ਥੋੜਾ ਜਿਹਾ ਆਪਸੇ ਗਏ ਤਾਂ ਸ਼ਰੀਲਤਾ ਜਿਗਣਾ ਜਾਂਦਾ ਸੀ ਜੀ ਤੇ ਹੁਣ ਉਹ ਤੋਂ ਜ਼ਿਆਦਾ ਸ਼ਰੀਲਤਾ ਉਹਨੂੰ ਅਸੀਂ ਸਮਾਜ ਨੇ ਸਵੀਕਾਰ ਕਰ ਲਿਆ ਹੁਣ ਨਹੀਂ ਲੱਗਦੀ ਉਹ ਹੂੰ ਦੀਦਾਰ ਸੰਧੂ ਦੇ ਗੀਤ ਸੁਣੋ ਨਾ ਤੇ ਉਹਦੇ ਹਰ ਗੀਤ ਦੇ ਵਿੱਚ ਹਰ ਪੈਰੇ 'ਚ ਹੂੰ ਮੁਹਾਵਰੇ ਤੇ ਅਖਾਣਾਂ ਬਹੁਤ ਵੱਡਾ ਭੰਡਾਰ ਆ ਜਿਹੜਾ ਉਹਨਾਂ ਨੇ ਇਕੱਠਾ ਕੀਤਾ ਤੇ ਉਦੋਂ ਖਾੜਿਆਂ ਦੇ ਲੋਕ ਸੁਣਦੇ ਸੀ ਤੇ ਘਰਾਂ 'ਚ ਨਹੀਂ ਸੁਣਦੇ ਸੀ ਹੂੰ ਉਦੋਂ ਠੱਪਾ ਲੱਗ ਜਾਂਦਾ ਸੀਗਾ ਜੀ ਵੀ ਥੋੜੇ ਜੇ ਬਾਹਰ ਸੋਨ ਨਾਲੇ ਖੇਤਾਂ 'ਚ ਸੋਨ ਨਾਲੇ ਹਨ ਹਾਲਾਂਕਿ ਬਹੁਤ ਵਧੀਆ ਗੀਤ ਸੀਗੇ ਤੇ ਉਹ ਹੁਣ ਉਹ ਸੁਣ ਲਓ ਕੋਈ ਅਸਰ ਨਹੀਂ ਸਾਡੇ ਤੇ ਕਿਉਂਕਿ ਅਸੀਂ ਉਹ ਸ਼ਲੀਲਤਾ ਵਾਲਾ ਜਿਹੜਾ ਨਾ ਉਹ ਮਖੌਟਾ ਬਦਲ ਗਿਆ ਨਾ ਉਹਦਾ ਪੈਰਾਮੀਟਰ ਜਾ ਕਹ ਲਓ ਮਿਆਰ ਬਦਲ ਗਿਆ ਇਸ ਕਰਕੇ ਵੀ ਗੀਤਾਂ ਦੇ ਚੋਣ ਦੇ ਵਿੱਚ ਸੁਣਨ 'ਚ ਫਰਕ ਆ ਜਿਹੜੇ ਸਰਤਾਜ ਦੇ ਗੀਤ ਨੇ ਇਹ ਗੀਤ ਹੁਣ ਦੀ ਪੀੜ੍ਹੀ ਨੂੰ ਉਹਨਾਂ ਵਾਸਤੇ ਬਿਲਕੁਲ ਫਿੱਟ ਆ ਵੀ ਨਵੇਂ ਸ਼ਬਦ ਉਹ ਭੁੱਲ ਗਏ ਆ ਉਹ ਸ਼ਬਦ ਵੀ ਲਿਆਉਂਦੇ ਆ ਹੂੰ ਤੇ ਸਹੀ ਸਮੇਂ ਤੇ ਸਹੀ ਰਾਗ ਨਾਲ ਸੁਣਨ ਵਾਲੇ ਗੀਤ ਨੇ ਜੀ ਇਸ ਕਰਕੇ ਚੰਗੇ ਲੱਗਦੇ ਵੀ ਇਹ ਸੁਣਨੇ ਜ਼ਰੂਰੀ ਆ ਹੋਰ ਤੁਹਾਨੂੰ ਕੌਣ ਲੱਗਦਾ ਕਿ ਅੱਜ ਦੇ ਟਾਈਮ ਚ ਕਿਹੜੇ ਲੋਕ ਹੈ ਜਿਹੜੇ ਤੁਸੀਂ ਸਜੈਸਟ ਕਰਨਾ ਚਾਹੋਗੇ ਤੁਸੀਂ ਤਾਂ ਦੇਖੋ ਕਰ ਰਹੇ ਹੋ ਪੰਜਾਬ ਪੰਜਾਬੀ ਬੋਲੇ ਦੀ ਸੇਵਾ ਕਰ ਰਹੇ ਹੋ ਐਨੀ ਜ਼ਿਆਦਾ ਔਰ ਮੈਨੂੰ ਮਤਲਬ ਸਮਝ ਲਓ ਕਿ ਮੇਰੀ ਕਿਸਮਤ ਹੈ ਕਿ ਮੈਨੂੰ ਮਿਲਣਾ ਹੋ ਪਾਇਆ ਤੁਹਾਡੇ ਨਾਲ ਹੋਰ ਤੁਹਾਡੇ ਕਰਕੇ ਮੈਂ ਕਿਉਂਕਿ ਮੈਨੂੰ ਮੈਂ ਤੁਹਾਨੂੰ ਦੱਸ ਰਿਹਾ ਇਸ ਪੋਡਕਾਸਟ ਦੇ ਆਪਣਾ ਜਿੰਨੇ ਵੀ ਕਮੈਂਟ ਸੈਕਸ਼ਨ ਚ ਕਾਫੀ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਕਾਕਾ ਤੇਰੀ ਤਾਂ ਤੂੰ ਤਾਂ ਸ਼ੈਰੀ ਬ੍ਰੈਡ ਹੈ ਹੁਣ ਕੋਈ ਨਹੀਂ ਮੈਂ ਇਧਰ ਤਾਂ ਆ ਗਿਆ ਮੈਂ ਮੈਂ ਕਹ ਰਿਹਾ ਮੈਂ ਤਾਂ ਮੰਨਦਾ ਮੈਂ ਤਾਂ ਮੰਨ ਲਈ ਮੈਂ ਮੈਂ ਕਿਹਾ ਮੈਨੂੰ ਹੁਣ ਦੱਸ ਦੋ ਮੈਂ ਕਿੱਦਾਂ ਸੁਧਾਰ ਲਾਂ ਮੈਂ ਕਿਹਾ ਆਜੋ ਆ ਕੇ ਸੁਧਾਰ ਦਿਓ ਮੇਰੀ ਮੈਂ ਹੁਣ ਜੇ ਇੰਨਾ ਐਨੇ ਸਾਲ ਲਾ ਕੇ ਮੈਂ ਵਿਗਾੜੀ ਹੈ ਤੇ ਕੁਝ ਟਾਈਮ ਦਿਓ ਮੈਨੂੰ ਮੈਂ ਮੈਨੂੰ ਟਾਈਮ ਦਿਓਗੇ ਮੈਨੂੰ ਮੈਨੂੰ ਮਹਿਸੂਸ ਹੋ ਗਿਆ ਕਿ ਬਾਈ ਕਿ ਕੰਮ ਕਰਨਾ ਪੈਣਾ ਇਹਦੇ ਤੇ ਨੇ ਅਲੋਚਨਾ ਨਾ ਅਲੋਚਨਾ ਤਾਂ ਹੁੰਦੀ ਆ ਪਰ ਉਸ ਅਲੋਚਨਾ ਸਾਰਥਕ ਹੋਣੀ ਚਾਹੀਦੀ ਹੈ ਜੀ ਜਿਵੇਂ ਅੱਜ ਕੱਲ ਦਾ ਮਾਹੌਲ ਆ ਫੇਸਬੁੱਕ ਤੇ ਲੈ ਲੋ ਲੋਕ ਪੁੱਠੇ ਸਿੱਦੇ ਸ਼ਬਦਾਂ ਨਾਲ ਫਿਰ ਸਬੋਧਨ ਕਰਦੇ ਆ ਇਹ ਨਹੀਂ ਚਾਹੀਦਾ ਫਿਰ ਮਨ ਦਾ ਕੰਮ ਕਰਨਾ ਹੌਸਲਾ ਟੁੱਟਦਾ ਤੁਸੀਂ ਕਰ ਰਹੇ ਹੋ ਗਲਤੀਆਂ ਉਹ ਹੀ ਤਾਂ ਹੋਣੀਆਂ ਜਿਹੜਾ ਕੰਮ ਕਰੂਗਾ ਜੀ ਹੌਲੀ 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 ਜੀ ਜਿਵੇਂ ਆਪਾਂ ਅੱਜ ਗੱਲਬਾਤ ਕੀਤੀ ਆ ਥੋੜਾ ਐ ਹੋਇਆ ਕਰ ਗਏ ਹੋ ਮੈਂ ਹੋਰ ਸ਼ਬਦ ਸਿੱਖਾਂ ਉਹ ਤੇ ਆਪੇ ਸ਼ਬਦ ਬਣਾਰ ਵਾਅਦਾ ਹੋ ਜਾਣਾ ਅਭਿਆਸ ਆ ਆ ਚੀਜ਼ ਜੀ ਇਹ ਕਰਨਾ ਚਾਹੀਦਾ ਇਹਦੇ ਨਾਲ ਨਾ ਸਾਡੇ ਕਿੰਨੇ ਸਾਨੂੰ ਸ਼ਬਦ ਯਾਦ ਹੁੰਦੇ ਆ ਫਿਰ ਤੁਹਾਡੇ ਉਚਾਰਨ ਦਾ ਫਰਕ ਪਊਗਾ ਹੂੰ ਲਹਿਜੇ ਦਾ ਵੀ ਫਰਕ ਪੈ ਜਾਣਾ ਹੂੰ ਕਿਤੇ ਸ਼ਬਦ ਵਰਤਨੇ ਆ ਉਥੇ ਜਦੋਂ ਕੱਢ ਕੇ ਸ਼ਬਦ ਵਰਤੇ ਤੇ ਹੋੜ ਕੇ ਜਿਹੜੇ ਆਲੋਚਨਾ ਕਰਦੇ ਉਹਨਾਂ ਪੁੱਛਣਾ ਇਹ ਸ਼ਬਦ ਆਇਆ ਕਿਹੜਾ ਹੈਗਾ ਹਾਂ ਸਾਰੇ ਨਹੀਂ ਨਾ ਪੜਦੇ ਜੀ ਪਰ ਸਾਰਿਆਂ ਨੂੰ ਚਾਹੀਦਾ ਕਿਤਾਬਾਂ ਜ਼ਰੂਰ ਪੜਨ ਕਿਤੇ ਨਾ ਕਿਤੇ ਆਪਾਂ ਪੰਜਾਬੀ ਕਿਤਾਬਾਂ ਨੂੰ ਵੀ ਤਾਂ ਸਮਝ ਲਓ ਛੱਡ ਤਾਂ ਕਿਉਂਕਿ ਪਹਿਲੇ ਅਖਬਾਰ ਹੁੰਦਾ ਸੀਗਾ ਫਿਰ ਵੀ ਆਪਾਂ ਪੜ ਲੈਂਦੇ ਸੀਗੇ ਪੁਰਾਣੇ ਟਾਈਮ ਤੇ ਹੁਣ ਤਾਂ ਅਖਬਾਰਾਂ ਤਾਂ ਛੱਡ ਹੀ ਦੋ ਉਹ ਤਾਂ ਸਿਰਫ ਉਹਨਾਂ ਪੁਰਾਣੇ ਲੋਕ ਹੀ ਪੜਦੇ ਨੇ ਜੇ ਪੜਦੇ ਨੇ ਨਵਾਂ ਤਾਂ ਅੱਜ ਦਾ ਤਾਂ ਕੋਈ ਬੰਦਾ ਦੇਖਿਆ ਹੀ ਨਹੀਂ ਮੈਂ ਕਿ ਪੰਜਾਬੀ ਅਖਬਾਰ ਪੜਦਾ ਅੰਗਰੇਜ਼ੀ ਅਖਬਾਰ ਵੀ ਜਿਹੜੇ ਪੜ ਰਹੇ ਨੇ ਉਹ ਚਾਂਸ ਹੈ ਹੀ ਹੁੰਦਾ ਕਿਉਂਕਿ ਉਹਨਾਂ ਨੇ ਇਗਜ਼ਾਮਾਂ ਦੀ ਤਿਆਰੀ ਕਰਨੀ ਆਉਂਦੀਆਂ ਨੇ ਤਾਂ ਕਰਕੇ ਪੜਦੇ ਨੇ ਤੇ ਤੁਹਾਨੂੰ ਵੀ ਲੱਗਦਾ ਕਿ ਹੋਣੇ ਇਹ ਪੰਜਾਬੀ ਕਿਤਾਬਾਂ ਤਾਂ ਹੁੰਦੀਆਂ ਨੇ ਫਿਰ ਵੀ ਲੋਕਾਂ ਕੋਲ ਕਈਆਂ ਕੋਲ ਬਟ ਪੜਦੇ ਤਾਂ ਤਾਂ ਵੀ ਨਹੀਂ ਹੋ ਕਿ ਤੁਹਾਨੂੰ ਕੀ ਲੱਗਦਾ ਕੀ ਕਰਨਾ ਹੈ ਹਾਂ ਇੱਕ ਗੱਲ ਇਹ ਤੇ ਮੈਂ ਧਾਰਨ ਦੇਵਾਂਗਾ ਐਸ ਕੇ ਅਗਰਵਾਲ ਨੇ ਪ੍ਰਿੰਸੀਪਲ ਸੈਕਟਰੀ ਰਹੇ ਨੇ ਅੱਜ ਹੀ ਮੈਨੂੰ ਮਿਲੇ ਸੀ ਅਸੀਂ ਇੱਥੇ ਗੱਲਾਂ ਬਾਤਾਂ ਹੀ ਕਰਦੇ ਸੀ ਉਹ ਕਹਿੰਦੇ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਲਾ ਕਰਦਾ ਤਾਂ ਮੇਰੇ ਨਾਲ ਦੇ ਅੰਗਰੇਜ਼ੀ ਅਖਬਾਰ ਪੜ੍ਹਦੇ ਹੁੰਦੇ ਸੀ ਤੇ ਮੈਂ ਪੰਜਾਬੀ ਅਖਬਾਰ ਪੜ੍ਹਨਾ ਤੇ ਉਸ ਤੋਂ ਬਾਅਦ ਉਹਨਾਂ ਸਾਰਿਆਂ ਤੋਂ ਅੱਗੇ ਲੰਘ ਕੇ ਕਿੱਥੇ ਪਹੁੰਚ ਗਏ ਹੁਣ ਵੀ ਕਹਿੰਦੇ ਅੱਜ ਮੈਂ ਪੰਜਾਬੀ ਅਖਬਾਰ ਪੜ੍ਹ ਕੇ ਫੇਰ ਆਇਆ ਇੱਕ ਭਲੇਖਾ ਜੋ ਤੁਹਾਨੂੰ ਮਾਂ ਭਾਸ਼ਾ ਨੇ ਦੇ ਦੇਣਾ ਉਹ ਦੂਜੀ ਭਾਸ਼ਾ ਨਹੀਂ ਦੇਣਾ ਅੰਗਰੇਜ਼ੀ ਪੜ੍ਹਨ ਦੇ ਨਾਲ ਆਪਾ ਇਹ ਨਹੀਂ ਕਿ ਸਾਡੇ ਉਹ ਜਹੀਨ ਹੋ ਜਾਏਗਾ ਹੋ ਸਕਦਾ ਸ਼ਬਦਾਵਲੀ ਤਾਂ ਵੱਧ ਜੂਗੀ ਪਰ ਜਿਹੜੀ ਸੋਚ ਆ ਜਿੰਨੇ ਕੁ ਜੋਗਾ ਕੋਈ ਹੈਗਾ ਉਹਨੇ ਉਹਨਾਂ ਦਾ ਕਰਨਾ ਜੀ ਹੁਣ ਪੰਜਾਬੀ ਆ ਪੰਜਾਬੀ ਨਾਲ ਆਈਪੀਐਸ ਵੀ ਕਰਦੇ ਆ ਆਈਐਸ ਵੀ ਕਰਦੇ ਆ ਆਈਐਸ ਦੇ ਵਿੱਚ ਆ ਆਈਪੀਐਸ ਦੇ ਵਿੱਚ ਮੇਰੇ ਦੋ ਸਟੂਡੈਂਟ ਪਿਛਲੀ ਵਾਰੀ ਮੰਨਣ ਦੋ ਦੋ ਘੰਟੇ ਲਾਏ ਤੇ ਉਹ ਦੋ ਡੀਐਸਪੀ ਲੱਗੇ ਹੋਏ ਨੇ ਕੀ ਅਜ 200 ਨੰਬਰ ਦਾ ਪੇਪਰ ਆਉਂਦਾ ਜੀ ਸਾਨੂੰ ਕੋਈ ਦੱਸਦਾ ਹੀ ਨਹੀਂਗਾ ਅਸਲ ਚ 200 ਨੰਬਰ ਦਾ ਪੇਪਰ ਆ ਜਿਹੜੇ ਪੰਜਾਬੀ ਆ ਉਸ ਕੀ ਮੁਹਾਵਰੇ ਆ ਪੈਰੇਜ ਆਪਰੇਸ਼ਨ ਲੱਭਣੇ ਇਹੋ ਜਿਹਾ ਸੌਖਾ ਕੰਮ ਆ ਜੇ ਉਹ ਕਰ ਲੈਂਦੇ ਆ ਤੇ ਉਹਨਾਂ ਨੰਬਰ ਕਿੱਥੇ ਮੈਟ ਚਲੀ ਜਾਂਦੀਆਂ ਜਿੱਥੇ ਅੰਗਰੇਜ਼ੀ ਕਰਦੇ ਆ ਅੰਗਰੇਜ਼ੀ ਸਾਰੇ ਹਿੰਦੁਸਤਾਨ ਦੀ ਮੈਟ ਬਾਨੀ ਆ ਨਾ ਅੰਗਰੇਜ਼ੀ ਵਾਲੇ ਜ਼ਿਆਦਾ ਹੁੰਦੇ ਆ ਜੀ ਉਹਨਾਂ ਦੇ ਚਾਂਸ ਘਟਦੇ ਆ ਜੇ ਉਹਦੀ ਮਾਤ ਭਾਸ਼ਾ 'ਚ ਰੱਖ ਕੇ ਪੀਸੀਐਸ ਕਰਨ ਤਾਂ ਵੀ ਉਹ ਕਾਮਯਾਬ ਨਹੀਂ ਜੀ ਇਹ ਬਹੁਤ ਦੱਸਣਾ ਚਾਹੀਦਾ ਇਹ ਬਹੁਤ ਵਧੀਆ ਗੱਲ ਲਗਾਈ ਹੈ ਤੁਸੀਂ ਸਾਡੇ ਤੁਹਾਡੇ ਵਿਰਿੰਦਰ ਸ਼ਰਮਾ ਜੀ ਸੀ ਕਲਵੰਤ ਸਿੰਘ ਨੇ ਮੋਗੇ ਡੀਸੀ ਹੁਣ ਲੁਧਿਆਣਾ ਵੀ ਉਹਨਾਂ ਨੂੰ ਚਾਰਜ ਮਿਲਿਆ ਹੈ ਮੇਰੇ ਬਹੁਤ ਵਧੀਆ ਮਿੱਤਰ ਨੇ ਉਹ ਪੰਜਾਬੀ ਨਾਲ ਕੀਤੀ ਹੋਈ ਹੈ ਹਮ ਆਈਏ ਸੋ ਉਹਨਾਂ ਨੇ ਵੀ ਇਹ ਬਹੁਤ ਵਧੀਆ ਗੱਲ ਤੁਸੀਂ ਦੱਸੇ ਕਿ ਜਿਹੜੇ ਬਹੁਤ ਵੱਡਾ ਐਡਵਾਂਟੇਜ ਮਿਲਦਾ ਤੁਹਾਨੂੰ ਜੇ ਤੁਸੀਂ ਆਪਣੀ ਮਾਂ ਬੋਲੀ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਦਿੰਦੇ ਹੋ ਤੇ ਕਿਉਂਕਿ ਉਹਦੇ ਚ ਇਹ ਕਿ ਜਿਨ੍ਹਾਂ ਨੂੰ ਨਹੀਂ ਆਉਂਦੀ ਹੈ ਜਿਨ੍ਹਾਂ ਨੂੰ ਘੱਟ ਆਉਂਦੀ ਹੈ ਉਹਨਾਂ ਨੂੰ ਉਹਨਾਂ ਫਾਇਦਾ ਨਹੀਂ ਮਿਲਦਾ ਜਿਨ੍ਹਾਂ ਜਿਹਨੂੰ ਆਉਂਦੀ ਹੁੰਦੀ ਕਿਉਂਕਿ ਉਹ ਨੰਬਰ ਕਾਫੀ ਹੁੰਦੇ ਵੱਜ ਜਾਂਦੇ ਨੇ ਤੇ ਐਗਜ਼ਾਮ ਨਿਕਲਣ ਦੇ ਜਿਹੜੇ ਚਾਂਸ ਨੇ ਉਹ ਵੱਜ ਜਾਂਦੇ ਨੇ ਹੁਣ 200 ਦੇ ਵਿੱਚੋਂ ਆਉਂਦੇ 150 ਤੋਂ ਉੱਪਰ ਵੀ ਆ ਸਕਦੇ ਨੇ ਜਿਆਦਾ ਵੀ ਆ ਜਾਣਗੇ ਹੂੰ ਤੇ ਜਿਹੜਾ ਅੰਗਰੇਜ਼ੀ ਹੈ ਅੰਗਰੇਜ਼ੀ ਦੇ ਵਿੱਚ ਹੋ ਸਕਦਾ ਘੱਟ ਆਉਣ ਹੂੰ ਕਿਉਂਕਿ ਉਹਨਾਂ ਨੇ ਪ੍ਰਸ਼ਨ ਕਿੱਥੋਂ-ਕਿੱਥੋਂ ਪੁੱਛਣੇ ਆ ਕਿ ਜਿਹਨੂੰ ਲਿਟਰੇਚਰ ਦੇ ਬਾਰੇ ਪੁੱਛਣਗੇ ਉਹ ਸਾਹਿਦ ਅੰਗਰੇਜ਼ੀ ਦੇ ਪੁੱਛਣਗੇ ਅੰਗਰੇਜ਼ੀ ਵਾਲੇ ਜ਼ਰੂਰੀ ਨਹੀਂਗਾ ਕਿ ਤਿਆਰੀ ਕਰਨ ਵਾਲਨੇ ਉਹ ਸਾਰੀ ਦੁਨੀਆ ਦਾ ਸਾਹਿਤ ਪੜਿਆ ਹੋਊਗਾ ਜੀ ਪੰਜਾਬੀ ਤਾਂ ਪੰਜਾਬੀ ਦੇ ਹੀ ਪੁੱਛਣਗੇ ਨਾ ਜੀ ਜਿਹੜਾ ਆਉਣੇ 6ਵੀਂ ਤੋਂ ਲੈ ਕੇ ਪੜਦਾ ਹੀ ਆਇਆ ਕੁਛ ਨਾ ਕੁਛ ਕੁਛ ਨਾ ਕੁਛ ਤਾਂ ਪੜਦੇ ਆਇ ਉਹਨੂੰ ਫਾਇਦਾ ਹੋਏਗਾ ਤਾਂ ਇਹ ਗੱਲਾਂ ਅੱਗੇ ਲਿਆਉਣ ਵਾਲੀਆਂ ਦੱਸਣ ਦੀ ਲੋੜ ਆ ਹੂੰ ਮੇਰਾ ਤਾਂ ਇਹ ਮਿਸ਼ਨ ਹੁੰਦਾ ਕਿ ਜਿਹੜੀ ਚੀਜ਼ ਮੈਨੂੰ ਮਿਲਦੀ ਹੈ ਨਾ ਮੈਂ ਅੱਗੇ ਤੋਰਦੇ ਆ ਕਿਸੇ ਦਾ ਕਦੇ ਫਾਇਦਾ ਜ਼ਰੂਰ ਹੁੰਦਾ ਹੈ ਹਰ ਰੋਜ਼ ਕੋਈ ਸ਼ਬਦ ਮਿਲਦਾ ਤਾਂ ਮੈਂ ਉਹ ਅੱਗੇ ਪਾ ਦਿੰਦਾ ਠੀਕ ਹੈ ਸੁੰਦਰ ਲਿਖਾਈ ਕਰਦੇ ਸੀ ਹੂੰ ਮੈਂ ਇੱਕ ਜਿਹੜਾ ਸ਼ੁਰੂਆਤ ਕੀਤੀ ਆ ਤਾਂ ਮੈਂ ਪਠਾਨਕੋਟੇ ਕੈਂਪ ਲਾਇਆ ਅੱਛਾ ਇਹ ਮੈਨੂੰ ਲੱਗਾ ਵੀ ਇਹਦਾ ਬੜਾ ਕਾਲਜ ਦੇ ਬੱਚਿਆਂ ਨੂੰ ਉਹਨਾਂ ਨੂੰ ਫਾਇਦਾ ਹੋਇਆ ਹੂੰ ਇਹਨੂੰ ਸੋਚਿਆ ਵੀ ਫਿਰ ਮੈਨੂੰ ਲਾਉਣਾ ਪੈਗਾ ਮਾਨਸਾ ਵੱਲੀ ਹੂੰ ਤਾਂ ਇੰਨੇ ਥਾਵਾਂ ਤੇ ਜਾਣਾ ਬੜਾ ਔਖਾ ਸੀ ਆਉਂਦੀ ਜੋੜੀ ਵੀ ਕਰਨੀ ਆ ਜੀ ਛੁੱਟੀਆਂ ਮੈਂ ਨਹੀਂ ਲੈਂਦਾ ਬਹੁਤ ਘੱਟ ਮੈਂ ਦੁਵਾਰ ਵਾਲੇ ਦਿਨ ਜਾਂ ਕਿਤੇ ਹੋਰ ਲਾ ਦਿੰਦਾ ਸੀ ਜੀ ਫਿਰ ਉਹ ਬੰਦੇ ਲੱਭੇ ਜੀ ਹਰ ਜ਼ਿਲ੍ਹੇ 'ਚ ਇੱਕ ਇੱਕ ਦੋ ਦੋ ਬੰਦੇ ਸੁੰਦਰ ਲਖਾਈ ਵਾਲੇ ਲੱਭ ਕੇ ਉਹਨਾਂ ਨੂੰ ਕਿਹਾ ਵੀ ਆਓ ਤੁਰਿਏ ਵੀ ਤੁਸੀਂ ਬਹੁਤ ਸੋਣਾ ਸ਼ਾਬਾਸ਼ ਹੈ ਵੀ ਜੇ ਕਿਸੇ ਨੂੰ ਆਪਾਂ ਸ਼ਾਬਾਸ਼ ਦੇਵਾਂਗੇ ਕਰੂਗਾ ਮੇਰਾ ਤਾਂ ਉਹਨਾਂ ਕੁਝ ਨਹੀਂ ਘਟਿਆ ਸਗੋਂ ਇੱਜ਼ਤ ਮਾਨ ਜ਼ਿਆਦਾ ਕਰਦੇ ਆ ਉਹਨਾਂ ਨੇ ਆਪੋ ਆਪਣੇ ਜ਼ਿਲ੍ਹੇ ਸੰਭਾਲ ਲਏ ਏਰੀਆ ਉਹਨਾਂ ਦੇ ਕੋਲੇ ਆ ਗਿਆ ਤੇ ਹੁਣ ਇੱਕ ਲਹਿਰ ਬਣ ਗਈ ਆ ਅਸੀਂ ਇਸ ਲਹਿਰ ਦੇ ਕਾਰਨ 86 ਬੰਦਿਆਂ ਨੂੰ ਸਨਮਾਨਤ ਕੀਤਾ ਮੈਂ ਇੱਥੇ ਪ੍ਰੋਗਰਾਮ ਕਰਵਾਇਆ ਸੱਦ ਕੇ ਤਲਵੰਡੀ ਭਾਈ ਕੋਲ ਇੱਕ ਪਿੰਡ ਬੂਈਆਂ ਵਾਲਾ ਉੱਥੇ ਤਾਂ 86 ਬੰਦੇ ਸਾਡੇ ਕੋਲੇ ਸੁੰਦਰ ਲਖਾਈ ਵਾਲੇ ਆ ਗਏ ਅਖਰਕਾਰੀ ਵਾਲੇ ਠੀਕ ਹੈ ਉੱਥੇ ਭਾਸ਼ਣ ਬਾਜੀ ਨਹੀਂ ਚੱਲੀ ਭਾਸ਼ਣ ਬਾਜੀ ਦਾ ਇੱਕ ਘੰਟਾ ਪ੍ਰੋਗਰਾਮ ਰੱਖਿਆ ਸੀ ਬਾਅਦ ਤਵਾਰ ਚਲੋ ਸਨਮਾਨ ਕਰਦੇ ਆਂ ਡੇਢ ਘੰਟਾ ਹੋ ਗਿਆ ਬਾਕੀ ਸਾਰਾ ਦਿਨ ਉਹਨਾਂ ਦੀਆਂ ਖੁੱਲੀਆਂ ਗੱਲਾਂ ਜਿਹਨੂੰ ਅਸੀਂ ਕਿਹਾ ਸੀ ਆ ਪੰਜਾਬੀ ਪਿਆਰਿਆਂ ਦੀ ਪਰਿਵਾਰਕ ਮਿਲਣੀ ਦਾ ਨਾਮ ਦਿੱਤਾ ਠੀਕ ਹੈ ਉਹਦੇ ਨਾਲ ਉਹ ਕੀ ਉਹਨਾਂ ਨੇ ਇੱਕ ਦੂਜੇ ਨੂੰ ਗੱਲਾਂ ਕੀਤੀਆਂ ਗੈਰ ਰਸਮੀ ਗੱਲਾਂ ਹੁੰਦੀਆਂ ਮੈਂ ਇਸ ਤਰ੍ਹਾਂ ਲਿਖਦਾ ਦੂਜਾ ਕਹਿੰਦਾ ਮੈਂ ਆਹ ਕਲਮ ਵਰਦਾ ਐ ਕੀਤਾ ਉਹਨਾਂ ਨੇ ਆਪਦੀਆਂ ਚੀਜ਼ਾਂ ਜੋ ਉਹਨਾਂ ਨੇ ਲਿਖਿਆ ਸੀ ਉਹ ਸਾਹਮਣੇ ਰੱਖਿਆ ਵਿਖਾਇਆ ਜੀ ਜਿਹੜੇ ਨਵੇਂ ਸੀਗੇ ਇਸ ਖੇਤਰ ਚ ਆ ਰਹੇ ਉਹਨਾਂ ਨੂੰ ਉਤਸ਼ਾਹ ਮਿਲਿਆ ਤਾਂ ਉਹਦਾ ਇੱਕ ਇਹ ਹੋ ਗਿਆ ਵੀ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਲੱਗਦਾ ਸੀ ਨਾ ਤੁਹਾਡੇ ਇੱਥੇ ਜਸਵਾਲ ਉਹਨਾਂ ਦੀ ਜੀ ਉਹਨਾਂ ਨੇ ਸਾਰੇ ਪੰਜਾਬ ਚ ਘੁਮਾਇਆ ਅਹੀਂ ਉੱਥੇ ਐਲਾਨ ਕਰਤਾ ਵੀ ਇਸੇ ਤਰ੍ਹਾਂ ਅਸੀਂ ਇਹ ਪਰਿਵਾਰਕ ਮਿਲਣੀ ਹਰ ਜ਼ਿਲ੍ਹੇ ਚ ਕਰਾਇਆ ਕਰਾਂਗੇ ਹਰ ਸਾਲ ਤਾਂ ਅਗਲੀ ਵਾਰੀ ਹੁਣ ਬਿਠਿੰਡੇ ਵਾਲਿਆਂ ਨੇ ਉਹ ਗੱਲ ਦੀ ਜ਼ਿੰਮੇਵਾਰੀ ਲਈ ਵੀ ਅਸੀਂ ਉੱਥੇ ਕਰਾਵਾਂ ਇਸ ਤਰ੍ਹਾਂ ਜਿਹੜੋ ਸਾਰੇ ਜਿਲ੍ਹਾਂ ਚ ਘੁੰਮਦਾ ਜਾਊਗਾ ਉਹ ਹੂੰ ਤੇ ਸਾਡੀ ਪੰਜਾਬੀ ਲਈ ਉਹਦਾ ਕਿੰਨਾ ਫਾਇਦਾ ਹੋਊਗਾ ਤੇ ਜਿਹੜੇ ਨਵੇਂ ਮੁੰਡੇ ਹੋਣਗੇ ਜਿਹੜੇ ਹਜੇ ਇਸ ਖੇਤਰ ਚ ਆ ਰਹੇ ਆ ਸੁੰਦਰ ਲਿਖਾਈ ਵਾਲੇ ਜਾਂ ਕੈਲੀਗ੍ਰਾਫੀ ਵਾਲੇ ਜਾਂ ਅੱਖਰਕਾਰੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਚ ਬੜੀਆਂ ਸੰਭਾਵਨਾਵਾਂ ਉਹਨਾਂ ਦਾ ਜ਼ਿਕਰੂਗਾ ਉਹਨਾਂ ਨੂੰ ਸ਼ਾਵਾਸ਼ ਦੇਣ ਵਾਲਾ ਕੋਈ ਤਾਂ ਹੈਗਾ ਹੂੰ ਉਹ ਕੰਮ ਕਰਨਗੇ ਵਧ ਕੇ ਕੈਲੀਗ੍ਰਾਫੀ ਦੇ ਵਿੱਚ ਤਾਂ ਬਹੁਤ ਆ ਇੱਕ ਇੱਕ ਚੀਜ਼ 10-10 ਹਜ਼ਾਰ ਦੀ ਵਿਕਦੀ ਆ ਜਿਹੜੋ ਕੰਮ ਕਰੇ ਤਾਂ ਅੱਛਾ ਬਹੁਤ ਪੈਸਾ ਹੈਗਾ ਦੇ ਵਿੱਚ ਪਰ ਕਰਨ ਵਾਲੇ ਹੋਣ ਦਿਕਤ ਇਹ ਹੈ ਕਿ ਤੁਸੀਂ ਮਤਲਬ ਅੱਜ ਦੇ ਟਾਈਮ 'ਚ ਲੋਕੀ ਭਜਰੇ ਨੇ ਬਾਹਰ ਨੂੰ ਹਨਾ ਕਿ ਇੱਥੇ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਥੋੜਾ ਜਾ ਅਗਰ ਥੋੜਾ ਜਾਈ ਕੰਮ ਕਰਨ ਵਾਲਾ ਹੋਵੇ ਕੰਮ ਕਰਨ ਵਾਲਾ ਹੋਏ ਤਾਂ ਤੁਹਾਡੀ ਮਾਂ ਬੋਲੀ ਤੁਹਾਨੂੰ ਖੜਾ ਕਰ ਸਕਦੀ ਹੈ ਹੁਣ ਮਤਲਬ ਕਿਸ ਲੈਵਲ ਤੇ ਪਹੁੰਚਾ ਸਕਦੀ ਹੈ ਤੁਹਾਨੂੰ ਤੁਸੀਂ ਇਹ ਨਹੀਂ ਸੋਚ ਸਕਦੇ ਹੋ ਬਹੁਤ ਕੁਝ ਦਿੰਦੀ ਹੈ ਮਾਂ ਬੋਲੀ ਬੜਾ ਕੁਝ ਦਿੱਤਾ ਮੈਂ ਤਾਂ ਕਹਿੰਦਾ ਨਾ ਫਿਰ ਕਰੋ ਸਹੀ ਤੁਹਾਨੂੰ ਤੁਹਾਨੂੰ ਇਹ ਕਿਦਾਂ ਮਤਲਬ ਇਹ ਕਿੱਦਾਂ ਇਹ ਅੰਦਰੋਂ ਮਹਿਸੂਸ ਹੋਇਆ ਕਿ ਯਾਰ ਕਿ ਇੱਕ ਤਾਂ ਤੁਸੀਂ ਦੇਖੋ ਐਜ਼ ਅ ਅਗਰ ਇੱਕ ਅਧਿਆਪਕ ਹੋ ਹਨਾ ਅਧਿਆਪਕ ਤਾਂ ਅਸੀਂ ਵੀ ਅਧਿਆਪਕਾ ਤੋਂ ਹੀ ਪੜੇ ਆ ਹਨਾ ਇੱਕ ਤਾਂ ਹੁੰਦਾ ਅਧਿਆਪਕ ਦਾ ਨਾ ਕੰਮ ਹੈ ਕਿ ਮੈਂ ਗਿਆ ਸਕੂਲ ਮੈਂ ਪੜਾਇਆ ਬੱਚਾ ਨੂੰ ਮੈਂ ਆ ਗਿਆ ਹਨਾ ਮੈਂ ਵਧੀਆ ਪੜਾ ਲਿਆ ਮੈਂ ਵਾਪਸ ਆ ਗਿਆ ਫਿਰ ਉਸ ਤੋਂ ਬਾਅਦ ਹੁੰਦਾ ਕਿ ਤੁਹਾਡਾ ਕਿ ਤੁਸੀਂ ਜੋ ਸਕੂਲ ਪੜਾ ਰਹੇ ਹੋ ਉਸ ਤੋਂ ਇਲਾਵਾ ਤੁਹਾਡੀ ਤੁਸੀਂ ਇੱਕ ਜ਼ਿੰਮੇਵਾਰੀ ਚੱਕ ਲਈ ਕਿ ਭਾਈ ਕਿ ਇਹ ਤਾਂ ਮੇਰੀ ਮਾਂ ਬੋਲੀ ਹੈ ਮੇਰੀ ਮਾਂ ਸਮਾਨ ਹੈ ਇਹਨੂੰ ਮੈਂ ਸਾਮਨਾ ਐਨੂੰ ਮੈਂ ਕੋਸ਼ਿਸ਼ ਕਰਨਾ ਹੈ ਕਿ ਹਾਂ ਕਿ ਇਹ ਵਿਲੁਪਤ ਨਾ ਹੋ ਜਾਏ ਯਾ ਇਹ ਸਮਝ ਲਓ ਕਿ ਰੱਬ ਨੇ ਮੈਨੂੰ ਚੁਣਿਆ ਕਿ ਬਈ ਕਿ ਮੈਂ ਇਹ ਸੇਵਾ ਕਰਾਂ ਆਪਣੀ ਮਾਂ ਬੋਲੀ ਦੇ ਖਿਆਤੇ ਰ ਇੱਕ ਕਦੋਂ ਤੁਹਾਨੂੰ ਆਇਆ ਯਾ ਕੋਈ ਤੁਹਾਡੀ ਜ਼ਿੰਦਗੀ ਵਿੱਚ ਕੁਛ ਅੱਧਾ ਦਾ ਕੋਈ ਹੋਇਆ ਸੀਗਾ ਐਕਸਪੀਰੀਅੰਸ ਸੀਗਾ ਯਾ ਕੁਝ ਦੱਸੋਗੇ ਇਹਦੇ ਬਾਰੇ ਜਿਹੜਾ ਤਾਂ ਮੈਂ ਪੜਦਾ ਸੀ ਮੇਰਾ ਬਿਲਕੁਲ ਧਿਆਨ ਨਹੀਂ ਸੀ ਜਿਵੇਂ ਕਹ ਲਓ ਵੀ ਈਟਿਟੀ ਕਰਨ ਵੇਲੇ ਵੀ ਅਸੀਂ ਤਿੰਨ ਚਾਰ ਜਣੇ ਇਹੋ ਜਿਹੇ ਗਿਣੇ ਜਾਂਦੇ ਸੀ ਜਿਨ੍ਹਾਂ ਨੇ ਵੀ ਕੋਈ ਗੱਲ ਹੋਣੀ ਤੇ ਸਾਡਾ ਹੀ ਨਾਂ ਲੱਗਦਾ ਸੀ ਵਿਦਿਆ ਨਹੀਂ ਹਣੀ ਸੀ ਅਧਿਆਪਕਾਂ ਤੋਂ ਵੀ ਬਹੁਤਾ ਧਿਆਨ ਨਹੀਂ ਪਹਿਲੇ ਸਾਲਾਂ 'ਚ ਜੀ ਫਿਰ ਇੱਕ ਦਿਨ ਆ ਬਸ ਲਿਖਾਈ ਦੀ ਗੱਲ ਚੱਲੀ ਤੇ ਲਿਖਾਈ ਮੇਰੀ ਮਾੜੀ ਸੀ ਤੇ ਉਹ ਇਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਲਿਖਾਈ ਬੜੀ ਮਾੜੀ ਹੈ ਤੂੰ ਨਹੀਂ ਲਿਖ ਸਕਦਾ ਹੁਣ ਮੈਂ ਚੈਲੰਜ ਲੈ ਕੇ ਤੇ ਬਸ ਇਸ ਪਾਸੇ ਜਿਹੜਾ ਮੈਂ ਲੱਗ ਗਿਆ ਤੇ ਮੈਨੂੰ ਲੱਗਾ ਮੈਂ ਕੁਝ ਕਰ ਸਕਦਾ ਮੈਂ ਉਹ ਲਿਖਣ ਵਾਲੇ ਪਾਸੇ ਹੋ ਗਿਆ ਲਿਖਣ ਵਾਲਿਆਂ ਸੋਨਾ ਲਿਖਿਆ ਗਿਆ ਫਿਰ ਮੈਂ ਉਹਨੂੰ ਹੋਰ ਅਭਿਆਸ ਅਭਿਆਸ ਕਰਨਾ ਪਿਆ ਜਦੋਂ ਮੈਨੂੰ ਲੱਗਾ ਵੀ ਠੀਕ ਆ ਫਿਰ ਮੈਂ ਆਉਦੇ ਵਿਦਿਆਰਥੀਆਂ ਦੇ ਉਹਨੂੰ ਤਾਂ ਉਹਦੇ ਚੋਂ ਹੀ ਆ ਕਿਤਾਬ ਨਿਕਲੀ ਸੀ ਉਹ ਮੋਤੀਆਂ ਵਰਗ ਅੱਖਰ ਲਿਖਿਆ ਵੀ ਜਿਹੜੇ ਗੱਲ ਜਿਹੜੇ ਨੁਕਸ ਜਿਹੜੇ ਆ ਮੇਰੇ ਵਿਦਿਆਰਥੀ ਕਰਦੇ ਸੀ ਲਿਖਣ ਲੱਗੇ ਆ ਹੂੰ ਉਹ ਮੈਂ ਨੋਟ ਕਰਨੇ ਸ਼ੁਰੂ ਕਰਦੇ ਠੀਕ ਹੈ ਸਾਡੇ ਪੰਜਾਬੀ ਨਾ ਇੱਥੋਂ ਸਿੱਖਦੇ ਆ ਨਾ ਜੇ ਆਪਾਂ ਉਹਨਾਂ ਨੂੰ ਗਲਤ ਦਸੀਏ ਪਹਿਲਾਂ ਵੀ ਆਹ ਗਲਤੀ ਆ ਇਹਨੂੰ ਠੀਕ ਕਰੋ ਜੇ ਕਹੀ ਨਾ ਵੀ ਆਹ ਠੀਕ ਕਰ ਦਿਓ ਨਹੀਂ ਗਲਤੀ ਦੱਸਣੀ ਪੈਂਦੀ ਪਹਿਲਾਂ ਫਿਰ ਉਹ ਠੀਕ ਕਰਦੇ ਆ ਤਾਂ ਉਸ ਤਰ੍ਹਾਂ ਮੈਂ ਦੱਸਿਆ ਵੀ ਆਹ ਆਹ ਗਲਤੀ ਇਹਨੂੰ ਆ ਠੀਕ ਕਰੋ ਇਹਨੂੰ ਆ ਗਲਤੀ ਪਾਉਂਦੇ ਠੀਕ ਤਾਂ ਉਹ ਮੇਰਾ ਅਭਿਆਸ ਹੁੰਦਾ ਗਿਆ ਬੱਚਿਆਂ ਦਾ ਵੀ ਹੁੰਦਾ ਗਿਆ ਤੇ ਮੇਰਾ ਇਹਦੇ ਵਿੱਚ ਇੰਟਰਸਟ ਜਿਵੇਂ ਕੋਈ ਦਿਲਚਸਪੀ ਵਾਧੀ ਗਈ ਜਿਵੇਂ ਇਤਨਾ ਹੋ ਗਿਆ ਫਿਰ ਮੈਂ ਕਿਤਾਬਾਂ ਪੜਦਾ ਹੁੰਦਾ ਸੀ ਪਹਿਲਾਂ ਤੋਂ ਹੀ ਕਿਤਾਬਾਂ ਪੜਦੀ ਰੱਖਤੀ ਉਹਦੇ ਵਿੱਚੋਂ ਮੈਂ ਸ਼ਬਦ ਲਿਖਣੇ ਸ਼ੁਰੂ ਕਰਤੇ ਜਿਹੜੇ ਮੈਨੂੰ ਲੱਗਣਾ ਵੀ ਆਹ ਤਾਂ ਸ਼ਬਦ ਹੈ ਗਵਾਚਿਆ ਹੈ ਹਨਾ ਹੁਣ ਤਾਂ ਵਰਤਦੇ ਹੀ ਨਹੀਂ ਜੀ ਉਹ ਜਿਹਨੂੰ ਮੈਂ ਥੋੜੇ ਜੇ ਇਕੱਠੇ ਕੀਤੇ ਤਾਂ ਇੱਕ ਤੇ ਡਾਕਟਰ ਦਿਵਿੰਦਰ ਬੋਹਾ ਨੇ ਇੱਕ ਦਿਨ ਮੈਨੂੰ ਕਿਹਾ ਵੀ ਤੂੰ ਕੰਮ ਕਰ ਸਕਦਾ ਯਾਰ ਆਹ ਤਾਂ ਕਰ ਲਾ ਫਿਰ ਉਹ ਜਤਿੰਦਰ ਪੰਨੂ ਜਿਹੜੇ ਪ੍ਰਾਈਮ ਏਸ਼ੀਆ ਤੇ ਹੁੰਦੇ ਨੇ ਹੁਣ ਨਵਾਂ ਜਵਾਨਾ ਸੰਪਾਦਕ ਨੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਮੈਨੂੰ ਤੇਰਾ ਕੰਮ ਪਤੰਗਾ ਲੱਗਾ ਕਿ ਤੂੰ ਤਮਨ ਆਪਾਂ ਚਲੋ ਗੱਲਾਂ ਬਾਤਾਂ ਕਰਦੇ ਮੈਨੂੰ ਮਿਲ ਮੈਂ ਇਹਨਾਂ ਕੋਲੇ ਖੜਾ ਜਿਵੇਂ ਲੈ ਗਿਆ ਬੈਠੇ ਉਹ ਕਹਿੰਦੇ ਇਹਨੂੰ ਛਪਾ ਲਾ ਹਾਲਾਂਕਿ ਉਹਨਾਂ ਦੀ ਪਹਿਲਾਂ ਇਸੇ ਦੀ ਕਿਤਾਬ ਛਪੀ ਹੋਈ ਸੀ ਛੋਟੀ ਜੀ ਅੱਛਾ ਜੀ ਉਹ ਹੁਣ ਵੀ ਕਹਿੰਦੇ ਵੀ ਉਹਦੇ ਨਾਲ ਇਹ ਵੱਧ ਕੰਮ ਹੋ ਗਿਆ ਉਹ ਵੇਲੇ ਉਹਨਾਂ ਦੀ ਧਿਆਨਦਾਰੀ ਆ ਕਿ ਉਹ ਕਹਿੰਦੇ ਨਹੀਂ ਦਨ ਛਪਾ ਮੈਂ ਫੇਰ ਛੱਡਤਾ ਕਹਾ ਖਿਆਲ ਵੀ ਛੱਡੋ ਭਰੇ ਕੋਈ ਨਹੀਂ ਛਪਾ ਲਾਂਗੇ ਫੇਰ ਉਹਨਾਂ ਦਾ ਇੱਕ ਦਿਨ ਮੈਨੂੰ ਕਾਲ ਆ ਫੋਨ ਆਇਆ ਜੀ ਛਪਾ ਲਾ ਨਹੀਂ ਕਿਸੇ ਹੋਰ ਨੇ ਛਪਾ ਲੈਣੀ ਫੇਰ ਪਛਤਾਏਗਾ ਇੰਨੀ ਮਿਹਨਤ ਕੀਤੀ ਹੈ ਹੂੰ ਇੱਕ ਮਾਨ ਭਰਿਆ ਜਿਹਾ ਸੀਗਾ ਹੁਕਮ ਜੀ ਤੇ ਮੈਂ ਕਹਾ ਚਲੋ ਠੀਕ ਆ ਫਿਰ ਮੈਂ ਜਦੋਂ ਇਹ ਕਿਤਾਬ ਛਪਾਈ ਇਹਦੇ ਹੁਣ ਕਈ ਐਡੀਸ਼ਨ ਨਿਕਲ ਗਏ ਨੇ ਠੀਕ ਹੈ ਕਿਉਂਕਿ ਲੋਕਾਂ ਨੂੰ ਹੀ ਲੱਗਾ ਵੀ ਯਾਰ ਸਭ ਤਾਂ ਸਾਢੇ ਆ ਤਾਂ ਮੈਂ ਇਸ ਪਾਸੇ ਫਿਰ ਮੈਨੂੰ ਲੱਗਾ ਵੀ ਇਹ ਠੀਕ ਆ ਜਦੋਂ ਇਹ ਹੋ ਗਿਆ ਫਿਰ ਮੈਨੂੰ ਲੱਗਾ ਵੀ ਭੋਲੇ ਭਾਲੇ ਲੋਕ ਠੱਗੇ ਜਾਂਦੇ ਹਨ ਕਚਹਿਰੀਆਂ ਚਾ ਹੋਰ ਉਹਨਾਂ ਨੂੰ ਤਾਂ ਸਮਝ ਨਹੀਂ ਲੱਗੀ ਸ਼ਬਦਾਂ ਦੀ ਤਾਂ ਮੈਂ ਉਹ ਸ਼ਬਦ ਇਕੱਠੇ ਕੀਤੇ ਉਹਦੀ ਸ਼ਬਦਾਰਥਾ ਗਈ ਮੁੜ ਕੇ ਤਾਂ ਜਿਵੇਂ ਮੈਨੂੰ ਆਇਆ ਲੱਗਾ ਜਿਹੜੀ ਲੋੜ ਆ ਵਿਆਕਰਨ ਅਸੀਂ ਮੈਂ ਬਣਾਈ ਤਾਂ ਵਿਆਕਰਨ ਉਪਾਹ ਕਰਨ ਕਮੇਟੀ ਆਪਦੀਆਂ ਸ਼ਰਤਾਂ ਦੱਸਣ ਲੱਪੀ ਮੈਂ ਕਹਾਂ ਮੈਂ ਤੁਹਾਨੂੰ ਨਹੀਂ ਦਿੰਦਾ ਮੈਂ ਜਨਤ ਕੀ ਕਰ ਦੇਣਾ ਠੀਕ ਉਹ ਵਿਆਕਰਨ ਹੋ ਗਈ ਕਈ ਗੱਲਾਂ ਨਿਕਲ ਆਉਂਦੀਆਂ ਤੁਸੀਂ ਜਿੱਦਾਂ ਇਹ ਸੋਚਿਆ ਕਿ ਹਾਂ ਬੱਚੇ ਗਲਤੀਆਂ ਕਰਦੇ ਨੇ ਉਤੋਂ ਮੈਂ ਦੇਖਦਾ ਮੈਂ ਕਿ ਕੀ ਕੀ ਇੱਕ ਪੈਟਰਨ ਦੇਖਿਆ ਨਾ ਤੁਸੀਂ ਕਿ ਆਹ ਪੈਟਰਨ ਹੈ ਜਿਹੜਾ ਸਿੱਖਦੇ ਹੋਏ ਬੰਦਾ ਗਲਤੀਆਂ ਕਰਦਾ ਉਹਦੇ ਲਈ ਤੁਸੀਂ ਇੱਕ ਪੂਰਾ ਪਲਾਨ ਬਣਾਤਾ ਕਿ ਆਹ ਫੋਲੋ ਕਰੋ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਏਗਾ ਹਨਾ ਕਿ ਕਿ ਪੰਜਾਬੀ ਬੋਲਦੇ ਹੋਏ ਕੀ ਗਲਤੀਆਂ ਕਰਦੇ ਆਂ ਹੋਰ ਤੁਸੀਂ ਉਤੋਂ ਸਿੱਖ ਜਾਓਗੇ ਔਰ ਕਮਾਂਡ ਬਣਨੀ ਸ਼ੁਰੂ ਹੋ ਜਾਏਗੀ ਤੁਹਾਡੀ ਹੋਰ ਤੁਹਾਡੀ ਲੈਂਗੁਏਜ ਤੇ ਆਪਣੇ ਸਕੂਲਾਂ ਦੇ ਵਿੱਚ ਕੀ ਕਮੀ ਹੈ ਅਗਰ ਮੈਂ ਪੁੱਛਾਂ ਕਿ ਜਿਹੜੇ ਅਗਰ ਮੈਂ ਹਰ ਜਗ੍ਹਾ ਅਗਰ ਮੈਂ ਕਾਮਨ ਗੱਲ ਕਰਾਂ ਹਨਾ ਦੇਖੋ 10-20% ਵਧੀਆ ਕੰਮ ਵੀ ਕਰ ਰਹੇ ਨੇ ਪਰ ਇੱਕ ਇੱਕ ਹੁੰਦਾ ਵੇ ਕਿ ਜਿਹੜਾ ਸਟੈਂਡਰਡ ਚੱਲਦਾ ਵੇ ਕਿ ਜਿੱਦਾਂ ਸਕੂਲਾਂ ਵਾਲਿਆਂ ਨੇ ਕਿਹਾ ਕਿ ਐਦਾਂ ਸਿਖਾਓ ਅਧਿਆਪਕ ਉਹਦਾ ਸਿਖਾਈ ਜਾਂਦੇ ਆ ਮੈਂ ਆਪਣਾ ਪੰਜਾਬੀ ਦੱਸਾਂ ਤਾਂ ਮੈਂ ਸਿੱਖਣ ਦਾ ਐਦਾਂ ਹੁੰਦਾ ਸੀਗਾ ਕਿ ਇੱਕ ਵਿਆਕਰਣ ਹੁੰਦੇ ਸੀਗੀ ਉਹਦਾ ਟੈਸਟ ਹੁੰਦਾ ਸੀਗਾ ਹਨਾ ਤੇ ਵਿਆਕਰਣ ਨੂੰ ਵੀ ਆਪਾਂ ਐਦਾਂ ਲੈਂਦੇ ਸੀਗੇ ਕਿ ਜਿੱਦਾਂ ਅੱਛਾ ਯਾਰ ਇੱਕ ਸਬਜੈਕਟ ਹੀ ਹੈਗਾ ਵੇ ਐਦਾਂ ਟੈਸਟ ਹੁੰਦਾ ਵੇ ਆ ਜੋ ਲਿਖਿਆ ਐਦਾਂ ਜੋ ਮਤਲਬ ਹੈ ਮੁਹਾਵਰਾ ਦਿੱਤਾ ਤਾਂ ਮੁਹਾਵਰਾ ਕਿੱਦਾਂ ਵਰਤੀਦਾ ਇਹ ਕਿੱਦਾਂ ਹੁੰਦਾ ਆਖਾਂ ਨੁੰਦੀ ਦਾ ਖਾਣ ਦਾ ਕੀ ਹੁੰਦਾ ਵੈ ਐਦਾਂ ਹੁੰਦਾ ਸੀਗਾ ਲੇਕਿਨ ਇਹ ਨਾ ਕਦੀ ਸਾਨੂੰ ਨਾ ਮੈਨੂੰ ਜੋ ਮਹਿਸੂਸ ਹੋਇਆ ਕਿ ਉਹ ਨਾ ਐਜ਼ ਅ ਪਾਸ਼ਾ ਨਹੀਂ ਸਿਖਾਇਆ ਸਾਨੂੰ ਕਿ ਪਾ ਜਾਵੇ ਹਨਾ ਇਹ ਐਦਾਂ ਕਿ ਬਾਈ ਕਿ ਬਸ ਜੋੜ ਦੋ ਕਰ ਦੋ ਹਨਾ ਰੂਲ ਬਣੇ ਹੋਏ ਆ ਰੂਲ ਫੋਲੋ ਕਰ ਲੋ ਆ ਰੱਟਾ ਮਾਰ ਲੋ ਤੁਹਾਨੂੰ ਕੀ ਲੱਗਦਾ ਆਜ ਦੇ ਟਾਈਮ ਚ ਕਿੱਦਾਂ ਪੜਾਈ ਜਾਣੀ ਚਾਹੀਦੀ ਹੈ ਪੰਜਾਬੀ ਖੇੜ ਵਿਧੀ ਰਹੀ ਚੰਗੀ ਹੈ ਬੱਚਿਆਂ ਨੂੰ ਜਦੋਂ ਨਾ ਮੇਰੇ ਹੁਣ ਸਕੂਲ ਦੇ ਵਿੱਚ ਨਾ ਵੱਡੇ ਵੱਡੇ ਫਲੈਕਸ ਲਾਏ ਹੋਏ ਨੇ ਜਿੱਤੇ ਲੁੱਡੋ ਖੇੜਦੇ ਠੀਕ ਹੈ ਜਿਹੜਾ ਸਿਲੇਬਸ ਆ ਉਹਦੇ ਵਿੱਚ ਸਾਰਾ ਹੀ ਆ ਜਾਂਦਾ ਜਿਵੇਂ 6 ਪਾਠਾਂ ਦੀ ਇੱਕ ਲੁੱਡੋ ਬਣਾ ਲਈ ਉਹ ਚ ਪ੍ਰਸ਼ਨ ਆ ਨਾ ਉਹ ਪ੍ਰਸ਼ਨ ਲਿਖਿਆ ਉਹਦਾ ਕਿਤੇ ਉੱਤਰ ਗਲਤ ਲਿਖਤਾ ਹੂੰ ਕਿਤੇ ਸਹੀ ਲਿਖਤਾ ਜਦੋਂ ਲੁੱਡੋ ਨਾਲ ਬੱਚਾ ਖੇਡਦਾ ਖੇਡਦਾ ਸਿਖਾਉਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣੇ ਆਪ ਸਿੱਖ ਗਿਆ ਟ੍ਰੈਫਿਕ ਨਿਯਮਾਂ ਦੇ ਆ ਊੜੇ ਆੜੇ ਦੇ ਆ ਹਨਾ ਸਿਲੇਬਸ ਦੇ ਹੋ ਗਏ ਆ ਇਹ ਚੀਜ਼ਾਂ ਐ ਸਿੱਖੀਆਂ ਜਾਣਗੀਆਂ ਜਾਂ ਕਾਰਡ ਬਣਾਏ ਹੋਏ ਸੀ ਕਾਰਡਾਂ ਦੇ ਖਾਲੀ ਤਾਂ ਛੱਡਤੀ ਗੀਤ ਬਣਾਤਾ ਹੂੰ ਇੱਕ ਕਿਤਾਬ ਮੈਨੂੰ ਮਿਲੀ ਸੀ ਜਿੱਥੋਂ ਮੈਨੂੰ ਜ਼ਿਆਦਾ ਲੱਗਾ ਗਾਓ ਖੇਡੋ ਤੇ ਸਿੱਖੋ ਅੱਛਾ ਜੀ ਉਹ ਬਠਿੰਡੇ ਦੇ ਸੀਗੇ ਬਾਉ ਜੀ ਮੈਂ ਨਾਂ ਭੁੱਲ ਗਿਆ ਉਹਨਾਂ ਦਾ ਉਹਨਾਂ ਨੇ ਲਿਖੀ ਹੋਈ ਸੀ ਉਸ ਕਿਤਾਬ ਦੇ ਵਿੱਚ ਗੀਤਾਂ ਦੇ ਉੱਤੇ ਨਾ ਗੀਤਾਂ ਦੇ ਹਿਸਾਬ ਨਾਲ ਜਾਂ ਛੋਟੀਆਂ-ਛੋਟੀਆਂ ਕਵਤਾਵਾਂ ਨਾਲ ਬੱਚੇ ਨੂੰ ਸਿਖਾਉਣ ਲਈ ਸੀਗਾ ਉਸ ਨੇ ਮੈਨੂੰ ਬੜੀ ਪ੍ਰੇਰਣਾ ਦਿੱਤੀ ਤਾਂ ਹੁਣ ਸਾਡੇ ਬੱਚਿਆਂ ਨੂੰ ਵਿਆਕਰਨ ਰੁੱਖੀ ਨਹੀਂ ਲੱਗਦੀ ਕਿਉਂਕਿ ਉਹਨੂੰ ਸ਼ਬਦਾਂ ਨੂੰ ਐਸਾ ਹਵਣਾ ਮੈਂ ਖੇਡਾਂ ਬਣਾਤੀਆਂ ਉਹ ਵੱਡੇ ਵੱਡੇ ਬੋਰਡ ਲੱਗੇ ਆ ਬੈਠੇ ਜਿਹੜੇ ਵਿਹਲੇ ਆ ਗੀੜੀ ਵੜਕਾਈ ਜਾਣੀ ਆ ਤੇ ਉਹ ਸਿੱਖੀ ਜਾਣਾ ਉਹਨਾਂ ਨੇ ਬਹੁਤਾ ਕਹਿੰਦੀ ਲੋੜ ਹੀ ਨਹੀਂ ਪੈਂਦੀ ਸਾਨੂੰ ਇਹ ਵਿਧੀਆਂ ਅਪਣਾਉਣੀਆਂ ਪੈਣੀਆਂ ਖੇਡਾਂ ਬਹੁਤ ਆਈਆਂ ਲੋਕ ਖੇਡਾਂ ਉਹਦੇ ਵਿੱਚ ਆਪਾਂ ਸਿੱਖ ਸਕਦੇ ਆ ਜਿਹੜੇ ਬੱਚਿਆਂ ਨੂੰ ਖੜਾਈਏ ਗਰੁੱਪ ਬਣਾਦੇ ਆ ਸ਼ਬਦਾਂ ਦੀ ਖੇਡ ਕਰਾਤੀ ਆ ਕਿ ਉਹਦੇ ਜਿਵੇਂ ਕੋਟਲਾ ਸ਼ਬਾਕ ਕਰਦੇ ਕਰਦੇ ਵਿੱਚ ਸ਼ਬਦਾਂ ਦਾ ਪੁੱਛ ਲੈ ਜਿਹੜਾ ਹਰਗੀ ਟੀਮ ਉਹ ਆ ਜਵਾਬ ਦੇਊਗੀ ਇਹ ਤਾਂ ਅਧਿਆਪਕ ਤੇ ਆ ਜੀ ਪਹਿਲਾਂ ਰੱਟੇ ਲਵਾਏ ਜਾਂਦੇ ਸੀ ਨਾ ਇਸ ਕਰਕੇ ਨਾਮ ਪੜਨਾ ਵਿੱਚ ਉਲਝੇ ਰਹਿੰਦੇ ਜੀਬਾ ਹੁਣ ਕੀ ਆ ਹੁਣ ਚੀਜ਼ਾਂ ਮੂਰੇ ਰੱਖ ਦੇਣ ਨੂੰ ਸਮਝਾ ਦਿਓ ਸਮਝ ਜਾਂਦੇ ਆ ਜੀ ਤਾਂ ਖੇਡ ਪਹੇਲੀਆਂ ਰਾਹੀਂ ਸਮਝਿਆ ਜਾਂਦਾ ਤਾਂ ਇਹਦੇ ਲਈ ਮੈਂ ਕਿਤਾਬ ਹੀ ਬਣਾਈ ਸੀ 77 ਖੇਡਾਂ ਤੇ 17 ਤਮਾਸ਼ੇ ਵਿੱਚ ਦੇਸੀ ਖੇਡਾਂ ਸੀ ਉਹਨਾਂ ਖੇਡਾਂ ਦੇ ਅਖੀਰ ਤੇ ਜੇ ਟੀਮ ਜਿੱਤ ਜਾਂਦੀ ਸੀ ਉਹਨਾਂ ਨੂੰ 10 ਮਿੰਟ ਦਾ ਨਾ ਆ ਕਰ ਲੋ ਆ ਕਰ ਲੋ ਉਹਨਾਂ ਨੇ ਸਿੱਖ ਜਾਣਾ ਤਾਂ ਲੋਕ ਖੇਡਾਂ ਸਾਡੀਆਂ ਬੜੀਆਂ ਮਦਦ ਦਿੰਦੀਆਂ ਇਹਨਾਂ ਚੀਜ਼ਾਂ 'ਚ ਅ ਤੁਹਾਡਾ ਮਤਲਬ ਕੀ ਓਪੀਨੀਅਨ ਹੈ ਕਿ ਇੱਕ ਤਾਂ ਹੋ ਗਈ ਸਾਡੀ ਮਾਂ ਬੋਲੀ ਫਿਰ ਉਸ ਤੋਂ ਬਾਅਦ ਆਪਾਂ ਸਿੱਖਦੇ ਆਂ ਹਿੰਦੀ ਸਿੱਖਦੇ ਆਂ ਆਪਾਂ ਇੰਗਲਿਸ਼ ਸਿੱਖਦੇ ਆਂ ਤੁਹਾਨੂੰ ਨਹੀਂ ਲੱਗਦਾ ਕਿ ਮਾਂ ਬੋਲੀ ਨੂੰ ਸਿਖਾਉਣ ਦਾ ਤਰੀਕਾ ਵੀ ਅਲੱਗ ਹੋਣਾ ਚਾਹੀਦਾ ਕਿਉਂਕਿ ਉਹ ਤਾਂ ਬੱਚੇ ਨੇ ਪਹਿਲੇ ਬੋਲਦੇ ਸਾਰ ਬੋਲੀ ਸੀ ਤੇ ਜਿਹੜੀ ਤਾਂ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਨੀ ਹੈ ਉਹਨਾਂ ਨੂੰ ਸਿਖਾਉਣ ਦਾ ਤਰੀਕਾ ਫਿਰ ਵੀ ਠੀਕ ਹੈ ਜਿਹੜਾ ਚੱਲਦਾ ਪਿਆ ਪਰ ਜਿਹੜੀ ਮਾਂ ਬੋਲੀ ਉਹਨੂੰ ਤਾਂ ਤੁਸੀਂ ਖੇਡਾਂ-ਖੇਡਾਂ 'ਚ ਸਿਖਾ ਦਿੰਦੇ ਕੁਝ ਵੇਸਲਾ ਪਣ ਵੀ ਹੈ ਨਾ ਹਾਂ ਜਿਵੇਂ ਆਪਾਂ ਇੱਥੇ ਸਕੂਲ 'ਚ ਸਿਖਾਤੀ ਆ ਘਰ ਜਾ ਕੇ ਨਹੀਂ ਬੋਦੇੰਤ ਧਾਰਨਾ ਹੁੰਦੀ ਹੈ ਪੰਜਾਬੀ ਦਾ ਕੀ ਤਾਂ ਆਈ ਜਾਣੀ ਹੈ ਛੱਡੋ ਪਰੇ ਹੂੰ ਇਹਨੂੰ ਬਸ ਮੈਥ ਸਾਇੰਸ ਪੜ੍ਹ ਲਓ ਇਹ ਤਾਂ ਅੰਗਰੇਜ਼ੀ ਹੈ ਨਾ ਇਹ ਕਰ ਲਓ ਘਰੇ ਵੀ ਆਵਾਜ਼ ਆਉਂਦੀ ਹੁੰਦੀਆਂ ਜੀ ਪੰਜਾਬੀ ਕੋਈ ਨਹੀਂ ਮਾਂ ਪਿਓ ਕਹਿੰਦਾ ਵੀ ਤੂੰ ਪੰਜਾਬੀ ਵੀ ਕਿਤੇ ਪੜ੍ਹ ਕੇ ਦਿਖਾ ਦੇ ਹੂੰ ਮਾਂ ਪਿਓ ਉਹ ਤੋਂ ਜ਼ਿਆਦਾ ਵੇਸਦਾ ਘਾਟ ਮਾਂ ਪਿਓ ਜਾ ਅਸੀਂ ਜਿਹਨੂੰ ਕੰਮ ਦਿੰਨੇ ਆ ਪੰਜਾਬੀ ਅਧਿਆਪਕ ਕੋਈ ਕੰਮ ਦਿੰਦਾ ਕਦੇ ਵੀ ਕਿਸੇ ਮਾਂ ਪਿਓ ਨੇ ਇਹ ਨਹੀਂ ਪੁੱਛਿਆ ਤੈਨੂੰ ਪੰਜਾਬੀ ਦਾ ਕੀ ਕੰਮ ਮਿਲਿਆ ਮੈਥ ਸਾਇੰਸ ਤੇ ਖੜ ਜਾਂਦੇ ਵੀ ਜਿਵੇਂ ਸਾਰੇ ਹੀ ਵਿਗਿਆਨੀ ਬਣਾਉਣੇ ਆ ਉਥੇ ਹੀ ਸੂਈ ਅਟਕੀ ਹੋਈ ਹੈ ਨਾ ਜੀ ਆਪੇ ਪੰਜਾਬੀ ਚੱਕੀ ਜਾਊਗੀ ਜੇ ਘਰੇ ਵੀ ਪੁੱਛਣਾ ਅਸੀਂ ਪੁੱਛੀ ਆ ਕੇ ਹਾਂ ਭਾਈ ਕੀਤਾ ਉਹ ਤਾਂ ਕਿਤਾਬ ਕਾਪੀ ਨਹੀਂ ਲੈ ਕੇ ਆਉਂਦੇ ਪਿੰਡਾਂ ਦੇ ਬੱਚੇ ਰਹਿ ਜਿਹਾ ਜੇ ਜਦੋਂ ਪੁੱਛੀ ਕਾਪੀ ਘਰੇ ਰਹੇਗੀ ਮੈਂ ਪੰਜਾਬੀ ਦੀ ਕਾਪੀ ਘਰੇ ਰਹਿਣੀ ਗੱਲੀ ਕਿਉਂਕਿ ਘਰ ਦੇ ਲੈ ਕੇ ਨਹੀਂ ਦਿੰਦੇ ਕਾਪੀ ਇਹਨਾਂ ਛੱਡ ਪੰਜਾਬੀ ਨੂੰ ਕੀ ਲਾਉਣੀ ਵਾਲੀ ਗੱਲ ਜਦੋਂ ਇਸ ਗੱਲ ਤੋਂ ਜਾਗਰਿਤ ਹੋ ਜਾਣਗੇ ਨਾ ਲੋਕ ਤੇ ਆਪਣੇ ਆਪ ਆਪਣੇ 바ਗੇ ਬਦੂਗੀ ਤੁਹਾਨੂੰ ਕੀ ਲੱਗ ਰਿਹਾ ਕਿ ਹੋਰ ਕਿ ਉਹ ਕਿਹੜੇ ਲੋਕ ਨੇ ਜ ਜਿਨ੍ਹਾਂ ਦਾ ਐਸਟਮ ਅੱਜ ਦੇ ਦੇਖੋ ਪੁਰਾਣੇ ਲੋਕ ਤਾਂ ਜਿਹੜੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਲਿਖ ਕੇ ਚਲੇ ਗਏ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਕਿ ਆਉਣ ਵਾਲੇ ਟਾਈਮ 'ਚ ਐ ਟਾਈਮ ਵੀ ਆਏਗਾ ਜਿੱਥੇ ਮਤਲਬ ਲੋਕਾਂ ਨੂੰ ਆਪਣੇ ਸ਼ਬਦ ਹੀ ਨਹੀਂ ਪਤਾ ਹੋਣਗੇ ਜਿਹੜੇ ਸ਼ਬਦਾਂ ਨੂੰ ਉਹ ਵਰਤ ਗਏ ਆਪਣੀ ਰਚਨਾਵਾਂ ਦੇ ਵਿੱਚ ਅੱਜ ਦਾ ਬੰਦਾ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਕਿ ਕੀ ਮਤਲਬ ਕੀ ਹੈ ਉਹ ਰਚਨਾ ਨੂੰ ਸਮਝਣਾ ਤਾਂ ਦੂਰ ਦੀ ਗੱਲ ਹੈ ਤੁਸੀਂ ਸਮਝ ਰਹੇ ਹੋ ਕਿ ਆਪਾਂ ਸ਼ਬਦ ਨਹੀਂ ਸਮਝ ਪਾ ਰਹੇ ਕਿ ਆਪਣੀ ਭਾਸ਼ਾ ਦੇ ਸ਼ਬਦ ਨਹੀਂ ਪੜ ਪਾ ਰਹੇ ਆ ਉਹਦਾ ਜਿਹੜਾ ਗਹਿਰਾ ਮਤਲਬ ਸੀਗਾ ਉਹ ਤਾਂ ਦੂਰ ਦੀ ਗੱਲ ਹੈ ਕਿ ਜਿਹੜਾ ਗਹਿਰਾਈ ਦੇ ਵਿੱਚ ਜਿਹੜਾ ਮਤਲਬ ਸੀਗਾ ਉਹ ਕਿੱਦਾਂ ਸਮਝਾਂਗੇ ਆਪਾਂ ਹੁਣ ਜਿਹੜਾ ਸੋਸ਼ਲ ਮੀਡੀਆ ਨਾ ਇਹਦੇ ਤੇ ਕੀ ਹੈ ਹਰ ਬੰਦਾ ਕਵੀ ਬਣ ਗਿਆ ਉਹ ਜੋ ਆਉਂਦਾ ਉਹ ਲਿਖ ਜਾਂਦੇ ਆ ਕਵਿਤਾ ਦੀ ਗਹਿਰਾਈ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਸਧਾਰਨ ਕਵਿਤਾ ਨਹੀਂ ਲਿਖਦੇ ਉਹ ਫਿਰ ਸ਼ਬਦਾਂ ਦਾ ਜੋੜ ਤੋੜ ਕਰਕੇ ਨਾ ਫਿੱਟ ਕਰਦੇ ਆ ਸ਼ਬਦਾਂ ਨੂੰ ਜੀ ਤੇ ਫਿਰ ਕਿਸੇ ਦਾ ਜਿਹੜਾ ਉਹ ਦਿਲਚਸਪੀ ਨਹੀਂ ਆਉਣੀ ਇੱਥੇ ਸਾਹਿਤ ਪੜਨ ਚ ਕਿਤਾਬਾਂ ਨਾਲ ਕਾਹਦਾ ਜੁੜਨਗੇ ਪਹਿਲਾਂ ਕਵਤਾਵਾਂ ਕਿੰਨੀਆਂ ਸੋਹਣੀਆਂ ਪੰਜਾਬੀ ਦੀਆਂ ਹੁੰਦੀਆਂ ਸੀਗੀਆਂ ਉਹ ਬੱਚਿਆਂ ਦੇ ਮੂੰਹ ਤੇ ਜੜੀਆਂ ਹੁੰਦੀਆਂ ਸੁਰੇ ਫਿਰਦੇ ਖੇਡਦੇ ਵੀ ਗਾਈ ਜਾਂਦੇ ਸੀ ਹੁਣ ਕਿਸੇ ਨੂੰ ਪਤਾ ਹੀ ਨਹੀਂ ਕਵਤਾ ਕੀ ਆ ਉਹ ਕਿੱਥੋਂ ਜੁੜਨੇ ਸ਼ਬਦ ਨਾਲ ਇਹ ਜਿਹੇ ਚੀਜ਼ਾਂ ਦੀ ਲੋੜ ਆ ਮੁਹਾਵਰੇ ਹਰ ਪਾਠਾਂ ਚ ਹੁੰਦੇ ਸੀ ਹਰ ਪਾਠ ਦੇ ਮਗਰ ਮੁਹਾਵਰੇ ਹਮ ਇਹ ਜਿਹੜੇ ਨਾ ਇਹ ਬੋਲ ਚੱਲ ਦੀ ਬੋਲੀ ਸੀ ਵਾਪੇ ਉਹ ਵੀ ਬੋਲਦਾ ਸੀ ਹੁਣ ਕੀ ਆ ਦਾਦੇ ਦਾਦੀਆਂ ਜਿਹੜੇ ਕੋਈ ਜਿ ਉਹ ਬੋਲਦੇ ਆ ਮਾਪਿਆਂ ਵੀ ਛੱਡ ਗਿਆ ਮੁਹਾਵਰੇਆਂ ਨੂੰ ਜੀ ਜਦੋਂ ਬੱਚੇ ਨੂੰ ਕੋਈ ਵਧੀਆ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ ਨੇੜਤਾ ਹੁੰਦੀ ਮੁਹਾਵਰੇਆਂ ਨਾਲ ਜੀ ਸਮਝਦਾ ਪੁੱਛਦਾ ਜੀ ਜਦੋਂ ਅਸੀਂ ਬੋਲਣੇ ਨਹੀਂ ਉਹਨੇ ਪੁੱਛਣਾ ਕੀ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਆਪਣਾ ਦੱਸਦਾ ਤੇ ਮੇਰੇ ਕਿਉਂਕਿ ਮੇਰੇ ਪਿਤਾ ਹੀ ਬੜੇ ਮਜ਼ਾਕੀਆ ਨੇ ਤੇ ਉਹਨਾਂ ਕੋਲ ਨਾ ਮੰਨ ਕੇ ਚੱਲੋ ਕਿ ਕਿਸੇ ਨਾ ਕਿਸੇ ਪਰਿਸਥਿਤੀ ਲਈ ਨਾ ਕੋਈ ਨਾ ਕੋਈ ਮੁਹਾਵਰਾ ਹੁੰਦਾ ਹੀ ਹੁੰਦਾ ਉਹ ਜਾਤ ਮੁਹਾਵਰੇ ਪੰਜਾਬੀ ਚ ਜਿਹੜੇ ਅਗਰ ਬੋਲੀਏ ਉਹ ਥੋੜੇ ਹੋਣ ਦੇ ਵੀ ਇਹੋ ਜਿਹੇ ਨੇ ਹਨਾ ਕਿ ਟੰਗ ਖਿਚਣ ਲਈ ਹੁੰਦੇ ਨੇ ਤੇ ਉਹਨਾਂ ਕੋਲ ਨਾ ਹਰ ਜਵਾਰ ਕੁਝ ਨਾ ਕੁਝ ਗੱਲ ਇਹੋ ਜੀ ਕਹਿਣ ਨੂੰ ਹੁੰਦੀ ਹੈ ਕਿ ਜਿਹਦਾ ਨਾ ਮਤਲਬ ਪੁੱਛਣਾ ਪੈਂਦਾ ਕਿ ਕਹਿਣਾ ਕੀ ਜਾਂਦੇ ਹੋ ਫਿਰ ਉਹ ਦੱਸਦੇ ਆ ਮਤਲਬ ਹੈ ਫਿਰ ਉਹਦਾ ਅੱਛਾ ਹਾਂ ਹਾਂ ਤੇ ਉਹਦੇ ਨਾਲ ਦੋ ਵਾਰੀ ਗੱਲ ਹੋ ਗਈ ਨਾ ਇੱਕ ਗੱਲ ਆਪਾਂ ਕਨ ਕੜਤੀ ਸੀ ਆਪਾਂ ਫਿਰ ਪੁੱਛਿਆ ਉਹ ਆਪਣੇ ਜੇਹੰ ਚ ਬਹਿ ਗਈ ਪੱਕੀ ਤਾਂ ਹੋ ਗਈ ਨਾ ਗੱਲ ਉਹ ਚ ਸਿਆਣਪਾਂ ਵੀ ਆ ਨਾ ਉਹ ਰੋਕੇ ਟੋਕਦੇ ਸੀਗੇ ਇਹਨਾਂ ਗੱਲਾਂ ਰਾਈ ਕਹਾਣੀ ਬਣਾ ਕੇ ਟੋਕ ਦਿੰਦੇ ਪੁਰਾਣੇ ਬਜ਼ੁਰਗ ਬਹੁਤ ਸ਼ੈਨ ਚੀਲ ਹੁੰਦੇ ਜੀ ਛੇ ਦੀ ਕਿਤੇ ਕਿਸ ਨੂੰ ਸਿੱਧਾ ਘਵਾੜਿਆਂ ਉਂ ਟੱਕਣੀ ਮਾਰੀ ਹੁਣ ਆਲ ਤਾਂ ਰੁੱਖੇ ਲੋਕ ਨੇ ਨਾ ਉਹ ਸਿੱਧਾ ਹੀ ਕਹਿ ਦਿੰਦੇ ਆ ਉਹਨਾਂ ਨੇ ਮੁਹਾਵਰੇ ਤਾਂ ਹੀ ਬਣੇ ਸੀ ਕਿ ਗੱਲ ਵੀ ਸਮਝਾ ਦੇਣੀ ਆ ਤੇ ਅਗਲੇ ਨੂੰ ਦੁੱਖ ਵੀ ਨਾ ਲੱਗੇ ਤੇ ਸਮਝ ਵੀ ਜਾਵੇ ਗੱਲ ਨੂੰ ਹਮ ਮੈਂ ਮੁਹਾਵਰੇ ਇਕੱਠੇ ਕਰਾਂ ਤਾਂ ਮੇਰੇ ਕੋਲੇ 650 ਹੋ ਚੁੱਕਾ 650 ਟਾਈਪ ਹੋ ਚੁੱਕਾ ਜਿਹੜੇ ਪੰਜਾਬੀ ਦੇ ਮੁਹਾਵਰੇ ਆ ਤੇ ਜਦੋਂ ਉਹ ਪੂਰਾ ਹੋ ਗਿਆ بس ਹੁਣ ਸੋਲ ਸਿਧਾਈ ਤੇ ਮੇਰਾ ਸੋਹ ਪੰਨਾ ਹੋਰ ਜੁੜ ਜੂਗਾ ਤੇ ਫੇਰ ਆਪਾਂ ਜੰਤ ਕਰਦੇ ਨੇ ਸਾਰਿਆਂ ਨੂੰ ਫੇਰ ਵੀ ਆ ਚੱਕੋ ਭਾਈ 700 ਪੰਨੇ ਅਗਰ ਹੋ ਗਏ ਤਾਂ ਇੱਕ ਪੰਨੇ ਚ ਕਿੰਨੇ ਹੈਗੇ ਨੇ ਜੇ ਉਹਦੇ ਤੇ ਆਪਾਂ 50 ਵੀ ਗਿਣੀ ਹੈ ਨਾ ਬੜੇ ਹੋ ਜਾਣੇ ਆ ਬੜੇ ਮੁਹਾਵਰੇ ਪਏ ਆ ਮਤਲਬ 2000 ਤੋਂ ਉੱਪਰ ਦੇ 2000 3000 3000 ਤੋਂ ਉੱਪਰ ਤਾਂ ਮੁਹਾਵਰਾ ਹੈ ਤੇ ਖਾਣ ਤਾਂ ਪਤਾ ਹੀ ਨਹੀਂ ਕਿੰਨੇ ਪਏ ਹੋਣੇ ਆ ਖਾਣ ਮੈਂ ਇਦੋਂ ਬਾਅਦ ਖਾਣਾ ਤੇ ਲੱਗੂਗਾ ਮੇਰੇ ਇਕੱਠੇ ਕਿਤੇ ਪਏ ਨੇ ਅਖਾਣ ਵੀ ਕਿੰਨੇ ਹੋ ਜਾਣਗੇ ਉਹ ਵੀ ਹੋ ਜਾਣੇ ਇਦੋਂ ਜ਼ਿਆਦੇ ਹੋ ਜਾਣੇ ਦੇਖੋ ਸਾਡੇ ਕਿੰਨੀ ਸਾਡੇ ਬਜ਼ੁਰਗਾਂ ਕੋਲੇ ਇਹ ਚੀਜ਼ ਸੀਗੀ ਜਿਹੜੀ ਅਸੀਂ ਗੁਆ ਲਈ ਆ ਇਹ ਸਰਮਾਇਆ ਗਿਆ ਇਕੱਠਾ ਕਰ ਲਿਆ ਕਰ ਲਿਆ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਨੇ ਨਹੀਂ ਕਰਨਾ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਿਛਲੇ ਜੋਗ ਜਾ ਰਹੇ ਆ ਨਹੀਂ ਕਿੱਥੇ ਜਾ ਅਸੀਂ ਤਾਂ ਅੱਗੋਂ ਵੱਧ ਰਹੇ ਆ ਸਾਡੀ ਸੋਚ ਵਧੂਗੀ ਅਗਾਹ ਵਧੂ ਤਾਂ ਹੋਵਾਂਗੇ ਨਾਲ ਸਾ ਅਸੀਂ ਕਿਸੇ ਨੂੰ ਗਲਤ ਸਮਝਾ ਸਕਦੇ ਆ ਨਾ ਕਿੰਨੇ ਵਧੀਆ ਤਰੀਕੇ ਨਾਲ ਹੂੰ ਹੁਣ ਦੇ ਪੁਰਾਣੇ ਅਧਿਕਾਰਾਂ ਦਾ ਸਤਕਾਰ ਸੀ ਬਾਹਰਲੇ ਮੁਲਕਾਂ 'ਚ ਕੀ ਆ ਹੁਣ ਦੇ ਆਪਕ ਨੂੰ ਨਾਂ ਲੈ ਕੇ ਬੁਲਾਉਂਦੇ ਨੇ ਉੱਥੇ ਨੂੰ ਸਟੂਡੈਂਟ ਜੀ ਮਿਸਟਰ ਵਾਲਾ ਮਿਸਟਰ ਆਏ ਕਹਿੰਦੇ ਆ ਤੇ ਸਾਡੇ ਹੁਣ ਜਿਹੜੇ ਵਿਦਿਆਰਥੀ ਨੇ ਉਹ ਕੋਸ਼ਿਸ਼ ਕਰਦੇ ਵੀ ਆ ਹੱਥ ਮਿਲਾਈਏ ਹਮ ਅਸੀਂ ਪਛਾਣੂ ਜਾ ਰਹੇ ਹਾਂ ਇਸ ਪਾਸਿਓਂ ਤਾਂ ਹਮ ਸਹੀ ਗੱਲ ਹੈ ਇਹ ਜੀ ਨੈਤਿਕਤਾ ਨਕੀ ਤਾਂ ਸਿਖਾਉਣ ਦੀ ਲੋੜ ਆ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਅਗਰ ਪੂਰੇ ਪੂਰੇ ਏਸ਼ੀਆ ਦੀ ਗੱਲ ਕਰੀਏ ਹੈਨਾ ਸਿਰਫ ਭਾਰਤ ਦੀ ਨਹੀਂ ਪੂਰੇ ਏਸ਼ੀਆ ਦੀ ਗੱਲ ਕਰੀਏ ਹੈਨਾ ਸਾਡੇ ਇੱਕ ਕਾਮਨ ਕਲਚਰ ਹਮੇਸ਼ਾ ਤੋਂ ਰਿਹਾ ਕਿ ਅਸੀਂ ਗਿਆਨ ਦੇ ਅੱਗੇ ਝੁਕਦੇ ਆ ਹਮੇਸ਼ਾ ਗਿਆਨ ਨੂੰ ਆਪਾਂ ਝੁੱਕ ਕੇ ਸਵੀਕਾਰ ਕਰੀਦਾ ਹੈ ਆਪਾਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁੱਕਦੇ ਆ ਉਹ ਐਸੇ ਲਈ ਝੁੱਕਦੇ ਆ ਕਿ ਜੋ ਗਿਆਨ ਉਹ ਹੈ ਉਹ ਸਾਨੂੰ ਆਸ਼ੀਰਵਾਦ ਦੇਵੇ ਅਸੀਂ ਉਹਨੂੰ ਦੇਵੀ ਦੇਵਤਿਆਂ ਦਾ درجہ ਦਿੱਤਾ ਹੋਇਆ ਜੀ ਅਸੀਂ ਵੱਡਿਆਂ ਦੇ ਅੱਗੇ ਕਿਉਂ ਝੁੱਕਦੇ ਆ ਕਿਉਂਕਿ ਸਾਨੂੰ ਇਹ ਕਿ ਹਾਂ ਇਹਨਾਂ ਤੋਂ ਆਸ਼ੀਰਵਾਦ ਮਿਲੇ ਤੇ ਇਹਨਾਂ ਤੋਂ ਆਪਾਂ ਸਿੱਖ ਸਕੀਏ ਜੇ ਅਗਰ ਮੈਂ ਤੁਹਾਡੇ ਤੋਂ ਝੁੱਕ ਕੇ ਨਹੀਂ ਮਿਲੂੰਗਾ ਤੇ ਮੈਂ ਤੇ ਮੈਨੂੰ ਕਿੱਦਾਂ ਗਿਆਨ ਪ੍ਰਾਪਤ ਹੋਏਗਾ ਤੁਹਾਡੇ ਤੋਂ ਉਹੀ ਨਹੀਂ ਸੌਦਾ ਕਿਉਂਕਿ ਮੈਂ ਤਾਂ ਫਿਰ ਅਕੜ ਚਾ ਨਾ ਇਸ ਚੀਜ਼ ਦੀ ਕਿ ਭਾਈ ਠੀਕ ਹੈ ਆਪਣੀ ਜਗ੍ਹਾ ਹੋਣਗੇ ਮੈਂ ਉਹ ਚ ਹੀ ਮਸ਼ੀਨ ਮਸ਼ੀਨੀ ਹੋ ਗਈ ਹੈ ਨਾ ਹੁਣ ਕਮਰਸ਼ੀਅਲ ਹੋ ਗਏ ਨੇ ਲੋਕ ਨਹੀਂ ਤਾਂ ਇਹ ਭਾਵਨਾ ਜਿਹੜੀ ਹੈ ਕਿ ਹਾਂ ਭਾਈ ਬਹਿ ਜਾ ਥੱਲੇ ਇਸੇ ਕਰਕੇ ਪੀੜੀ ਗੈਪ ਵੱਧ ਗਿਆ ਮੂਹ ਮੁਹੱਬਤ ਖਤਮ ਹੋ ਗਈ ਹੈ ਹੁਣ ਕਿੰਨੇ ਕੁ ਬੱਚੇ ਆੜਿਆ ਉਹਦੇ ਦਾਦੇ ਦੀ ਗੋਚੇ ਆ ਕੇ ਬਹਿੰਦੇ ਆ ਉਹ ਤਾਂ ਫੋਨ ਫੜ ਕੇ ਬਹਿ ਜਾਂਦੇ ਆ ਖੇਡੀ ਜਾਂਦੇ ਆ ਦਾਦੇ ਕਹਿੰਦਾ ਜੀ ਕਰਦਾ ਉਹ ਤਰਸਦੇ ਆ ਵੀ ਸਾਡੇ ਨਾਲ ਕੋਈ ਗੱਲਾਂ ਕਰੇ ਕਿਉਂ ਉਸ ਉਮਰ ਚ ਵੀ ਗੱਲਾਂ ਕਰਨ ਦੀ ਗੱਲਾਂ ਸੁਣਨ ਦੀ ਜੀ ਉਹਨਾਂ ਨੂੰ ਕੋਈ ਚਾਹੀਦਾ ਹੁੰਦਾ ਪਰਾ ਹੁਣ ਫੋਨ ਨੇ ਖਾ ਲਈ ਨਾ ਇਹ ਪੀੜੀ ਜਿਉ ਕਿਤਾਬਾਂ ਦੇ ਜੋੜਨਗੇ ਫੋਨ ਤੋਂ ਪਿੱਛੇ ਹੋਣਗੇ ਕੋਈ ਕਹਾਣੀਆਂ ਸੁਣਨਗੇ ਫਿਰ ਉਹ ਜੀ ਕਰੂ ਸਾਨੂੰ ਕੋਈ ਬਾਤ ਕਹਾਣੀ ਸਾਡਾ ਵੱਡਾ ਸੁਣਾਵੇ ਤੇ ਆਪੇ ਨੇੜੇ ਆਉਣਗੇ ਕੋਈ ਨਹੀਂ ਪੈਂਦਾ ਉਹਨਾਂ ਕੋਲੇ ਇਸ ਕਰਕੇ ਉਹ ਵੀ ਟੁੱਟ ਰਹੇ ਆ ਤੇ ਪੀੜੀ ਗੈਪ ਨਾਲ ਪਰਿਵਾਰ ਵੀ ਟੁੱਟੇ ਜਾਂਦੇ ਆ ਸਮਾਜਿਕ ਰਿਸ਼ਤਿਆਂ ਦਾ ਇਹ ਆ ਫਿੱਕ ਪੈਣ ਦਾ ਕਾਰਨ ਵੱਡਾ ਸਾਡਾ ਫੋਨਾਂ ਦਾ ਤੇ ਜਾਂ ਅਸੀਂ ਕਿਤਾਬਾਂ ਨਾਲੋਂ ਸ਼ਬਦ ਨਾਲੋਂ ਰੋਟੇ ਹੋਏ ਕਰਕੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਸ਼ਬਦ ਨਾਲ ਜੁੜੀਏ ਆਪਣੇ ਪਰਿਵਾਰ ਨਾਲ ਜੁੜੀਏ ਤੇ ਅਸੀਂ ਇਸ ਸਮਾਜ ਨੂੰ ਤਾਂ ਹੀ ਬਚਾ ਸਕਾਂਗੇ ਨਹੀਂ ਸਰ ਬਹੁਤ ਜ਼ਿਆਦਾ ਮਤਲਬ ਮੈਨੂੰ ਤਾਂ ਆਪ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਕਿ ਕੀ ਕਿ ਜਿੰਨੀ ਮਰਜ਼ੀ ਗੱਲ ਕਰ ਲੋ ਇਹ ਦਿੱਕਤ ਤਾਂ ਹੈ ਮਤਲਬ ਐਨੀ ਵੱਡੀ ਦਿੱਕਤ ਹੈ ਹੋਰ ਜਿਦਾ ਤੁਹਾਨੂੰ ਤਾਂ ਬਹੁਤ ਜਲਦੀ ਮਹਿਸੂਸ ਹੋ ਗਿਆ ਹੈ ਕਿ ਯਾਰ ਆ ਤਾਂ ਗਲਤ ਹੋ ਹੀ ਰਿਹਾ ਹੈ ਹਨਾ ਤੁਹਾਡੇ ਪੜਾਉਣ ਦੇ ਟਾਈਮ ਤੇ ਤੁਹਾਨੂੰ ਮਹਿਸੂਸ ਹੋ ਗਿਆ ਹੋਣਾ ਕਿ ਆ ਤਾਂ ਕਾਕਾ ਜਿੱਤੇ ਕੰਮ ਕਰਨਾ ਪੈਣਾ ਸਾਨੂੰ ਹਨਾ ਮੈਨੂੰ ਲੱਗ ਰਿਹਾ ਕਿ ਇਹ ਤੁਹਾਨੂੰ ਕੀ ਲੱਗ ਰਿਹਾ ਇਹ ਇਹ ਜਿਹੜਾ ਸਾਰਿਆਂ ਦੇ ਵਿੱਚ ਜਿਹੜੀ ਇਹ ਗੱਲ ਹੈ ਇਹ ਸਾਰਿਆਂ ਦੇ ਮਨ ਚ ਕਦੋਂ ਆਏਗੀ ਜ ਜਦੋਂ ਤੁਸੀਂ ਕਿਹਾ ਕਿ ਪੇਰੈਂਟ ਸਮਝਣ ਹਨਾ ਘਰ ਦੇ ਸਮਝਣ ਕਿ ਭਈ ਉਹਨਾਂ ਦੇ ਬੱਚੇ ਨੂੰ ਸਹੀ ਪਰਵਰਿਸ਼ ਮਿਲੇ ਮਤਲਬ ਲਗਾਤਾਰ ਪ੍ਰਚਾਰ ਦੀ ਲੋੜ ਹੈ ਨਾ ਜਿਵੇਂ ਹੁਣ ਅਧਿਆਪਕਾਂ ਨੇ ਤੇ ਚਲੋ ਸੈਮੀਨਾਰ ਲਾਈਦੇ ਆ ਉਹਨਾਂ ਨੂੰ ਕਈ ਦਾ ਕਿਤਾਬਾਂ ਪੜੋ ਬੱਚਿਆਂ ਨੂੰ ਕਹਾਣੀਆਂ ਸੁਣਾਓ ਤੁਸੀਂ ਕਹਾਣੀਆਂ ਸੁਣਾਓਗੇ ਬੱਚੇ ਤੁਹਾਡੇ ਨਾਲ ਨਾਲ ਜੁੜਨਗੇ ਤਾਂ ਹੁਣ ਮਾਪਿਆਂ ਨੂੰ ਵੀ ਦੱਸਣਾ ਪੈਣਾ ਤਾਂ ਅਸੀਂ ਸਾਡੇ ਵਾਲਿਆ ਚੈਨਲ ਆ ਟੀਵੀ ਚੈਨਲ ਆ ਇਨਾਂ ਤੇ ਕੋਈ ਇਹੋ ਜੀਆਂ ਗੱਲਾਂ ਹੋਣੀਆਂ ਚਾਹੀਦੀਆਂ ਗੱਲਬਾਤ ਦੇ ਵਿਸ਼ੇ ਹੋਰ ਹੀ ਆ ਇੱਕ ਛੋਟਾ ਜਿਹਾ ਵਿਸ਼ਾ ਲੈ ਕੇ ਉਹ ਚੋਂ ਚਰਚਾ ਜਿਉਂ ਚੱਲਦੀ ਆ ਆਖਰ ਲੋਕ ਉਹਨਾਂ ਦਾ ਮਨੋਰੰਜਨ ਵੰਦੇ ਆ ਜੀ ਉਹ ਤਾਂ ਕੁਝ ਸਿੱਖਦੇ ਨਹੀਂ ਉਹ ਇਹਦੇ ਵੀ ਕਿਵੇਂ ਲੜ ਰਹੇ ਆ ਸੋ ਚੁੰਝਾਂ ਲੜਾ ਰਹੇ ਆ ਤੇ ਗੱਲ ਕੁਝ ਵੀ ਨਹੀਂ ਗਈ ਤੇ ਜਿਉਂ ਹੀ ਤਾਂ ਇਹੋ ਜੀ ਵਿਚਾਰ ਚਰਚਾ ਸ਼ੁਰੂ ਹੋ ਜੇ ਜਿਵੇਂ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ ਜੀ ਆਪਾਂ ਇਹਦੇ ਤੇ ਹੀ ਅੱਜ ਦਾ ਦਿਨ ਤੱਕ ਘੱਟੋ ਘੱਟ ਇਹ ਹਰ ਚੈਨਲ ਤੇ ਸਾਰਥਕ ਚਰਚਾ ਹੁੰਦੀ ਕਿੰਨਾ ਚੰਗਾ ਸੀ ਅੱਜ ਤੋਂ ਸ਼ੁਰੂ ਕਰ ਲੈਣ ਪਰ ਗੱਲ ਉੱਥੇ ਵੀ ਉਹਨਾਂ ਵਾਂਗ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ ਇਹ ਸਾਰੇ ਸੰਸਾਰ ਚ ਮਨਾਇਆ ਜਾਂਦਾ ਠੀਕ ਹੈ ਤੇ ਇਸ ਦਿਨ ਤੇ ਸਾਰੇ ਮਾਂ ਬੋਲੀ ਨੂੰ ਪਿਆਰ ਕਰਨ ਆਪਾਂ ਆਪਣੇ ਸਾਰੇ ਦੁਨੀਆ ਚ ਸਮਾਗਮ ਹੁੰਦੇ ਆ ਇਸ ਤਰ੍ਹਾਂ ਹੋਇਆ ਸੀ ਕਿ ਜਦੋਂ ਪਾਕਿਸਤਾਨ ਬਣਿਆ ਤਾਂ ਪੂਰਬੀ ਪਾਕਿਸਤਾਨ ਨੂੰ ਬੰਗਲਾਦੇਸ਼ ਨੂੰ ਕਹਿੰਦੇ ਨੇ ਉਹ ਬਣ ਗਿਆ ਸੀ ਉੱਥੇ ਵੀ ਇਧਰ ਲਿਆਣੇ ਪੱਛਮੀ ਪਾਕਿਸਤਾਨ ਦਾ ਕਬਜ਼ਾ ਸੀਗਾ ਤਾਂ ਉਹਨਾਂ ਨੇ ਉੱਥੇ ਦੀ ਮਾਤ ਭਾਸ਼ਾ ਉਰਦੂ ਸ਼ਾਹਮੁਖੀ ਜੀ ਕਹਿੰਦੇ ਵੀ ਤੁਹਾਡੀ ਇਹ ਹੋਏਗੀ ਤੋਂ ਇਹਦੇ ਚ ਪੜਨਾ ਪਏਗਾ ਤਾਂ ਉਹ ਕਹਿੰਦੇ ਵੀ ਅਸੀਂ ਬੰਗਾਲੀ ਆਂ ਬੰਗਲਾਦੇਸ਼ੀ ਤਾਂ ਅਸੀਂ ਬੰਗਾਲੀ ਜੀ ਗਰਾ ਤਾਂ ਉਹਨਾਂ ਨੇ ਮਜ਼ਾਰੇ ਕੀਤੇ ਤਾਂ ਅੱਜ ਦੇ ਦਿਨ ਕੀ ਹੋਇਆ ਅਖੀਰ 6 ਵਿਦਿਆਰਥੀ ਯੂਨੀਵਰਸਿਟੀਆਂ ਚੋਂ ਨਿਕਲ ਕੇ ਵਿਦਿਆਰਥੀ ਬਾਹਰ ਆ ਗਏ ਸੜਕਾਂ ਤੇ ਚੌਕਾਂ ਤੇ ਵੀ ਅਸੀਂ ਨਹੀਂ ਉਰਦੂ ਪੜਨਾ ਅਸੀਂ ਬੰਗਲਾ ਪੜਾਂਗੇ ਤਾਂ ਗੋਲੀ ਚੱਲੀ 6 ਵਿਦਿਆਰਥੀ ਸ਼ਹੀਦ ਹੋਏ ਉਹਨਾਂ ਦੀ ਯਾਦ ਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ ਮਨਾਇਆ ਜਾਂਦਾ ਜੀ ਤੇ ਅੱਜ ਦੇ ਦਿਨ ਇਹਤ ਲੈਣਾ ਚਾਹੀਦਾ ਕਿ ਅਸੀਂ ਆਪਦੀ ਮਾਂ ਬੋਲੀ ਲਈ ਕੁਝ ਕਰੀਏ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਮਾਂ ਬੋਲੀ ਚ ਇੰਨੀ ਤਾਕਤ ਹੈ ਕਿ ਮਤਲਬ ਅ ਦੇਸ਼ ਦੇ ਦੇਸ਼ ਵੰਡੇ ਜਾਂਦੇ ਨੇ ਖਾਲੀ ਬੋਲੀ ਦੇ ਦਮ ਤੇ ਪਰ ਤੁਹਾਡਾ ਕੀ ਕਹਿਣਾ ਹੈ ਮਤਲਬ ਆਪਾਂ ਅਗਰ ਇਹ ਗੱਲ ਕਰੀਏ ਹਨਾ ਕਿ ਬਹੁਤ ਲੋਕ ਇਹ ਗੱਲਾਂ ਕਰਦੇ ਨੇ ਕਿ ਭਾਈ ਜਿੱਦਾਂ ਆਪਾਂ ਦੇਖ ਲੈਂਦੇ ਆ ਯੂਰਪ ਦੇ ਵਿੱਚ ਆ ਕਿ ਬੋਲੀ ਦੇ ਹਿਸਾਬ ਨਾਲ ਦੇਸ਼ ਬਣ ਜਾਂਦਾ ਤੁਹਾਡਾ ਕੀ ਵਿਚਾਰ ਹੈ ਕਿ ਇੱਕ ਜਿੱਦਾਂ ਅਖੰਡ ਭਾਰਤ ਵਾਲਾ ਕਿ ਭਾਈ ਕਿ ਜਿੱਥੇ ਜਿੰਨੀਆਂ ਵੀ ਭਾਸ਼ਾਵਾਂ ਨੇ ਕੋਈ ਚੱਕਰ ਨਹੀਂ ਸਾਰੇ ਮਿਲ ਕੇ ਆਪਾਂ ਮਿਲ ਕੇ ਕਰ ਲਾਂਗੇ। ਯਾ ਕਿ ਨਹੀਂ ਬਈ ਬੋਲੀ ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਕਿ ਜੇ ਪੰਜਾਬੀ ਤਾਂ ਪੰਜਾਬੀਆਂ ਦਾ ਹੋਣਾ ਚਾਹੀਦਾ ਜਿੱਦਾਂ ਹਰ ਸਟੇਟ ਅੱਲੇ ਹੀ ਅੱਜ ਕੱਲ ਇਦਾਂ ਦੀ ਗੱਲਾਂ ਕਰ ਦਿੰਦੇ ਹੋ ਤੁਹਾਡਾ ਕੀ ਕਹਿਣਾ ਇਹ ਗਲਤ ਮੇਰੇ ਖਿਆਲ ਚ ਦੇਖੋ ਇੱਕ ਬੋਲੀ ਹੋਊਗੀ ਤਾਂ ਉਹਦਾ ਵਿਕਾਸ ਨਹੀਂ ਹੋਣਾ ਵਿਕਾਸ ਦੂਜੀਆਂ ਭਾਸ਼ਾਵਾਂ ਨਾਲ ਮੁਕਾਬਲੇ ਨਾਲ ਉਹਨਾਂ ਦੇ ਸ਼ਬਦਾਂ ਦੇ ਆਦਾਨ-ਪ੍ਰਦਾਨ ਨਾ ਹੁੰਦਾ ਇੱਕ ਚੀਜ਼ ਤੇ ਤੁਸੀਂ ਦੇਖੋ ਇੱਕ ਜੇ ਇੱਕ ਤਰ੍ਹਾਂ ਦੇ ਰੋਜ਼ ਫੁੱਲ ਵੇਖੀ ਉਹ ਵੀ ਚੰਗੇ ਨਹੀਂ ਲੱਗਦੇ ਜੀ ਕੁਦਰਤ ਵੀ ਇੱਕ ਤਰ੍ਹਾਂ ਦੀ ਨਹੀਂ ਹੈਗੀ ਇੱਕ ਤਰ੍ਹਾਂ ਦੀ ਰੋਟੀ ਪਾਣੀ ਖਾਈ ਜਾਈਏ ਉਹ ਵੀ ਨਹੀਂ ਚੰਗਾ ਲੱਗਦਾ ਰੋਜ਼ ਜੀ ਇਹ ਤਾਂ ਵਖਰੇਵਾ ਜ਼ਰੂਰੀ ਆ ਫੇਰ ਹੀ ਗੁਲਦਸਤਾ ਬਣਦਾ ਨਾ ਸਾਰੀਆਂ ਪਛਾਵਾਂ ਜੇ ਆਪਾਂ ਕੱਲੀ ਪੰਜਾਬੀ ਜਾਣਦੇ ਹੋ ਜੀ ਦੂਜੀਆਂ ਪਛਾਵਾਂ ਨਹੀਂ ਜਾਣਾਂਗੇ ਆਪਾਂ ਨੂੰ ਪਤਾ ਨਹੀਂ ਲੱਗਣਾ ਬਹੁਤੀਆਂ ਚੀਜ਼ਾਂ ਦਾ ਅਸੀਂ ਉਹਦੇ ਚ ਕੋਈ ਸ਼ਬਦ ਲੈਣੇ ਆ ਕੋਈ ਸਾਡੇ ਸ਼ਬਦ ਜਾਂਦੇ ਆ ਹੂੰ ਇਸੇ ਤਰ੍ਹਾਂ ਆਦਾਨ-ਪ੍ਰਦਾਨ ਜ਼ਰੂਰੀ ਆ ਹੁਣ ਵਲਗਣ ਦੇ ਵਿੱਚ ਪੰਜਾਬੀ ਭਾਸ਼ਾ ਸੂਬਾ ਬਣਿਆ ਨਾ ਪੰਜਾਬੀ ਨੂੰ ਮਾਰ ਪਈ ਪੰਜਾਬੀ ਕਿੱਥੋਂ ਨਹੀਂ ਸੈਮਟ ਕਰੇ ਜਿਹੜੀ ਕਿੱਥੋਂ ਤੱਕ ਨਕਸ਼ੇ ਦੇ ਵਿੱਚ ਦੇਖੀ ਸੀਗੀ ਦਿੱਲੀ ਤੱਕ Shimla ਤੱਕ ਉਹ ਹੁਣ ਪੰਜਾਬ ਦੇ ਇਥੋਂ ਕੀ ਚੰਡੀਗੜ੍ਹ ਚ ਵੀ ਨਹੀਂ ਗਈ ਮੁਹਾਲੀ ਤੋਂ ਲੈ ਕੇ ਰੋਪੜ ਤੋਂ ਇੱਥੇ ਸੁੰਗੜ ਕੇ ਤੇ ਇਧਰ ਸਭ ਉਹਨਾਂ ਨੇ ਚਲੋ ਲਿਪੀ ਨਹੀਂ ਬੋਲੀ ਤਾਂ ਪਾਕਿਸਤਾਨ ਵਾਲਿਆਂ ਨੇ ਸੰਭਾਲੀ ਹੋਈ ਹੈ ਹੂੰ ਤੇ ਆਪਣੀ ਤਾਂ ਬੋਲੀ ਵੀ ਉਦੋਂ ਬਾਅਦ ਖਤਮ ਹੋ ਗਈ ਹਰਿਆਣੇ 'ਚ ਨਹੀਂ ਪੰਜਾਬੀ ਬੋਲੀ ਜਾਂਦੀ ਸੀ ਜੀ ਬਹੁਤ ਅੱਦੇ ਅੱਦੇ ਪਿੰਡ ਬੋਲਦੇ ਸੀ ਤੇ ਜਦੋਂ ਲਿਪੀ ਦੇ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਇਆ ਗਿਆ ਤੇ ਉਹਦੇ ਨਾਲ ਵਿੱਚ ਧਰਮ ਦਾ ਫਾਨਾ ਲਾ ਦਿੱਤਾ ਗਿਆ ਜੀ ਜਿਨ੍ਹਾਂ ਨੇ ਨੁਕਸਾਨ ਬਹੁਤ ਜ਼ਿਆਦਾ ਪਹੁੰਚਾਉਣ ਨਾਲ ਜਿਹੜੇ ਤਾਂ ਸੁਚੇਤ ਸੀਗੇ ਉਹ ਤਾਂ ਪੰਜਾਬੀ ਲਿਖਾ ਗਏ ਜਿਹੜੇ ਲਾਈ ਲੱਗ ਬੰਦੇ ਸੀਗੇ ਪੰਜਾਬੀ ਜਾਣਦੇ ਉਹਨੇ ਹਿੰਦੀ ਲਿਖਾਉਣਾ ਸਾਡੀ ਭਾਸ਼ਾ ਫੇਰ ਸੰਗੜ ਗਈ ਜਦੋਂ ਕਿ ਤੁਹਾਨੂੰ ਇੱਕ ਇਹ ਗੱਲ ਦੱਸਦਾ ਕਿ ਜਿਹੜੀ ਪੰਜਾਬੀ ਭਾਸ਼ਾ ਨਾ ਇਹਦਾ ਨਾਮ ਗੁਰਮੁਖੀ ਪੈ ਗਿਆ ਪਰ ਇਹ ਸਭ ਤੋਂ ਪਹਿਲਾਂ ਕੀ ਸੀ Hindu ਵਪਾਰੀਆਂ ਦੀ ਭਾਸ਼ਾ ਸੀਗੀ ਪੁਰਾਣੇ ਵੇਲੇ ਜੋਗੀਆਂ ਤੋਂ ਪਹਿਲਾਂ ਉਹ ਆਪਦੀ ਵਹੀ ਖਾਤੇ ਲਿਖਣ ਲਈ ਪੰਜਾਬੀ ਵਰਤਦੇ ਹੁੰਦੇ ਸੀ ਪਰ ਉਹਨਾਂ ਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਤੁਹਾਡੇ ਵੱਡੇ ਵੱਡੇ ਰਿਆਂ ਦੀ ਆ ਉਥੇ ਸਿਆਸਦਾਨਾਂ ਨੇ ਜਿਹਨੂੰ ਆਪਦੀ ਫਾਇਦੇ ਲਈ ਵੀ ਇਹ ਤਾਂ ਗੁਰਮੁਖੀ ਸਿੱਖਾਂ ਦੀ ਆ ਹਿੰਦੀ ਹਿੰਦੂਆਂ ਦੀ ਆ ਤੇ ਉਹਨਾਂ 'ਚ ਫਿੱਕ ਪਾਇਆ ਉਹ ਮੋਹ ਪਿਆਰ ਵੀ ਵੰਡਿਆ ਤੋੜਤਾ ਤੇ ਸਾਡੀ ਭਾਸ਼ਾ ਨੂੰ ਵੀ ਨੁਕਸਾਨ ਪਹੁੰਚਿਆ ਇੱਕ ਬਣੀ ਹੋਈ ਆ ਗੱਲ ਕਿ ਮਤਲਬ ਚਲੋ ਪੰਜਾਬ 'ਚ ਰਹਿੰਦੇ ਹੋਏ ਬੰਦਿਆਂ ਲਈ ਤਾਂ ਨਹੀਂ ਹੈਗੀ ਇਹ ਪਰ ਇੱਕ ਅਗਰ ਤੁਸੀਂ ਕਿਤੇ ਹੋਰ ਚਲੇ ਜਾਓ ਨਾ ਤਾਂ ਪੰਜਾਬੀ ਪੰਜਾਬੀ ਮਤਲਬ ਸਿੱਖ ਹਨਾ ਪੰਜਾਬੀ ਬੋਲਣ ਵਾਲਾ ਸਿੱਖ ਹਨਾ ਜਦਕਿ ਗੱਲ ਇਹ ਕਿ Hindu ਵੀ ਉਨੀ ਪੰਜਾਬੀ ਬੋਲਦੇ ਨੇ ਪੰਜਾਬ ਦੇ ਵਿੱਚ ਹਰ ਹਿੰਦੂ ਲੇਖਕ ਬਹੁਤ ਨੇ ਪੰਜਾਬੀ ਦੇ ਜਿਹੜੇ ਸਿੱਖਾਂ ਨਾਲੋਂ ਜ਼ਿਆਦਾ ਹੀ ਬਹੁਤ ਵਧੀਆ ਲਿਖਦੇ ਨੇ ਤੇ ਮੋਹ ਜ਼ਿਆਦਾ ਜਿਤਾਉਂਦੇ ਆ ਹੈਗੇ ਨੇ ਪਰ ਪ੍ਰਚਾਰ ਗਲਤ ਹੋ ਚੁੱਕਾ ਨਾ ਹੱਥਪਾ ਲੱਗ ਚੁੱਕਾ ਜੀ ਇਹ ਠੱਪਾ ਆਪਾਂ ਹੀ ਸਾਰੇ ਰਲ ਕੇ ਤੋੜਨਾ ਹੁੰਦਾ ਵੀ ਨਹੀਂ ਐਵੇਂ ਨਹੀਂ ਸਾਰੇ ਸਾਂਝੀ ਆ ਹਿੰਦੂਆਂ ਦੀ ਮੁਸਲਮਾਨਾਂ ਦੀ ਸਿੱਖਾਂ ਦੀ ਸਾਰਿਆਂ ਦੀ ਪਾਕਿਸਤਾਨ ਚ ਕਿਨੇ ਲੋਕ ਪੰਜਾਬੀ ਸ਼ੁੱਧ ਬੋਲਦੇ ਆਪਣੇ ਤੋਂ ਵੀ ਪਿਆਰੀ ਤੇ ਮਿੱਠੀ ਬੋਲਦੇ ਆ ਜੀ ਮੁਸਲਮਾਨ ਨੇ ਧਰਮ ਨਾਲੋਂ ਮੁਸਲਮਾਨ ਨੇ ਬੋਲੀ ਉਹਨਾਂ ਦੀ ਪੰਜਾਬੀ ਆ ਸਰਕਾਰ ਨੇ ਲਿਪੀ ਉਹਨਾਂ ਸ਼ਾਮ ਨੂੰ ਠੋਸੀ ਹੋਈ ਆ ਜਿਹੜੀ ਕਿ ਹੌਲੀ-ਹੌਲੀ ਉਹ ਗੁਰਮੁਖੀ ਲਿਪੀ ਨੂੰ ਸਿੱਖ ਰਹੇ ਆ ਹੂੰ ਤੇ ਕਿਸੇ ਦਿਨ ਕਿਸੇ ਦਿਨ ਵੀ ਆ ਸਕਦਾ ਹੈ ਕਿ ਜਦੋਂ ਉਹਨਾਂ ਦੇ ਸਕੂਲਾਂ 'ਚ ਵੀ ਇਹ ਲਿਪੀ ਚੱਲ ਜੂਗੀ ਮੇਰੇ ਸਕੂਲ ਦੇ ਵਿੱਚ ਤਾਂ 5ਵੀਂ ਕਲਾਸ ਤੋਂ ਸ਼ੁਰੂ ਹੋਈ ਸੀ ਪੰਜਾਬੀ ਦੂਜੀ ਭਾਸ਼ਾ ਵਜੋਂ ਗਿਣੀ ਗਈ ਹੈ ਨਾ ਹਾਂਜੀ ਉਹ 5ਵੀਂ ਤੋਂ ਸ਼ੁਰੂ ਹੋਈ ਸੀ ਤੇ 10ਵੀਂ ਤੱਕ ਸੀਗੀ 10ਵੀਂ ਤੱਕ ਹਾਂ 10ਵੀਂ ਤੱਕ ਸੀ ਅਸੂ ਪਵਾੜੇ ਹੋਈ ਪਾਇ ਸੀ ਸਿਆਸਦਾਨਾਂ ਦੇ ਤੇ ਅੱਛਾ ਮੈਨੂੰ ਇਹ ਦੱਸੋ ਕਿ ਜਿਹੜੇ ਅ ਚਲੋ ਜਿੰਨੇ ਵੀ ਆਪਣੇ ਆ ਪੋਲੀਟਿਸ਼ੀਅਨ ਅਗੇ ਨੇ ਇਹ ਅੱਜਕੱਲ ਕੋਈ ਨਾ ਕੋਈ ਮੁੱਦਾ ਚਾਕਲੁੰਦੇ ਨੇ ਹਨਾ ਪੰਜਾਬੀ ਕੀ ਬਾਈ ਕਿ ਜਿੱਦਾਂ ਅੱਜਕੱਲ ਇੱਕ ਨਵਾਂ ਚੱਲਿਆ ਹੋਇਆ ਹੁਣ ਤਾਂ ਕੰਪਲਸਰੀ ਕਰਤਾ ਹੋਇਆ ਹੈ ਕਿ ਆਪਣਾ ਤੁਸੀਂ ਬੋਰਡ ਲਾਉਂਦੇ ਹੋ ਦੁਕਾਨ ਦਾ ਤੇ ਬੋਰਡ ਪੰਜਾਬੀ ਚ ਵੀ ਲਿਖਣਾ ਨਾਲੀ ਹਨਾ ਜੀ ਜਾਂ ਕੀ ਕਹਿੰਦੇ ਐਸ ਇਹਦੇ ਤੇ ਗੱਲਾਂ ਕਿਤੇ ਜਾਂਦੀਆਂ ਨੇ ਕਿ ਬਈ ਆਪਾਂ ਪੰਜਾਬੀ ਨੂੰ ਪ੍ਰੋਮੋਟ ਕਰਾਂਗੇ ਪੰਜਾਬੀ ਨੂੰ ਪ੍ਰੋਮੋਟ ਕਰਾਂਗੇ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਉਂਕਿ ਤੁਸੀਂ ਸਰਕਾਰ ਵੱਲੋਂ ਨਹੀਂ ਹੈਗੇ ਹੋ ਕਿਸੇ ਵੀ ਕਿਸੇ ਪਾਰਟੀ ਵੱਲੋਂ ਨਹੀਂ ਹੋਗਾ ਪਰ ਵੈਸੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਕਿਹੋ ਜਿਹਾ ਕੰਮ ਕੀਤਾ ਪੰਜਾਬੀ ਦੇ ਪ੍ਰਚਾਰ ਦੇ ਵਿੱਚ ਸਹੀ ਕੀਤਾ ਗਲਤ ਕੀਤਾ ਜਾਂ ਕਿ ਕਹਿਣਾ ਹੀ ਨਹੀਂ ਚਾਹੋਗੇ ਕੁਝ ਕੀਤਾ ਹੋਇਆ ਕੋਈ ਵਿਸ਼ੇਸ਼ ਕੰਮ ਨਹੀਂ ਕੀਤਾ ਜ਼ਿਕਰਯੋਗ ਨਹੀਂ ਹੈ ਜਿਹੜਾ ਆਪਾਂ ਕਹਿ ਦਈਏ ਆ ਹੁਣ ਬੋਰਡ ਦੇਖਣਾ ਸ਼ੁਰੂ ਹੋਏ ਤਾਂ ਇਹਨਾਂ ਦੇ ਵਿੱਚ ਕੀ ਉੱਤੇ ਪੰਜਾਬੀ ਆਪਾਂ ਵੀ ਕਹਿੰਦੇ ਹਾਂ ਉੱਪਰ ਸਾਡੀ ਚਲੋ ਮਾਂ ਬੋਲੀ ਤਾਂ ਉੱਪਰ ਹੋਵੇ ਨਾ ਹੂੰ ਥੋੜਾ ਜਿਹਾ ਕੰਮ ਤਾਂ ਹੋਇਆ ਨਾ ਇੱਕ ਪਲਾਂਕ ਪੱਟੀ ਗਈ ਹੂੰ ਫਿਰ ਭਾਸ਼ਾ ਭਾਗ ਦੇ ਦਫ਼ਤਰ ਖਤਮ ਹੋ ਚੁੱਕੇ ਸੀ ਉੱਥੇ ਕੁਝ ਨਹੀਂ ਹੋ ਰਿਹਾ ਸੀ ਕਿੱਡੀ ਘਟਾ ਪਿਆ ਹੋਇਆ ਸੀ ਲਾਇਬ੍ਰੇਰੀਆਂ 'ਚ ਬੁਰਾ ਉਹਨਾਂ ਨੇ ਇਹਨਾਂ ਨੇ ਦਫ਼ਤਰ ਜਿਹੜੇ ਆ ਸਰਜੀਤ ਕੀਤੇ ਨਵੇਂ ਭਾਸ਼ਾ ਅਫਸਰ ਲਾਏ ਕੰਮ ਹੋਣਾ ਸ਼ੁਰੂ ਹੋ ਗਿਆ ਹੂੰ ਭਾਸ਼ਾ ਐਕਟ ਨੂੰ ਦੁਬਾਰਾ ਲਾਗੂ ਕੀਤਾ ਹੂੰ ਵੀ ਇੱਕ ਚੰਗੀ ਆਸ ਦੀ ਕਿਰਨ ਵਜਈ ਆ ਉਦੋਂ ਕੀ ਹੋਇਆ ਸੀ ਪਿਛਲੀ ਸਰਕਾਰਾਂ ਦੇ ਵਿੱਚ ਉਦੋਂ ਪਹਿਲੀ ਤੋਂ ਅੰਗਰੇਜ਼ੀ ਚਾਲੂ ਕਰਨ ਨਾਲ ਸਾਡੀ ਭਾਸ਼ਾ ਨੂੰ ਨੁਕਸਾਨ ਹੀ ਪਹੁੰਚਿਆ ਸੀ ਕਿ ਜਿਨ੍ਹਾਂ ਨੇ ਸਭ ਕੁਛ 6ਵੀਂ ਤੋਂ ਸਾਡੇ ਵਰਗਾ ਨੇ 6ਵੀਂ ਤੋਂ ਪੜ੍ਹੀ ਅੰਗਰੇਜ਼ੀ ਹੂੰ ਉਹਨਾਂ ਨੂੰ ਜ਼ਿਆਦਾ ਆਉਂਦੀ ਹੈ ਜੀ ਜਿਹੜੇ ਪਹਿਲੀ ਤੋਂ ਪੜ੍ਹ ਰਹੇ ਉਹਨਾਂ ਨੂੰ ਘੱਟ ਆਉਂਦੀ ਹੈ ਕਿਉਂਕਿ ਮਾਤ ਭਾਸ਼ਾ ਜਿਹੜੀ ਆ ਇਹ ਪਹਿਲਾਂ ਜ਼ਰੂਰੀ ਆ ਤੇ ਇਹ ਮੁੜ ਕੇ ਲੋਕਾਂ ਦੇ ਮਨਾਂ 'ਚ ਇਹ ਹੋਗਾ ਵੀ ਅੰਗਰੇਜ਼ੀ ਤਾਂ ਲੱਗ ਗਈ ਪੰਜਾਬੀ ਤੋਂ ਅਸੀਂ ਕੀ ਕਰਾਉਣਾ ਜੀ ਤੇ ਨੁਕਸਾਨ ਹੋਇਆ ਸੀਗਾ ਬਹੁਤ ਅਗਰ ਇਹਨੂੰ ਸਮਝੀਏ ਕਿ ਤੁਸੀਂ ਪਹਿਲੇ ਬੱਚੇ ਦਾ ਪਹਿਲੇ ਦਿਮਾਗ ਵਿਕਸਿਤ ਕਰ ਦਿਓ ਦਿਮਾਗ ਵਿਕਸਿਤ ਕਰਨ ਲਈ ਕੀ ਹੈ ਕਿ ਪਹਿਲੇ ਉਹਦੇ ਦਿਮਾਗ ਚ ਗੱਲਾਂ ਬੰਨਨੀਆਂ ਚਾਹੀਦੀਆਂ ਨੇ ਔਰ ਉਹ ਬੋਲ ਸਕੇ ਉਹਨੂੰ ਹਨਾ ਹੋਰ ਸਭ ਤੋਂ ਸੌਖਾ ਕਿਹੜਾ ਸਭ ਤੋਂ ਸੌਖਾ ਤੁਹਾਡੀ ਮਾਂ ਬੋਲੀ ਜਿਹੜੀ ਵੀ ਮਾਂ ਬੋਲੀ ਆ ਹਨਾ ਤੁਸੀਂ ਦੁਨੀਆ ਦੇ ਕਿਸੇ ਵੀ ਇਲਾਕੇ ਚੋਂ ਜਦੋਂ ਤੁਸੀਂ ਮਾਂ ਬੋਲੀ ਦੇ ਵਿੱਚ ਕੋਈ ਵੀ ਗੱਲ ਕਿਸੇ ਵੀ ਟਾਈਮ ਬਿਨਾਂ ਚਿੱਚਕੇ ਤੁਸੀਂ ਉਹਨੂੰ ਐਕਸਪ੍ਰੈਸ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਨਵੀਂ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਸੌਖੀ ਹੋ ਹੀ ਜਾਏਗੀ ਸੌਖੀ ਹੋਊਗੀ ਤੇ ਕਰਨਾ ਉਲਟਾ ਚਾਹੀਦਾ ਕਰ ਆਪਾਂ ਉਲਟਾ ਰਹੇ ਹਾਂ ਸਾਡੇ ਮਨੋਵਿਗਿਆਨੀ ਆ ਨਾ ਇਹ ਇਹ ਪਤਾ ਨਹੀਂ ਕੀ ਸੋਚ ਕੇ ਕਰਦੇ ਸਭ ਤੋਂ ਪਹਿਲਾਂ ਬੱਚਾ ਜੰਮਦਾ ਉਹ ਸੁਣਦਾ ਫਿਰ ਉਹ ਬੋਲਦਾ ਫਿਰ ਉਹ ਪੜਦਾ ਜਿਵੇਂ ਚਿੱਤਰ ਵੇਖ ਕੇ ਵੀ ਆ ਸੇਬ ਆ ਆ ਕੁੱਤਾ ਆ ਕਾਂ ਜਿੜੀ ਆ ਉਹ ਪੜਦਾ ਹੂੰ ਫਿਰ ਉਹ ਲਿਖਦਾ ਤੇ ਸਾਡੇ ਕੀ ਕਰਦੇ ਆ ਜਦੋਂ ਬੱਚਾ ਚਲੋ ਉਹ ਤਾਂ ਉਹਨਾਂ ਦੇ ਵਾਸ ਨਹੀਂ ਬੱਚੇ ਜਦੋਂ ਜਨਮ ਲੈਣਾ ਤੇ ਕਿਸੇ ਨਾ ਕਿਸੇ ਤਾਂ ਬੋਲਣਾ ਹੀ ਆ ਕੋਲੇ ਜੀ ਉਹ ਸੁਣ ਗਿਆ ਨਾ ਫਿਰ ਉਹ ਜਿਵੇਂ ਘਰ ਚ ਬੋਲਦੇ ਆ ਉਵੇਂ ਉਹਨੂੰ ਵੇ ਵੇ ਕੇ ਮਮਾ ਪਾਪਾ ਸਾਰਾ ਕੁਝ ਉਹਨੂੰ ਬੁਲਾਉਂਦੇ ਆ ਤੇ ਉਹ ਬੋਲਦਾ ਪੜਨ ਤੇ ਲਿਖਣ ਵਾਲਾ ਕੋਸ਼ਲ ਉਲਟ ਕਰਦਾ ਪਹਿਲਾਂ ਬੱਚੇ ਨੂੰ ਲਿਖਣਾ ਚਾਹੁੰਦੇ ਲਿਖ ਏ ਪਾ ਜਦੋਂ ਉਹ ਇੱਥੇ ਆ ਗਿਆ ਇੱਥੇ ਉਹਦਾ ਜਿਹੜਾ ਸੁਣ ਵਿਗੜ ਜਾਂਦਾ ਟਰੈਕ ਹੀ ਬਦਲ ਜਾਂਦਾ ਫਿਰ ਇੱਥੇ ਚਾਹੀਦਾ ਪਹਿਲਾਂ ਲਿਖਣਾ ਬਾਅਦ ਵਿੱਚ ਪਹਿਲਾਂ ਪੜ੍ਹਨਾ ਚਾਹੀਦਾ ਵੀ ਉਹਨੂੰ ਤਸਵੀਰਾਂ ਪੜਾਓ ਆਲੇ ਦੁਆਲੇ ਬਾਰੇ ਦੱਸੋ ਉਹ ਅਸੀਂ ਛੱਡਤਾ ਇਸ ਕਰਕੇ ਸਾਡੇ ਬੱਚੇ ਥੋੜੇ ਜਿਨਾ ਇਸ ਪਾਸੇ ਵੀ ਪਿੱਛੇ ਪਛੜ ਗਏ ਪੰਜਾਬੀ ਅਧਿਆਪਕ ਅੱਜ ਦੇ ਟਾਈਮ ਚ ਤੁਸੀਂ ਅਗਰ ਜੇ ਰੇਟ ਕਰੋਗੇ ਕਿ ਜਿਹੜੇ ਸਕੂਲਾਂ ਚ ਪੰਜਾਬੀ ਅਧਿਆਪਕ ਵੀ ਨਹੀਂ ਹੈ ਉਹਨਾਂ ਦਾ ਕੀ ਸਟੈਂਡਰਡ ਆ ਇਹਦੇ ਟਾਈਮ ਚ ਕੀ ਕੀ ਉਹਨਾਂ ਦੀ ਕੁਆਲਿਟੀ ਕੀ ਹੈ ਸਹੀ ਹੈ ਜਾਂ ਨਹੀਂ ਹੈ ਦੇਖੋ ਜੇ ਤਾਂ ਆਪਾਂ ਸਰਕਾਰੀ ਭਾਸ਼ਾ ਦੀ ਗੱਲ ਕਰੀਏ ਤਾਂ ਉਹ ਟੈਸਟ ਪਾਸ ਕਰਕੇ ਆਉਂਦੇ ਨੇ ਪਰ ਉਹਨਾਂ ਦੇ ਇੱਕ ਤਾਂ ਕਿਤਾਬਾਂ ਪੜ੍ਹਨ ਦੀ ਰੁਚੀ ਘਟਾ ਜਿਹੜਾ ਮੈਂ ਮਹਿਸੂਸ ਕੀਤਾ ਬਹੁਤ ਸਾਰੇ ਬੱਚੇ ਤਾਂ ਕਿ ਪੀ ਐਚ ਡੀ ਵੀ ਆਏ ਨੇ ਚੰਗੇ ਆਏ ਨੇ ਲੇਖਕ ਵੀ ਆਏ ਨੇ ਪਰ ਬਹੁ ਗੈਂਤੀ ਇਹੋ ਜਿਹੜੀ ਕਿਤਾਬਾਂ ਬਹੁਤ ਘੱਟ ਪੜਦੇ ਆ ਪੰਜਾਬੀ ਅਧਿਆਪਕਾਂ ਦੀ ਗੱਲ ਕਰਾਂ ਜੀ ਇੱਕ ਹਿੰਦੀ ਦਾ ਪ੍ਰਭਾਵ ਵਾਲੇ ਬੱਚੇ ਵੀ ਹੈਗੇ ਆ ਉਹ ਟੀਚਰ ਲੱਗੇ ਨੇ ਤਾਂ ਉਹ ਸ਼ਬਦਾਂ ਦਾ ਸ਼ੁੱਧਾ ਸ਼ੁੱਧਾ ਉਹਨਾਂ ਦਾ ਫਰਕ ਆ ਜੀ ਜਿਹੜੇ ਨਵੇਂ ਮੁੰਡਿਆਂ 'ਚ ਏ ਕੋ ਮਾਡਲ ਸਕੂਲਾਂ ਦੇ ਬਹੁਤੇ ਪੜੇ ਨੇ ਤਾਂ ਉਹਨਾਂ ਤੇ ਇਹ ਪ੍ਰਭਾਵ ਵੀ ਹੈਗਾ ਇਹਨਾਂ ਦੇ ਸੈਮੀਨਾਰ ਲੱਗ ਜਾਣ ਇਹਨਾਂ ਨੂੰ ਇੱਕ ਵਾਰੀ ਦੱਸਿਆ ਜਾਵੇ ਤਾਂ ਇਹ ਬਹੁਤ ਵਧੀਆ ਬਣ ਜਾਣਗੇ ਫਿਰ ਕਿਉਂਕਿ ਉਹਨਾਂ ਦਾ ਹੁਣ ਕਿਤਾਬ ਵੀ ਹੋ ਗਿਆ ਸੇਵਾ ਦੇ ਨਾਲ ਕਿਤਾਬ ਵੀ ਆ ਤਾਪਾਣ ਨੂੰ ਉਹ ਸਾਰੂ ਪਾਸੇ ਲਾ ਸਕਦੇ ਆ ਇਸ ਕਰਕੇ ਆਪਾਂ ਨੂੰ ਇਹ ਕਰਨਾ ਬਣਦਾ ਜੀ ਬਹੁਤ ਬਹੁਤ ਜ਼ਿਆਦਾ ਮਤਲਬ ਅਗ ਉਹੀ ਗੱਲ ਹੈ ਕਿ ਤੁਹਾਨੂੰ ਵੇਖ ਕੇ ਮਤਲਬ ਮੈਂ ਤਾਂ ਪ੍ਰੇਰਿਤ ਹੋ ਰਿਹਾ ਮੈਨੂੰ ਲੱਗ ਰਿਹਾ ਹੋਰ ਵੀ ਲੋਕਾਂ ਨੂੰ ਹੋਣਾ ਚਾਹੀਦਾ ਵਾ ਐਂਡ ਮੈਨੂੰ ਲੱਗ ਰਿਹਾ ਹੋ ਵੀ ਰਹੇ ਹੋਣਗੇ ਬੜੇ ਲੋਕ ਹੋ ਰਹੇ ਨੇ ਹੋ ਰਹੇ ਨੇ ਐਂਡ ਜੇ ਅਗਰ ਇਹ ਇਹ ਦੇਖੋ ਸਾਮਨੀ ਤਾਂ ਮਿਲ ਜੁਲ ਕੇ ਪੈਣੀ ਹੈ ਇਹ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਸਾਰਿਆਂ ਨੂੰ ਰਲ ਕੇ ਇੱਕ ਇੱਕ ਬੰਦਾ ਤਾਂ ਸਿਰਫ ਸਿਰਫ ਵੱਤੋ-ਵਾਦ ਇੱਕ ਲਹਿਰ ਸ਼ੁਰੂ ਕਰ ਸਕਦਾ ਬਟ ਉਹ ਲਹਿਰ ਜਿਹੜੀ ਹੈ ਉਹ ਬਣਾ ਕੇ ਤਾਂ ਸਾਰਿਆਂ ਨੂੰ ਰੱਖਣੀ ਪੈਣੀ ਹੈ ਨਹੀਂ ਮੈਂ ਐਵੇਂ ਕਰ ਮੈਂ ਕਦੇ ਕਿਸੇ ਸੰਸਥਾ ਦਾ ਕੋਈ ਪ੍ਰਧਾਨ ਨਹੀਂ ਬਣਦਾ ਕਦੇ ਵੀ ਮੈਂ ਕਹਿੰਦਾ ਨਹੀਂ ਵੀ ਤੁਸੀਂ ਸਾਰੇ ਸਾੜੀਆਂ ਕਾਇਨਾਤ ਚੱਲਦੀ ਹੈ ਸੰਸਥਾ ਹੈ ਕਿ ਹੈਗੀ ਆ ਲੇਖਕ ਪੜ੍ਹ ਮੰਚ ਜਿਹੋ ਦੇ ਚ ਕਹਿੰਦਾ ਆਪਾਂ ਸਾਰੇ ਹੀ ਪ੍ਰਧਾਨ ਆ ਕੋਈ ਮੈਂਬਰ ਨਹੀਂ ਸਾਰੇ ਹੀ ਆ ਸਾਰਿਆਂ ਦੀ ਮਰਜ਼ੀ ਨਾਲ ਕੰਮ ਹੋਏਗਾ ਹਾਂ ਠੀਕ ਆ ਤੁਸੀਂ ਮੈਂ ਕੰਮ ਸ਼ੁਰੂ ਕੀਤਾ ਮੈਂ ਇੱਕ ਸਰਪ੍ਰਸਤ ਦੇ ਤੌਰ ਤੇ ਤੁਹਾਨੂੰ ਹਲੂਣਾ ਦੇ ਦਾਂਗਾ ਜੀ ਕਰੋ ਸ਼ਾਬਾਸ਼ ਅੱਗੇ ਵੱਧ ਕੇ ਤੁਸੀਂ ਕਰਨਾ ਤੂੰ ਵੱਧ ਕਰ ਦੇ ਕੰਮ ਸਭ ਜੀ ਸੋ ਇਸ ਤਰ੍ਹਾਂ ਚਾਹੀਦਾ ਵੀ ਸਾਰੇ ਇੱਕ ਟੀਮ ਬਣਾ ਕੇ ਜੀ ਕਰੀ ਅੱਜ ਦੇ ਟਾਈਮ 'ਚ ਅਗਰ ਜਦੋਂ ਤੁਸੀਂ ਆਲਰੇਡੀ ਜਿੱਦਾਂ ਮੁਹਾਵਰੇਾਂ ਤੇ ਕੰਮ ਕਰ ਰਹੇ ਹੋ ਮੁਹਾਵਰੇ ਇਕੱਠੇ ਕਰ ਰਹੇ ਹੋ ਹਣਾ ਫਿਰ ਇਸ ਤੋਂ ਬਾਅਦ ਤੁਸੀਂ ਕਿਹਾ ਕਿ ਮੈਂ ਅਖਾਣਾ ਹੀ ਇਕੱਠੀਆਂ ਕਰਨੀਆਂ ਨੇ ਸਾਰੀਆਂ ਔਰ ਉਸ ਤੋਂ ਪਹਿਲੇ ਤੁਸੀਂ ਸ਼ਬਦ ਹੀ ਇਕੱਠੇ ਕਰਕੇ ਬੈਠੇ ਹੋਏ ਹੋ ਫਿਰ ਉਸ ਸ਼ਬਦ ਇਕੱਠੇ ਕਰਨ ਤੋਂ ਬਾਅਦ ਵੀ ਤੁਸੀਂ ਹੋਰ ਵੀ ਸ਼ਬਦ ਲੱਭ ਰਹੇ ਹੋ ਹਣਾ ਇਹ ਤੁਹਾਡਾ ਇਹ ਇਹ ਰੋਜ਼ ਦਾ ਹੀ ਕੰਮ ਹੈ ਤੁਹਾਡਾ ਹਣਾ ਤੁਸੀਂ ਸਵੇਰੇ ਉੱਠਦੇ ਹੋ ਸਵੇਰੇ ਉੱਠ ਕੇ ਲੈ ਕੇ ਰੱਤ ਹੋ ਜਾਂਦਾ ਆਪਣੇ ਆਪ ਹੀ ਆ ਜਾਂਦੇ ਇਧਰੋਂ ਠੀਕ ਹੈ ਹਦੂਨੇ ਵਜ ਦੇ ਵੀ ਆ ਕੰਮ ਹੀ ਕਰ ਲੀਏ ਤੇ ਅਗਰ ਹੁਣ ਮੈਂ ਅਗਰ ਕੋਈ ਇਹੋ ਜੀ ਚੀਜ਼ ਜੇ ਅਗਰ ਜਿੱਦਾ ਤੁਹਾਨੂੰ ਕੋਈ ਮਿਲ ਜਵੇ ਕੋਈ ਵਧੀਆ ਬੱਚੇ ਮਿਲ ਜਾਣ ਰਿਸਰਚ ਦੇ ਜਿਹੜੇ ਪੰਜਾਬੀ ਵਿੱਚ ਆਲਰੇਡੀ ਕੰਮ ਕਰ ਰਹੇ ਨੇ ਹਨਾ ਜਾਂ ਪੰਜਾਬੀ ਨੂੰ ਬਹੁਤ ਸਹੀ ਤਰੀਕੇ ਨਾਲ ਸਟੱਡੀ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਭਾਈ ਐਦੇ ਤੇ ਰਿਸਰਚ ਕਰੋ ਜਾਂ ਐਦੇ ਤੇ ਕੰਮ ਕਰੋ ਜਿਹੜਾ ਤੁਹਾਨੂੰ ਟਾਈਮ ਨਹੀਂ ਮਿਲ ਪਾਰਿਆ ਅੱਛਾ ਇਹਦੇ ਤੇ ਆ ਵੀ ਸਾਡੇ ਕੋਲੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲਾ ਓਕੇ ਜਿਵੇਂ ਟੀਵੀ ਦਾ ਕੋਈ ਚੈਨਲ ਵਾਲਾ ਉਤੇ ਹਰ ਦੂਜੀ ਖਬਰ ਦੇ ਵਿੱਚ ਗਲਤੀਆਂ ਵਾਕ ਬੰਤਰ ਚ ਗਲਤੀਆਂ ਜੀ ਉਹਨਾਂ ਦੇ ਉਚਾਰਨ ਚ ਗਲਤੀਆਂ ਜਿਹੜੇ ਯੂਨੀਵਰਸਿਟੀਆਂ ਚ ਮੁੰਡੇ ਬੈਠੇ ਨੇ ਇਸ ਪਾਸੇ ਲੱਗੇ ਹੋਏ ਨੇ ਜਾਂੜੇ ਚੈਨਲਾਂ ਤੇ ਨੇ ਜੀ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਇਸ ਪਾਸੇ ਧਿਆਨ ਦਿਓ ਸ਼ਬਦ ਜੋੜਾਂ ਤੇ ਤੇ ਉਚਾਰਨ ਤੇ ਜੀ ਕਿਉਂਕਿ ਬੱਚਿਆਂ ਨੇ ਇਹ ਤੋਂ ਜ਼ਿਆਦਾ ਸਿੱਖਣਾ ਬੱਚੇ ਟੀਵੀ ਨੂੰ ਵੇਖਦੇ ਹਣ ਉਹਨਾਂ ਅਧਿਆਪਕ ਨਾਲੋਂ ਜ਼ਿਆਦਾ ਟੀਵੀ ਨੂੰ ਵੇਖਦੇ ਆ ਹਮ ਤਾਂ ਅਸੀਂ ਇਹ ਨਵੀਂ ਪਨੀਰੀ ਨੂੰ ਫੇਰ ਹੀ ਸੰਭਾਂਗੇ ਜੀ ਉਹ ਬੰਦੇ ਇਸ ਪਾਸੇ ਆ ਜਾਣ ਸਮਝ ਤੇ ਸਹੀ ਤਰੀਕੇ ਨਾਲ ਆਪ ਦਾ ਫਰਜ਼ ਨਿਭਾਉਣ ਸਰ ਮੈਂ ਤੁਹਾਨੂੰ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹੀ ਮੁੱਦਾ ਸੀਗਾ ਮੇਰਾ ਵੀ ਇਹ ਪੋਡਕਾਸਟ ਸ਼ੁਰੂ ਕਰਨ ਦਾ ਹੀ ਮੁੱਦਾ ਸੀਗਾ ਕਿ ਮੈਨੂੰ ਤਾਂ ਪਹਿਲੇ ਪਹਿਲੇ ਤੋਂ ਮੈਂ ਦੱਸਦਾ ਨਾ ਮੈਂ ਬੜੇ ਬਾਕੀ ਇੰਟਰਵਿਊ 'ਚ ਹੀ ਕਹਿ ਚੁੱਕਾ ਹਾਂ ਕਿ ਮੈਨੂੰ ਤਾਂ ਟਾਈਮ ਵੀ ਨਹੀਂ ਮਿਲਦਾ ਸੀਗਾ ਪੰਜਾਬੀ ਬੋਲਣ ਨੂੰ ਆਪਣੀ ਹੀ ਮਾਂ ਬੋਲੀ ਨੂੰ ਬੋਲਣ ਦਾ ਟਾਈਮ ਨਹੀਂ ਮਿਲ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਇਸ ਪੋਡਕਾਸਟ ਦੇ ਰਹੀਮ ਮੈਨੂੰ ਇਹ ਮੌਕਾ ਮਿਲ ਜਾਏਗਾ ਕਿ ਚਲੋ ਮੈਂ 2 ਘੰਟੇ 1.5 ਘੰਟੇ 2 ਘੰਟੇ ਜਾਂ 2.5 ਘੰਟੇ ਮੈਂ ਲਗਾਤਾਰ ਕਦੀ ਪੰਜਾਬੀ ਬੋਲ ਹੀ ਨਹੀਂ ਪਾਂਦਾ ਕਦੀ ਮੌਕਾ ਹੀ ਨਹੀਂ ਮਿਲਦਾ ਇਹ ਇਹੀ ਇੰਟਰਵਿਊ ਹੈ ਇਹ ਇਹ ਦਿਲ ਤੇ ਆਤਰਾ ਕੇ ਕਹਿ ਰਿਹਾ ਇਹ ਸੱਚ ਹੈ ਕੰਮ 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 ਦੇ ਤੁਸੀਂ ਇਹ ਸਮਝ ਲਓ ਮੈਂ ਇਹਦੇ ਤੇ ਵੀ ਗੱਲ ਕਰਨਾ ਚਾਹਾਂ ਕਿ ਜਦੋਂ ਆਪਾਂ ਕੰਮ ਦੀ ਗੱਲ ਕਰਦੇ ਆਂ ਸਭ ਕੁਝ ਕਰਦੇ ਆਂ ਆਪਾਂ ਗੱਲ ਹੀ ਹਿੰਦੀ ਚ ਜਾਂ ਇੰਗਲਿਸ਼ ਚ ਕਰਦੇ ਆਂ ਠੀਕ ਹੈ ਤੇ ਜਿਸ ਕਰਕੇ ਮੈਨੂੰ ਟਾਈਮ ਨਹੀਂ ਮਿਲਦਾ ਮੈਂ ਕਿਹਾ ਚਲੋ ਆਪਾਂ ਸ਼ੁਰੂ ਕਰ ਲੈਂਦੇ ਆਂ ਤੇ ਆਪਾਂ ਉਹੀ ਲੋਕਾਂ ਨੂੰ ਬੁਲਾਉਂਦੇ ਆਂ ਜਿਹੜੇ ਆਪਣੇ ਪੰਜਾਬੀ ਸਮਾਜ ਨੂੰ ਅੱਗੇ ਲੈ ਕੇ ਜਾ ਰਹੇ ਨੇ ਜਾਂ ਇਹ ਕਹਿ ਲਓ ਕਿ ਜਿਹੜੀ ਚੀਜ਼ਾਂ ਪਿੱਛੇ ਰਹਿ ਗਈਆਂ ਸੀਆਂ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਨੇ ਤੇ ਹੁੰਦਾ ਹੈ ਐਤੋਂ ਮੈਂ ਤੁਹਾਨੂੰ ਇੱਕ ਪੁੱਛਣਾ ਸੀਗਾ ਕਿ ਤੁਹਾਨੂੰ ਕੀ ਲੱਗਦਾ ਇਹ ਕਾਰਨ ਕੀ ਹੈ ਕਿ ਕਿਸੇ ਨਾ ਕਿਸੇ ਪਾਸੇ ਮੈਂ ਵੀ ਬੜਾ ਮਹਿਸੂਸ ਕਰਦਾ ਹਾਂ ਕਿ ਜਦੋਂ ਆਪਾਂ ਕੋਈ ਵੀ ਬਿਜ਼ਨਸ ਮੀਟਿੰਗ ਕਰਨ ਜਾਂਦੇ ਹਾਂ ਹੈ ਨਾ ਜਾਂ ਕੋਈ ਬਹੁਤ ਸੀਰੀਅਸ ਗੱਲ ਹੁੰਦੀ ਹੈ ਸਕੂਲ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਕੋਈ ਵੀ ਇੱਕ ਸੀਰੀਅਸ ਮਾਹੌਲ ਹੈ ਜਿੱਥੇ ਉੱਥੇ ਸਵਿਚ ਹੋ ਜਾਂਦੀ ਹੈ ਇੱਕਦਮ ਪੰਜਾਬੀ ਬੋਲਦੇ ਬੋਲਦੇ ਬੰਦਾ ਹਿੰਦੀ 'ਚ ਆ ਜਾਂਦਾ ਹੈ ਇੱਕਦਮ ਕਿ ਜੇ ਮੈਂ ਇੰਟੈਲੈਕਚੁਅਲ ਸਾਊਂਡ ਕਰਨਾ ਹੈ ਜੀ ਮੈਂ ਸੀਰੀਅਸ ਸਾਊਂਡ ਕਰਨਾ ਤਾਂ ਮੈਂ ਪੰਜਾਬੀ ਚ ਨਿਕਾਲਾਂਗਾ ਕਿਉਂਕਿ ਪੰਜਾਬੀ ਚ ਤਾਂ ਮੈਂ ਸਾਊਂਡ ਕਰਾਂਗਾ ਕਿ ਜਿੱਦਾਂ ਮੈਂ ਪੜਿਆ ਲਿਖਿਆ ਨਹੀਂ ਹੈਗਾ ਇਹ ਸਾਡੀ ਹੀਣ ਭਾਵਨਾ ਇਹ ਇਹ ਕਿੱਦਾਂ ਆ ਗਈ ਸਾਡੇ ਚ ਨਹੀਂ ਸਾਡੇ ਚ ਇਹ ਹੀਣ ਭਾਵਨਾ ਨਾ ਵੀ ਅਸੀਂ ਸ਼ਾਇਦ ਅੰਗਰੇਜ਼ਾਂ ਅੰਗਰੇਜ਼ਾਂ ਕਰਕੇ ਅੰਗਰੇਜ਼ਾਂ ਨੇ ਤਾਂ ਪੰਜਾਬੀ ਨੂੰ ਖਤਮ ਕਰ ਦਿੰਦੇ ਸੀ ਕਾਇਦੇ ਵੀ ਗਵਾਤੇ ਸੀ ਕਾਇਦੇ ਸਾੜਦੇ ਸੀ ਕਾਇਦਾ ਨੂਰ ਸਾੜਤਾ ਉਹਨਾਂ ਨੇ ਤਾਂ ਖਤਮ ਕੀਤੀ ਕੀਤੀ ਅਸੀਂ ਆਪ ਖਤਮ ਕਰ ਰਹੇ ਹਾਂ ਸਾਡੇ ਜਹੀਨ ਪਾਉਣਾ ਪਰ ਜੇ ਤੁਸੀਂ ਕਿਸੇ ਨਾਲ ਹੁਣ ਤੁਸੀਂ ਅੱਗੇ ਤੋਂ ਦੇਖਿਓ ਵੀ ਕਿਤੇ ਵੀ ਗੱਲ ਕਰਦੇ ਆ ਤੁਸੀਂ ਪੂਰੀ ਵਧੀਆ ਪੰਜਾਬੀ ਚੋਦਨਾ ਬਹੁਤ ਮਿੱਠੇ ਸ਼ਬਦਾਂ ਦੀ ਗੱਲ ਕਰੋ ਤੁਹਾਡੀ ਗੱਲ ਸੁਣੇਗਾ ਅਗਲਾ ਪਰ ਅਸੀਂ ਪਤਾ ਨਹੀਂ ਸਾਡੇ ਅੰਦਰ ਹੀਨ ਪਾਉਣਾ ਇੱਕੋ ਹੀ ਦਾ ਜਵਾਬ ਆ ਕਿ ਅਸੀਂ ਉਹ ਸੀਨ ਪਾਉਣਾ ਚੋਂ ਬਾਹਰ ਨਿਕਲੀਏ ਗੱਲ ਕਰਕੇ ਦੇਖੋ ਸੁਣੂਗਾ ਕੋਈ ਤੁਸੀਂ ਤੁਸੀਂ ਵੀ ਕੀਤਾ ਨਾ ਅਬਜ਼ਰਵ ਹੁੰਦਾ ਨਾ ਵੈਸੇ ਕਾਫੀ ਬਹੁਤ ਵੈਰੀ ਹਾਂ ਉਹ ਹੁੰਦਾ ਕਿ ਉਹ ਗੱਲਾਂ ਕਰਦੇ ਕਰਦੇ ਜਿਹੜੀ ਹਿੰਦੀ ਚ ਆ ਜਾਂਦੇ ਆ ਪਰ ਮੈਂ ਆਪਦੀ ਪੰਜਾਬੀ ਨਹੀਂ ਛੱਡਦਾ ਜੀ ਤੇ ਫਿਰ ਉਹ ਆਪਣੇ ਆ ਪੰਜਾਬੀ ਤੇ ਆਉਂਦੇ ਆ ਜੇ ਸួរ ਦਾ ਜਵਾਬ ਪੰਜਾਬੀ ਦੇਈਏ ਠੀਕ ਅਸੀਂ ਖੁਦ ਹਿੰਦੀ ਜਵਾਬ ਦੇਣ ਲੱਗ ਪਏ ਨੇ ਜੇ ਪੰਜਾਬੀ ਜਵਾਬ ਦੇ ਦੋ ਚਾਰ ਗੱਲਾਂ ਬਾਦੋ ਆਪਣੇ ਆ ਪੰਜਾਬੀ ਤੇ ਆ ਕੇ ਗੱਲਾਂ ਕਰੇਗਾ ਜੀ ਨਹੀਂ ਮੈਨੂੰ ਬਹੁਤ ਵਧੀਆ ਲੱਗੇ ਤੁਹਾਨੂੰ ਜਦੋਂ ਮੈਸੇਜ ਪਾਇਆ ਸੀ ਤੇ ਤੁਹਾਡਾ ਪੰਜਾਬੀ ਚ ਹੀ ਆਇਆ ਸੀਗਾ ਰਿਪਲਾਈ ਫਿਰ ਐਦਾਂ ਸੀਗਾ ਕਿ ਤੁਹਾਡਾ ਪੰਜਾਬੀ ਰਿਪਲਾਈ ਆਇਆ ਫਿਰ ਉਸ ਤੋਂ ਬਾਅਦ ਆਪਾਂ ਵੀ ਪੰਜਾਬੀ ਜੀ ਗੱਲ ਕੀਤੀ Google ਕੀਬੋਰਡ ਵਰਤੋ ਉਹਦੇ ਚ ਹੁਣ ਮਾਈਕ ਵੀ ਆ ਹਾਂ ਨਾ ਸਾਰੇ ਫੋਨਾਂ ਤੇ ਉਹ ਕੀਤਾ ਜਾਵੇ ਉਹਨੂੰ ਨੱਪ ਕੇ ਬੋਲ ਦਿਓ ਪੰਜਾਬੀ ਤਾਂ ਵੀ ਹੋ ਜਾਈ ਨਾਲੇ ਟਾਈਪ ਛੇਤੀ ਹੋ ਜਾਂਦੀ ਹੈ ਜਿੱਥੇ ਕਿਤੇ ਗਲਤ ਹੋਥੇ ਮੜਿਆ ਠੀਕ ਕਰ ਲੋ ਆਤ ਪਾਲਾਂਗੇ ਤਾਂ ਆਪਾਂ ਆਪਣੇ ਜਿਹੜੇ ਨਾ ਮੈਸੇਜ ਆਹੇ WhatsApp ਤੇ ਜਾਂ ਦੂਸਰੇ ਆ ਉਹ ਪੰਜਾਬੀ ਚ ਹੀ ਹੋ ਜਾਣਗੇ ਜੀ ਬਸ ਆਪਾਂ ਸ਼ੁਰੂਆਤ ਕਰਨ ਦੀ ਲੋੜ ਆ ਜੇ ਹਰ ਕੋਈ ਕਰੇ ਜੀ ਆਪਾਂ ਕੁਝ ਇਹੋ ਜਿਹੀ ਗੱਲਾਂ ਜਿਹੜੀ ਤੁਸੀਂ ਦੱਸਣਾ ਚਾਹੋਗੇ ਕਿ ਪੰਜਾਬੀ ਦੀ ਜਿਹੜੀ ਵਿਸ਼ੇਸ਼ਤਾ ਹੈਗੀਆਂ ਨੇ ਕਿ ਪੰਜਾਬੀ ਚਲੋ ਇੱਕ ਤਾਂ ਕਾਰਨ ਇਹ ਹੈ ਕਿ ਮਾਂ ਬੋਲੀ ਆ ਪਰ ਇੱਕ ਕੁਝ ਇਹੋ ਜਿਹੀ ਵਿਸ਼ੇਸ਼ਤਾ ਤੁਸੀਂ ਦੱਸਣਾ ਚਾਹੋਗੇ ਕਿ ਕਿਵੇਂ ਪੰਜਾਬੀ ਬੋਲੀ ਜਿਹੜੀ ਹੈ ਪੰਜਾਬੀ ਭਾਸ਼ਾ ਹੈ ਉਹਦੇ ਆਪਣੇ ਕੀ ਖਾਸੀਅਤ ਹੈਗੀਆਂ ਨੇ ਕੁਝ ਪੁਆਇੰਟਰਸ ਤੁਸੀਂ ਦੱਸਣਾ ਚਾਹੋ ਇਹ ਖਾਸੀਅਤ ਪੰਜਾਬੀ ਵਿੱਚ ਹਰ ਸ਼ਬਦ ਦਾ ਬਦਲ ਹੈਗਾ ਤੁਸੀਂ ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਆ ਤੁਹਾਨੂੰ ਸ਼ਬਦਾਂ ਦੀ ਘਾਟ ਮਹਿਸੂਸ ਨਹੀਂ ਹੋਏਗੀ ਪੰਜਾਬੀ ਜੀ ਫਿਰ ਅਸੀਂ ਪੰਜਾਬੀ ਵੱਲ ਕਿਉਂ ਨਹੀਂ ਜਾਂਦੇ ਇਹ ਵੀ ਇੱਕ ਕਾਰਨ ਆ ਨਾ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਇੱਕ ਸ਼ਬਦ ਬੋਲਦਾ ਅਗਲਾ ਉਹਦੇ ਕਿੰਨੇ ਕਿੰਨੇ ਜਵਾਬ ਤੁਸੀਂ ਪੰਜਾਬੀ ਜੀ ਦੇ ਸਕਦੇ ਹੋ ਉਹਦੀ ਤਸੱਲੀ ਕਰਵਾ ਸਕਦੇ ਹੋ ਦੂਸਰੀਆਂ ਭਾਸ਼ਾਵਾਂ ਵਿੱਚ ਇਹਨੇ ਸ਼ਬਦ ਨਹੀਂ ਹੈਗੇ ਜੀ ਪੰਜਾਬੀ ਸਾਡੇ ਗੁਰੂਆਂ ਪੀਰਾਂ ਦੀ ਭਾਸ਼ਾ ਹੈ ਸਾਡੇ ਜੋ ਧਾਰਮਿਕ ਭਾਵਨਾ ਵੀ ਪੈਦਾ ਕਰਦੀ ਹੈ ਸ਼ਰਧਾ ਵੀ ਪੈਦਾ ਕਰਦੀ ਹੈ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੰਦੀ ਹੈ ਜਦੋਂ ਕਿ ਅਸੀਂ ਉਸ ਨੂੰ ਛੱਡ ਰਹੇ ਹਾਂ ਬਾਰ ਬਾਰ ਮੈਂ ਕਹਿੰਨਾ ਕਿਉਂ ਛੱਡ ਰਹੇ ਹਾਂ ਇਸ ਲਈ ਸਾਡੀ ਜਿਹੜੀ ਭਾਸ਼ਾ ਨਾ ਇਸ ਲਈ ਸਰ ਉੱਤਮ ਆ ਕਿ ਹਰ ਤੋਂ ਨਹੀਂ ਹੈਗੀ ਇਹਦੇ ਚ ਕੋਈ ਦੁਨੀਆ ਦੀ ਭਾਸ਼ਾ ਦਾ ਸ਼ਬਦ ਲੈ ਲਓ ਗੰਗਾ ညੰਘਾ ਹੋਰ ਕਿਹ ਭਾਸ਼ਾ ਚ ਨਹੀਂ ਕਿ ਨਾਸ ਪਰ ਸਾਡੀ ਚ ਹੈਗੀ ਹੈ ਸਾਡੀ ਭਾਸ਼ਾ ਹਰ ਸ਼ਬਦ ਦੀ ਧੁਨੀ ਪੈਦਾ ਕਰਨ ਦੇ ਯੋਗ ਹੈ ਸਭ ਤੋਂ ਉੱਤਮ ਆ ਮੈਂ ਕਹਿੰਦਾ ਇਸੇ ਕਰਕੇ ਤੇ ਅਸੀਂ ਆਓ ਇਸ ਨੂੰ ਵਰਤੀਏ ਜੀ ਨਹੀਂ ਨਹੀਂ ਬਹੁਤ ਵਧੀਆ ਇਹ ਕਹ ਹੈ ਜਿੱਦਾਂ ਤੁਸੀਂ ਸ਼ੁਰੂ ਚ ਗੁਰੂ ਅੰਗਦ ਦੇਵ ਜੀ ਦਾ ਦੱਸਿਆ ਸੀਗਾ ਕਿ ਉਹਨਾਂ ਨੇ ਪੰਜਾਬੀ ਨੂੰ ਇੱਕ ਤਰ੍ਹਾਂ ਸਮਝ ਲੋ ਵਿਗਿਆਨਕ ਢੰਗ ਨਾਲ ਹਾਂ ਵਿਗਿਆਨਿਕ ਤਰੀਕੇ ਨਾਲ ਤਾਂ ਕਿ ਜਿੰਨੂੰ ਫਿਰ ਸਿਖਾਇਆ ਜਾ ਸਕੇ ਜਿਸ ਤੋਂ ਬਾਅਦ ਸਿਖਾਣਾ ਆਸਾਨ ਹੋ ਗਿਆ ਉਸ ਤੋਂ ਬਾਅਦ ਕੀ ਮਹੱਤਵ ਕੀ ਹੈ ਅਗਰ ਆਪਾਂ ਗੱਲ ਕਰਦੇ ਹਾਂ ਕਿ ਸ਼ੁਰੂ ਤਾਂ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਸੀਗਾ ਜਿਹੜੀ ਆਪਾਂ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿਹੜੇ ਆਪਾਂ ਸ਼ਬਦ ਪੜ੍ਹਦੇ ਆ ਆ ਤੇ ਉਹਦੇ 'ਚ ਉਹ ਪੰਜਾਬੀ ਤੇ ਅੱਜ ਦੀ ਪੰਜਾਬੀ 'ਚ ਵੈਸੇ ਕੀ ਕਿੰਨਾ ਕੁ ਡਿਫਰੈਂਸ ਆ ਗਿਆ ਕਿ ਕੀ ਹੈ ਕੀ ਕੀ ਹੈ ਕਿਉਂਕਿ ਹੁਣ ਸਹਿਤਕ ਭਾਸ਼ਾ ਹੋ ਗਈ ਉਦੋਂ ਜਿੱਥੇ ਵੀ ਗੁਰੂ ਸਾਹਿਬ ਗਏ ਉਹਨਾਂ ਨੇ ਉੱਥੋਂ ਦੀਆਂ ਲੋਕ ਬੋਲੀਆਂ 'ਚ ਲੋਕਾਂ ਨਾਲ ਗੱਲ ਕੀਤੀ ਆ ਸੰਵਾਦ ਕੀਤਾ ਉਹ ਸੰਵਾਦ ਉਹ ਬਾਣੀ ਆ ਜੀ ਉਹ ਜਿੱਥੇ ਜੇ ਮਾਝੇ ਜਗਾਇ ਤਾਂ ਮਾਝੇ ਦੀ ਜੇ ਕੰਧਾਰ ਵਾਲ ਗਏ ਉਧਰ ਦੇ ਸ਼ਬਦ ਲੈ ਲਏ ਜੀ ਦੱਖਣੇ ਗਏ ਦੱਖਣ ਦੇ ਲੈਲੇ ਪੂਰਬੇ ਪੂਰਬ ਦੇ ਤਾਂ ਉਹ ਸਾਰੀ ਬਾਣੀ ਉਥੋਂ ਦੀ ਲੋਕ ਬੋਲੀ ਵਿੱਚ ਸੀ ਹੁਣ ਪੰਜਾਬੀ ਰੂਪਾਂਤਰ ਠੀਕ ਹੈ ਤੇ ਹੁਣ ਜਿਹੜੇ ਆ ਹੁਣ ਅਸੀਂ ਕਿਤਾਬਾਂ ਦੇ ਸ਼ਬਦਾਂ ਤੇ ਆ ਗਏ ਨਾ ਤੇ ਸਮੇਂ ਦੇ ਨਾਲ ਭਾਸ਼ਾ ਦੀ ਬੋਲੀ ਬਦਲ ਜਾਂਦੀ ਹੈ ਸਮੇਂ ਨਾਲ ਬਦਲਦੀ ਬਦਲਦੀ ਹੁਣ ਪੰਜਾਬੀ ਸ਼ਬਦ ਉਹ ਹੀ ਨੇ ਸਾਡਾ ਲਹਿਜਾ ਹੀ ਬਦਲ ਗਿਆ ਜੀ ਤੇ ਸਾਡਾ ਉਹ ਵਾਕ ਮੰਤਰ ਬਦਲ ਗਿਆ ਇਸ ਕਰਕੇ ਫਰਕ ਪੈਂਦਾ ਅਪਾ ਹਿੰਦੀ ਚ ਵੀ ਜਿੱਦਾਂ ਦੇਖਦੇ ਆ ਹਿੰਦੀ ਵੀ ਸੇਮ ਐ ਏਦਾਂ ਹੀ ਬਦਲ ਗਈ ਆਪਾਂ ਪੁਰਾਣੀ ਜਿਹੜੀ ਮੀਰਾ ਬਾਈ ਦੀ ਜਿੱਦਾਂ ਮੈਨੂੰ ਯਾਦ ਆ ਉਹ ਕਿਸੇ ਅਲੱਗ ਤਰੀਕੇ ਨਾਲ ਹੁੰਦੀ ਸੀ ਉਹ ਹਿੰਦੀ ਚ ਵੀ ਅਲੱਗ-ਅਲੱਗ ਹੁੰਦੇ ਸੀਗੇ ਕਿ ਐ ਬ੍ਰੇਜ ਐ ਇਹ ਆ ਹਣਾ ਅਲੱਗ-ਅਲੱਗ ਠੀਕ ਐ ਨਾ ਉਹ ਉਹ ਵੀ ਆਨ ਹੋ ਗਈ ਉਦਾਂ ਹੀ ਪੰਜਾਬੀ ਦੇ ਵਿੱਚ ਵੀ ਐ ਤੁਸੀਂ ਉਦਾਂ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਮੈਨੂੰ ਪਤਾ ਤਾਂ ਸੀ ਲੇਟ ਹੋ ਰਿਹਾ ਪਰ ਮੈਂ ਕੋਈ ਚੱਕਰ ਨਹੀਂ ਆ ਮੈਂ ਕਰਾ ਰਾਂ ਆ ਰੇਂਜਮੈਂਟ ਹੋ ਰੱਖਿਆ ਹੋਇਆ ਤੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜ਼ਰੂਰ ਪੜਿਆ ਹੋਏਗਾ ਉਹਦੇ ਚ ਤਾਨੂੰ ਕੀ ਚੀਜ਼ਾਂ ਲਗੀਆਂ ਨੇ ਕੀ ਹਾਂ ਕੀ ਭਾਸ਼ਾ ਦੇ ਹਿਸਾਬ ਨਾਲ ਕਿਉਂਕਿ ਉਹ ਅਲੱਗ-ਅਲੱਗ ਲੋਕਾਂ ਦੀ ਮਤਲਬ ਅਲੱਗ-ਅਲੱਗ ਮਹਾਨ ਲੋਕਾਂ ਦੀ ਗੁਰੂਆਂ ਦੀ ਪੀਰਾਂ ਦੀ ਬਾਣੀ ਦਰਜ ਆ ਉਹਦੇ ਵਿੱਚ ਕੀ ਉਹਦੇ ਵਿੱਚ ਕੁਝ ਤੁਹਾਨੂੰ ਇੰਟਰਸਟਿੰਗ ਗੱਲਾਂ ਲਗੀਆਂ ਹੋਣ ਜਾਂ ਕੋਈ ਇਹੋ ਜਿਹੀ ਚੀਜ਼ਾਂ ਕੀ ਹੈ ਕਿ ਆ ਤਾਂ ਮੇਰਾ ਵੀ ਮਤਲਬ ਹੈਰਾਨ ਹੋ ਗਿਆ ਸੀ ਕਿ ਆ ਕੀ ਕੰਮ ਕਿੰਨਾ ਵਧੀਆ ਕੰਮ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਬੋਲੀ ਸੰਭਲੀ ਫਿਰ ਰਾਗਾਂ ਦੇ ਆਧਾਰ ਤੇ ਜੀ 31 ਰਾਗ ਜਿਹੜੇ ਆ ਜੀ ਉਹ ਇੱਕ ਅਦੁੱਤੀ ਚੀਜ਼ ਬਣ ਗਈ ਕਿ ਕਿਹੜੇ ਰਾਗ ਵੇਲੇ ਕਿਹੜੀ ਬਾਣੀ ਗਾਉਣੀਆਂ ਜਿਹੜੀ ਤੁਹਾਡੇ ਸਿੱਧੀ ਦਿਮਾਗ ਤੇ ਦਿਲ ਤੇ ਅਸਰ ਕਰੇ ਜੀ ਹੁਣ ਤੇ ਉਹ ਵੇਦੇ ਨਹੀਂਗੇ ਫਿਲਮੀ ਤਰਜ਼ਾਂ ਤੇ ਸ਼ਬਦ ਕੀਰਤਨ ਕਰ ਲਿਆ ਜਾਂ ਜਿਹੜਾ ਰਾਗ ਦਾ ਵੇਲਾ ਉਸ ਤੋਂ ਬਿਨਾਂ ਹੀ ਗਾਈ ਜਾਂਦੇ ਨੇ ਰਾਗੀ ਇਸ ਕਰਕੇ ਜਿਹੜੀ ਉਹ ਆਪਣੇ ਮਨ ਨੂੰ ਨਹੀਂ ਟੰਪਦੀ ਪਰ ਜੇ ਉਹ ਸਹੀ ਟਾਈਮ ਤੇ ਗਾਈ ਜਾਵੇ ਸਾਰੇ ਰਾਗ ਲੜੀ ਬੰਦ ਕਰਤੇ ਉਹਨਾਂ ਨੇ ਜੀ ਫਿਰ ਮੁਹੱਲਿਆਂ ਦੇ ਹਿਸਾਬ ਨਾਲ ਜੀ ਪਹਿਲਾ ਮੁਹੱਲਾ ਪਹਿਲੇ ਪਾਸ਼ਾ ਦੀ ਬਾਣੀ ਦੂਜਾ ਦੂਜੇ ਪਾਸ਼ਾ ਦੀ ਬਾਣੀ ਇਸ ਤਰ੍ਹਾਂ ਕਰਕੇ ਉਹਨਾਂ ਨੇ ਇਹਨਾਂ ਨੂੰ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ ਜੀ ਫਿਰ ਇਹ ਪੰਜਾਬੀ ਭਾਸ਼ਾ ਦੇ ਸ਼ਬਦ ਸਾਰੇ ਸਾਹਮੇ ਗਏ ਹੁਣ ਚਿਰ ਰਲੀਵਾ ਨਹੀਂ ਹੋਇਆ ਕਿਉਂਕਿ ਅਸੀਂ ਇੱਕ ਬਿੰਦੀ ਟਿੱਪੀ ਜਾਂ ਕੰਨੇ ਦਾ ਵੀ ਵਾਦਾ ਕਾਟਾ ਨਹੀਂ ਕਰ ਸਕਦੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਬਿਲਕੁਲ ਇਨ ਬਿਨ ਉਸ ਵੇਲੇ ਦੇ ਸਾਹਮੇ ਸਾਨੂੰ ਦੇ ਦਿੱਤੇ ਗਏ ਜੀ ਇਹ ਮਹਾਨਤਾ ਹੈ ਨਾ ਚੀਜ਼ਾਂ ਦੀ ਤੁਹਾਨੂੰ ਤੁਹਾਨੂੰ ਬਹੁਤ ਫਾਇਦਾ ਵੀ ਮਿਲਿਆ ਹੋਇਆਗਾ ਮਿਲਦਾ ਇਹ ਗੁਰੂ ਨਾਨਕ ਦੇਵ ਜੀ ਨੇ ਜਦੋਂ ਫਾਰਸੀ ਸੀ ਲੋਕਾਂ ਦੀ ਭਾਸ਼ਾ ਉਦੋਂ ਆਵਾਜ਼ ਉਠਾਈ ਸੀ ਘਰ ਘਰ ਮੀਆਂ ਸਬਣਾ ਜੀਆਂ ਬੋਲੀ ਔਰ ਤੇਮਾਰੀ ਵੀ ਘਰੇ ਹਰ ਘਰ ਮੀਆਂ ਤਾਂ ਫਾਰਸੀ ਬੋਲੀ ਜਾਂਦੇ ਸੀ ਪਰ ਤੁਹਾਡੀ ਬੋਲੀ ਔਰ ਔਰਾ ਜਿਹੜੀ ਤੁਹਾਡੀ ਮਾਂ ਬੋਲੀ ਉਹ ਆ ਤੁਸੀਂ ਉਹਦੇ ਅਲਾਓ ਉਦੋਂ ਵੀ ਹੋਕਾ ਦੇਤਾ ਸੀ ਉਹਨਾਂ ਨੇ ਉਸ ਵੇਲੇ ਅਸੀਂ ਉਸ ਓਕੇ ਨੂੰ ਹਜੇ ਤੱਕ ਨਹੀਂ ਸੁਣਿਆ ਸੀ ਕਿੰਨੇ ਸਾਲ ਲੈਂ ਲਕੀਆ ਚਲੋ ਹੁਣ ਸੁਣ ਲੋ ਹੁਣ ਸੁਣੀਏ ਆਪਾਂ ਕਰੀਏ ਤਾਂ ਅੱਗੇ ਵੱਧ ਸਕਦੇ ਆਂ ਜੀ ਸਾਈ ਹੋਕਾ ਦੇਣਾ ਪੈਂਦਾ ਮੈਂ ਕਿ ਨਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿ ਤੁਸੀਂ ਇਸ ਪਾਸੇ ਜੁੜੇ ਹੋ ਹੋਕੇ ਵਾਲਾ ਤੁਸੀਂ ਅ ਮਤਲਬ ਜਿਹੜੀ ਗੱਲ ਕੀਤੀ ਤੁਹਾਨੂੰ ਮੈਨੂੰ ਤਾਂ ਬੜਾ ਮਹਿਸੂਸ ਹੁੰਦਾ ਹੈ ਕਿ ਜਦੋਂ ਮੈਂ ਇੰਨਾ ਪੜਿਆ ਥੋੜਾ ਬਹੁਤ ਪੜਿਆ ਜਿੰਨਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬਾਰੇ ਕਿ ਕਿੱਦਾਂ ਮਤਲਬ ਸਾਡੇ ਗੁਰੂਆਂ ਨੇ ਅ ਮੌਕੇ ਦੇ ਹਿਸਾਬ ਨਾਲ ਜੋ ਗਿਆਨ ਉਹ ਦੇਣਾ ਚਾਹੁੰਦੇ ਸੀਗੇ ਉਹਨੂੰ ਕਿਸ ਤਰ੍ਹਾਂ ਇੱਕ ਤਾਂ ਅ ਰਾਗ ਦੇ ਨਾਲ ਉਹਨੂੰ ਇੱਕ ਸੰਗੀਤ ਬਣਾ ਕੇ ਇੱਕ ਲੋਕਗੀਤ ਤਨਾ ਬਣਾ ਕੇ ਲੋਕਾਂ ਦੇ ਅੱਗੇ ਸੁਨਾਇਆ ਗਿਆ ਉਹਨਾਂ ਨੇ ਜਗਾ ਜਗਾ ਜਾ ਕੇ ਸੁਨਾਇਆ ਲੋਕਾਂ ਨੂੰ ਕਿਸੇ ਨਾ ਕਿਸੇ ਪਾਸੋਂ ਆਪਾਂ ਜਿਹੜਾ ਆ ਆਪਾਂ ਬੋਲ ਲਈਏ ਜਿਹੜਾ ਇਹ ਟ੍ਰੇਟ ਹੈ ਜਾਂ ਇਹ ਕੈਰੇਕਟਰ ਹੈ ਜਾਂ ਇਹ ਪਰਸਨੈਲਿਟੀ ਹੈ ਜਿਹੜੀ ਇਸ ਵਾਰ ਇਹ ਬਹੁਤ ਘੱਟ ਗੱਲ ਨਹੀਂ ਕੀਤੀ ਕਿ ਕਿ ਬਹੁਤ ਵਿਦਵਾਨ ਹੋਣਾ ਪੈਂਦਾ ਕਿਸੇ ਨੂੰ ਇਹ ਕੰਮ ਕਰਨ ਲਈ ਕਿ ਤੁਸੀਂ ਗੀਤਾਂ ਰਹੀ ਇਹੋ ਜਿਹੀ ਗੱਲਾਂ ਲਿਖ ਰਹੇ ਹੋ ਉਹ ਵੀ ਉਸ ਸਮੇਂ ਕਵਤਾ ਕਵਤਾ ਕਹਾਣੀ ਬਹੁਤ ਔਖੀ ਆ ਕਵਤਾ ਦੇ ਅਰਥ ਸਮਝਣੇ ਬੜੇ ਔਖੇ ਨੇ ਜਿਹੜੇ ਉਹਨਾਂ ਨੇ ਬਾਣੀ ਨੂੰ ਕਵਤਾ ਵਿੱਚ ਜਾਂ ਕਾਵ ਰੂਪ ਵਿੱਚ ਲਿਖਤਾ ਜੀ ਉਹਨੂੰ ਹੁਣ ਸਮਝਣ ਲਈ ਸਾਨੂੰ ਉਹਦੇ ਹਾਨ ਦਾ ਬੰਦ ਬਹੁਤ ਮਿਹਨਤ ਕਰਨੀ ਪਊਗੀ ਜੀ ਪਰ ਸਿੱਧੀਆਂ ਗੱਲਾਂ ਵੀ ਨਹੀਂ ਉਹਨਾਂ ਨੇ ਸੰਵਾਦ ਦੀ ਗੱਲ ਕੀਤੀ ਸੀ ਸਿੱਧਾ ਨਾਲ ਜਾ ਕੇ ਕੀਤਾ ਜੀ ਕੁਛ ਕਹੀਏ ਕੋ ਸੁਣੀਏ ਵੀ ਕੁਛ ਕਹੋ ਤੇ ਕੋ ਸੁਣੋ ਜੇ ਆਪਾਂ ਸੰਵਾਦ ਕਰਾਂਗੇ ਅੱਜਕੱਲ ਸੰਵਾਦ ਕੀ ਆ ਲੋਕਾਂ ਸ਼ੈਨਸ਼ੀਬ ਤੇ ਹੈਣੀਗੀ ਕੋਈ ਗੱਲ ਕਹੋ ਕੱਟਦੀ ਕਟਣ ਤੋਂ ਬਾਅਦ ਉਹ ਤੇ ਫੁੱਟਾ ਸਿੱਧਾ ਬੋਲਦਾ ਜੀ ਉਦੋਂ ਉਹਨਾਂ ਨੂੰ ਟੋਕਿਆ ਹੀ ਆ ਤਰਕ ਨਾਲ ਗੱਲ ਕੀਤੀ ਆ ਉਹਨਾਂ ਦੀ ਗੱਲ ਨੂੰ ਟੋਕਿਆ ਵੀ ਪਰ ਬੜੇ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਉਹ ਮੰਨ ਗਏ ਅਕਸਰ ਜਿਨ੍ਹਾਂ ਨਾਲ ਉਹਨਾਂ ਸੰਵਾਦ ਕੀਤਾ ਉਹ ਵੀ ਤਾਂ ਪਹੁੰਚੇ ਹੋਏ ਜਾਂ ਵੱਡੀ ਲੋਕ ਸੀ ਉਹ ਵੀ ਜੀ ਉਹਨਾਂ ਕੋਲੇ ਵੀ ਗਿਆਨ ਸੀ ਪਰ ਬਾਬੇ ਨਾਇ ਉਹਨਾਂ ਨਾਲ ਜਦੋਂ ਗੱਲ ਕੀਤੀ ਆਪਣੀ ਗੱਲ ਕਹਿੰਝ ਸਫਲ ਹੋਏ ਆ ਉਹਨਾਂ ਨੂੰ ਸਮਝਾ ਕੇ ਇਧਰ ਨੂੰ ਲਿਆਂਦਾ ਜੀ ਗੁਰਮਤਵਾਲਾ ਮੋੜਿਆ ਨਾ ਤਾਂ ਇਹ ਸੰਵਾਦ ਆ ਜਿਹੜਾ ਹੁਣ ਵੀ ਲੋਕਾਂ 'ਚ ਹੈ ਨੀਗਾ ਮਤਲਬ ਧੀਰਜ ਨਾਲ ਅਗਲੀ ਦੀ ਗੱਲ ਵੀ ਸੁਣੋ ਫਿਰ ਆਪਣੀ ਕਹੋ ਸ਼ਾਇਦ ਇਹੀ ਕਾਰਨ ਹੈ ਇਹੀ ਕਾਰਨ ਸੀਗਾ ਕਿ ਅ ਗੁਰੂ ਸਾਹਿਬ ਵੱਲ ਕਿੰਨੇ ਹੀ ਲੋਕ ਮਤਲਬ ਉਹਨਾਂ ਨਾਲ ਜੁੜ ਗਏ ਸੀਗੇ ਉਸ ਟਾਈਮ ਕਿ ਭਾਈ ਕਿ ਇਹਨਾਂ ਦੇ ਜਿਹੜਾ ਸਿੱਖਾਉਣ ਦਾ ਤਰੀਕਾ ਹੈ ਉਹ ਇਹ ਨਹੀਂ ਕਹਿ ਰਹੇ ਕਿ ਭਾਈ ਤੁਸੀਂ ਮਾੜੇ ਹੋ ਤੁਸੀਂ ਮਾੜਾ ਕੰਮ ਕਰ ਰਹੇ ਹੋ ਉਹ ਉਹ ਸਿਰਫ ਸਾਂਸ਼ੀਲ ਤਰੀਕੇ ਨਾਲ ਇਹ ਦੱਸਦੇ ਸੀਗੇ ਕਿ ਆ ਜੇ ਐਦਾਂ ਹੁੰਦਾ ਤੇ ਇਹ ਸਮਝ ਲਓ ਕਿ ਕੀ ਹੈ ਸੰਵਾਦ ਸੰਵਾਦ ਨਾਲ ਲੌਜੀਕ ਦੇ ਨਾਲ ਅਗਰ ਬੋਲੀਏ ਪਿਓਰ ਲੌਜੀਕ ਦੇ ਨਾਲ ਲੋਕਾਂ ਨੂੰ ਸਮਝਾਇਆ ਗਿਆ ਕਿ ਆ ਤੁਸੀਂ ਕਰ ਰਹੇ ਹੋ ਇਹ ਗਲਤ ਕਿਉਂ ਹੈ ਕਿਉਂ ਸਹੀ ਨਹੀਂ ਹੈ ਹੋਰ ਜੇ ਕਿਸੇ ਵੱਡੇ ਵਿਦਵਾਨ ਨਾਲ ਉਹ ਕਰਦੇ ਸੀਗੇ ਤਾਂ ਉਹਦੇ 'ਚ ਵੀ ਕਿੰਨੇ ਸਾਇੰਸਸ਼ਲ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਸਮਝਾਉਣ ਦਾ ਤਰੀਕਾ ਸੀ ਨਾ ਸਮਝਾਉਣ ਦਾ ਤਰੀਕਾ ਵੀ ਸੀ ਹੋਰ ਇਹ ਵੀ ਦੇਖੋ ਕਿ ਦੂਜੇ ਪਾਸੇ ਦਾ ਵੀ ਜਿਹੜਾ ਬੰਦਾ ਹੁੰਦਾ ਸੀਗਾ ਉਹਦੇ 'ਚ ਇੰਨੀ ਸਾਇੰਸਸ਼ਲਤਾ ਹੁੰਦੀ ਸੀ ਕਿ ਹਾਂ ਜੇ ਕੋਈ ਵਧੀਆ ਤਰਕ ਦੇ ਰਿਹਾ ਤਾਂ ਮੈਂ ਉਹਦੀ ਗੱਲ ਸੁਣ ਕੇ ਮੈਂ ਉਹਨੂੰ ਸਮਝਾਂ ਤੇ ਮੈਂ ਸਿੱਖ ਲਵਾਂ ਜੇ ਵਧੀਆ ਤਰਕ ਦਿੱਤਾ। ਨਾਨਕ ਦੇਵ ਜਦੋਂ ਮਲਤਾਨ ਗਏ ਸ਼ੇਖ ਇਬਰਾਹੀਮ ਨੇ ਵੇਖੋ ਮਲਤਾਨ ਨਾ ਸੰਤਾਂ ਪੀਰਾਂ ਫੀਰਾਂ ਦਾ ਘੜ ਸੀ। ਤਾਂ ਉਹਨਾਂ ਨੇ ਸ਼ੇਖ ਸਾਹਿਬ ਨੇ ਇੱਕ ਨਾ ਕੌਲੇ 'ਚ ਦੁੱਧ ਪੂਰਾ ਭਰ ਕੇ ਭੇਜ ਦਿੱਤਾ। ਜੀ ਇਸ਼ਾਰੇ ਦੇ ਤੌਰ ਤੇ ਵੀ ਇਹ ਭਰਿਆ ਹੋਇਆ ਇੱਥੇ ਤੁਹਾਡੀ ਕੋਈ ਥਾਂ ਨਹੀਂ। ਪਹਿਲਾਂ ਹੀ ਭਰਿਆ ਹੋਇਆ। ਵੀ ਤੁਸੀਂ ਚਲੇ ਜਾਓ। ਜੀ ਤਾਂ ਇਹਨਾਂ ਨੇ ਇੱਕ ਫੁੱਲ ਉਹਦੇ ਉੱਤੇ ਰੱਖ ਦਿੱਤਾ। ਤੇ ਪੀਏ। ਸੰਕੇਤ ਨਹੀਂ ਉਹਨਾਂ ਨੂੰ ਸਮਝਾਤਾ ਵੀ ਅਸੀਂ ਤੇ ਇੱਕ ਖੁਸ਼ੀ ਨੂੰ ਵੰਡਣੀ ਵੰਡ ਕੇ ਚਲੇ ਜਾਣਾ ਇਹ ਸੰਕੇਤ ਇਹ ਪਛਾਹਾਂ ਹੋਂਦੀ ਮਨੁੱਖਤਾ ਨੂੰ ਬੜੀ ਲੋੜ ਆ ਇਹ ਸਿੱਖਣ ਦੀ ਲੋੜ ਆ ਆਪਾਂ ਉਮੀਦ ਕਰਦੇ ਆ ਕਿ ਮਤਲਬ ਅੱਜ ਮੈਨੂੰ ਇਹ ਮਹਿਸੂਸ ਹੋਇਆ ਕਿ ਟਾਈਮ ਦੀ ਕਮੀ ਹੈ ਨਹੀਂ ਤਾਂ ਮੈਂ ਹਲੇ 1.5 ਘੰਟਾ ਹੋਰ ਤੁਹਾਨੂੰ ਬਿਠਾ ਲੈਣਾ ਸੀਗਾ ਜਰੂਰ ਦੰਗ ਦਾ ਰੱਬ ਦਾ ਮੈਂ ਤੁਹਾਨੂੰ ਫੇਰ ਦੱਸ ਦੇਵਾਂਗਾ ਜੀ ਜੀ ਮੈਨੂੰ ਜ਼ਰੂਰ ਦੱਸਣਾ ਤੁਸੀਂ ਤੇ ਸਰ ਬਹੁਤ ਬਹੁਤ ਧੰਨਵਾਦ ਪਹਿਲਾਂ ਕਿ ਤੁਸੀਂ ਜੋ ਸੇਵਾ ਕਰ ਰਹੇ ਹੋ ਔਰ ਜੋ ਇੱਕ ਮੇਰੇ ਅੰਦਰ ਵੀ ਭਾਵਨਾ ਜਗਾ ਕੇ ਜਾ ਰਹੇ ਹੋ ਔਰ ਮੈਂ ਉਮੀਦ ਕਰਦਾ ਹਾਂ ਪੋਡਕਾਸਟ ਦੇ ਥਰੂ ਬਾਕੀ ਲੋਕਾਂ ਚ ਵੀ ਇੱਕ ਭਾਵਨਾ ਜਾਗੇਗੀ ਕਿ ਹਾਂ ਬਈ ਕਿ ਕਿਉਂ ਮੇਰੀ ਬਾਣੀ ਜਿਹੜੀ ਹੈ ਉਹਨੂੰ ਮੈਂ ਉਹ ਇੰਪੋਰਟੈਂਸ ਦਵਾ ਕਿ ਜੋ ਜੋ ਉਹ ਡਿਸਰਵ ਕਰਦੀ ਹੈ ਜੋ ਜਿਸ ਦੀ ਉਹ ਹਕਦਾਰ ਹੈ ਹਨ ਮੈਂ ਉਹੀ ਕਰ ਰਿਹਾ ਮੈਂ ਵੀ ਕੋਸ਼ਿਸ਼ ਆਹੀ ਕਰ ਰਿਹਾ ਐਸ ਪੋਡਕਾਸਟ ਦੇ ਵਿੱਚ ਕਿ ਜਿਹੜਾ ਸ਼ਬਦ ਅੰਗਰੇਜ਼ੀ ਚ ਨਿਕਲ ਜਾਂਦਾ ਹੈ ਨਾ ਉਹਨੂੰ ਮੈਂ ਸੋਚਾਂ ਯਾਰ ਇਹਨੂੰ ਪੰਜਾਬੀ ਚ ਵੀ ਕੀ ਬੋਲ ਸਕਦਾ ਸੀਗਾ ਮੈਂ ਠੀਕ ਹੈ ਜੀ ਨਹੀਂ ਨਹੀਂ ਵਧੀਆ ਤਾਂ ਹੀ ਨੇਕ ਪੰਜਾਬੀ ਜਿਹੜਾ ਤੁਹਾਡਾ ਜੀ ਇਹ ਬਿਲਕੁਲ ਨੇਕ ਕੰਮ ਕਰ ਰਿਹਾ ਨੇਕ ਪਾਸੇ ਤੁਰ ਰਹੇ ਆ ਜੀ ਜੀ ਵਧੀਆ ਗੱਲ ਹੈ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਬਹੁਤ ਬਹੁਤ ਧੰਨਵਾਦ ਹੋਰ ਮਤਲਬ ਵਾਹਿਗੁਰੂ ਐਵੇਂ ਮਹਿਰ ਬਣਾਈ ਰੱਖਣ ਫਿਰ ਮਿਲਾਂਗੇ ਜਰੂਰ ਜੀ ਫਿਰ ਖੁੱਲੀਆਂ ਗੱਲਾਂ ਫਿਰ ਕਰਾਂਗੇ ਤਾਂ ਕਿ ਸਾਰੇ ਆਪਾਂ ਜੁੜੀਏ ਇਸ ਚੀਜ਼ ਨਾਲ ਜੀ ਜੀ ਜਰੂਰ ਸਰ ਬਹੁਤ ਗੱਲਾਂ ਹੈਗੀਆਂ ਨੇ ਕਰਨ ਲੀਆਂ ਐਂਡ ਆਪਾਂ ਜਰੂਰ ਅਗਲੀ ਵਾਰ ਕਰਾਂਗੇ ਨਾਮ ਬੋਲੀ ਦਾ ਨੇਕ ਪੰਜਾਬੀ ਤੇ ਐਵੇਂ ਆਸ਼ੀਰਵਾਦ ਬਣੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਪੋਡਕਾਸਟ ਪਸੰਦ ਆਇਆ ਹੋਵੇਗਾ ਇਸ ਪੋਡਕਾਸਟ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇ ਆਪਾਂ ਨੂੰ ਜਗਤਾਰ ਸਿੰਘ ਸੋਖੀ ਜੀ ਤੋਂ ਤੇ ਤੁਹਾਨੂੰ ਵੀ ਇਹੋ ਜਿਹੇ ਲੋਕਾਂ ਨੂੰ ਫੋਲੋ ਕਰਨਾ ਚਾਹੀਦਾ ਜਿਹੜੇ ਕਿ ਸਮਾਜ ਦੇ ਵਿੱਚ ਇੱਕ ਕੰਟਰੀਬਿਊਸ਼ਨ ਲੈ ਕੇ ਆ ਰਹੇ ਨੇ ਐਂਡ ਮਾਂ ਬੋਲੀ ਜੋ ਕਿ ਮੈਨੂੰ ਲੱਗਦਾ ਕਿ ਇਸ ਤੋਂ ਉੱਪਰ ਕੋਈ ਚੀਜ਼ ਹੁੰਦੀ ਨਹੀਂ ਹੈ ਤੁਸੀਂ ਪਹਿਲੀ ਚੀਜ਼ ਜਿਹੜੀ ਸਿੱਖਦੇ ਹੋ ਉਹ ਮਾਂ ਬੋਲੀ ਹੈ ਤੁਹਾਡੀ ਤੇ ਜੇ ਅਸੀਂ ਆਪਣੀ ਮਾਂ ਬੋਲੀ ਨੂੰ ਹੀ ਆਪਾਂ ਇਹਨਾਂ ਨਕਾਰ ਕੇ ਬੈਠੇ ਹਾਂ ਤਾਂ ਮੈਨੂੰ ਲੱਗ ਰਿਹਾ ਕਿ ਫਿਰ ਆਪਾਂ ਕੁਝ ਨਾ ਕੁਝ ਤਾਂ ਗਲਤ ਕਰ ਰਹੇ ਆ ਆਪਣੇ ਜੀਵਨ 'ਚ ਤਾਂ ਜਗਤਾਰ ਸਿੰਘ ਸੋਖੀ ਜੀ ਵਰਗੇ ਹੈਗੇ ਨੇ ਜਿਹੜੇ ਮੇਕ ਸ਼ੋਰ ਕਰ ਰਹੇ ਨੇ ਕਿ ਹਾਂ ਕਿ ਸਹੀ ਰਾਹ ਤੇ ਆਜੋ ਸਾਰੇ ਜੋ ਆਪਣੀ ਮਾਂ ਬੋਲੀ ਹੈ ਉਨੂੰ ਵੀ ਤੁਸੀਂ ਵਾਪਸ ਲੈ ਕੇ ਆਓ ਆਪਣੀ ਜ਼ਿੰਦਗੀ ਚ ਐਂਡ ਉਹਨਾਂ ਨੇ ਬਹੁਤ ਪਿਆਰੀ ਪਿਆਰੀ ਕਿਤਾਬਾਂ ਵੀ ਲਿਖਿਆ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਕਿ ਉਹਨਾਂ ਦੀ ਬੁੱਕਸ ਅੱਛੀਆਂ ਐ ਨਾ ਤਾਂ ਤੁਸੀਂ ਉਹਨਾਂ ਨੂੰ ਮੰਗਵਾ ਵੀ ਸਕਦੇ ਹੋ ਬਾਕੀ ਇਹੋ ਜਿਹੀ ਹੋਰ ਪੋਡਕਾਸਟ ਜੇ ਤੁਸੀਂ ਚਾਹੁੰਦੇ ਹੋਗੇ ਅਸੀਂ ਲੈ ਕੇ ਆਉਂਦੇ ਰਹੀਏ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਐਂਡ ਮੇਕ ਸ਼ੋਰ ਕਰੋ ਕਿ ਇਸ ਵੀਡੀਓ ਨੂੰ ਤੁਸੀਂ ਵਾਰਤੋਂ ਵਾਰ ਲੋਕਾਂ ਨਾਲ ਸ਼ੇਅਰ ਕਰੋ ਤਾਂਕਿ ਅਸੀਂ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀਤ ਨਾਲ ਜੁੜ ਸਕੀਏ ਬਾਕੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਡੇ ਸਮਾਰਟੈਸਟ ਪੰਜਾਬੀ ਪੋਡਕਾਸਟ ਨੂੰ ਇੰਨੀ ਜ਼ਿਆਦਾ ਤੁਸੀਂ ਪਿਆਰ ਦਿੱਤਾ ਸਾਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਦੇ ਰਹੋ ਕਿ ਆਪਾਂ ਕਿਹੜੇ ਕਿਹੜੇ ਹੋਰ ਇਹੋ ਜਿਹੇ ਗੈਸਟ ਜਾਂ ਕਿਹੜੇ ਕਿਹੜੀ ਫੀਲਡ ਦੇ ਗੈਸਟ ਆਪਾਂ ਇਨਵਾਈਟ ਕਰੀਏ ਤਾਂਕਿ ਤੁਹਾਡੇ ਤੇ ਸਾਡੇ ਦੋਨਾਂ ਦੇ ਆਪਣੇ ਜਿਹੜੇ ਗਿਆਨ ਦੇ ਵਿੱਚ ਇੱਕ ਸਮਝ ਲਓ ਇੱਕ ਇੰਪਰੂਵਮੈਂਟ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ ਹੈ